आओ अज तुहानू मिलाउने आ जस्सी सहोता जिहड़ा कबड्डी का सुपरस्टार आ तां रैसलिंग दे विच भी इंडिया च पंजाब जाके इहने रुस्तमे पंजाब का टाइटल जितया। जस्सी तेरा रुस्तम की आवाज दे विच तेरा स्वागत करदे आ, तूं अज सानू टाइम दित्ता गल्लां करन दा। थैंक यू भाई, तुसीं अपने घर आए टाइम कढ़िया ते मैं तुहाडे नाल ਤੁਹਾਡਾ ਸ਼ੋਅ ਵੀ ਦੇਖਦਾ ਆ, ਤੁਹਾਡੇ ਬਾਲ ਸਾਰੇ ਤਾਂ ਨਹੀਂ ਐਪੀਸੋਡ ਦੇਖ ਹੋਏ ਪਰ ਦੋ ਤਿੰਨ ਦੇਖੇ ਤੇ ਮੈਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ। ਤੇ ਤੁਹਾਡੇ ਜਿਹੜੇ ਵੱਡੇ ਪਹਿਲਵਾਨ ਕੈਰ ਪਹਿਲਵਾਨ ਸ਼ਿੰਦਾ ਭੱਟੀ ਮੈਂ ਉਹ ਸੁਣਿਆ ਤੇ ਮੈਨੂੰ ਬਹੁਤ ਵਧੀਆ ਲੱਗਾ। ਥੈਂਕ ਯੂ ਪਹਿਲਵਾਨ ਜੀ। ਜਿਹੜਾ ਤੁਹਾਡਾ ਜਿਹੜਾ ਪਿੱਛਾ ਪਿਛੋਕੜ ਜਿਹੜਾ ਪਿੰਡ ਹੈ ਕਿਹੜਾ ਹੈ? ਸਾਡਾ ਪਿੰਡ ਬੜਾ ਪਿੰਡ ਕਹਿ ਦਿੰਦੇ ਕਦੋਂ ਕਬੱਡੀ ਖੇਡਦਾ, ਪਰ ਅਸੀਂ ਸੋਚਦੇ ਹਾਂ ਸਾਰੇ ਤੇ ਸਾਡਾ ਉਦਾਂ ਹੈਗਾ ਉੱਥੇ ਚੱਕ ਦੇਸ ਰਾਜ, ਪਰ ਇੱਥੇ ਕਈ ਪਿੰਡ ਹੈ ਉਹ ਸੋਤਿਆਂ ਦੇ ਹੀ ਆ। ਬੜਾ ਪਿੰਡ ਹੋ ਗਿਆ, ਧਲੇਤਾ ਹੋ ਗਿਆ, ਫਲਫੋਤਾ ਹੋ ਗਿਆ, ਉਹ ਸਾਰੇ ਅਸੀਂ ਇੱਕੋ ਏਰੀਏ ਤੇ ਆ ਸੋਤੇ ਆ। ਹਾਂਜੀ ਸੋਤੇ ਆ। ਹਾਂਜੀ ਕਿਆ ਬਾਤ ਹੈ ਪਹਿਲਵਾਨ, ਪੰਜਾਬੀ ਇੱਕ ਤਾਂ ਤੂੰ ਇੱਥੇ ਦਾ ਬੋਰਨ ਹੈ, ਤੂੰ ਸਰੀ ਦਾ ਬੋਰਨ ਆ, ਇੰਨੀ ਸੋਹਣੀ ਪੰਜਾਬੀ ਬੋਲਦਾ, ਇਹਦੇ ਤੇਲੇ ਬਹੁਤ ਸਾਨੂੰ ਪ੍ਰਾਊਡ ਹੈ ਇਸ ਗੱਲ ਤੇ ਵੀ। ਤਾਂ ਤੂੰ ਪਹਿਲਵਾਨ ਤੇਰੇ ਪਰਿਵਾਰ 'ਚ ਕੋਈ ਰੈਸਲਰ ਸੀਗਾ, ਤਾਂ ਤੂੰ ਰੈਸਲਿੰਗ ਕਿੱਦਾਂ ਚੁਣੀ ਜਾਂਦਾ ਹੈ ਸਾਰਿਆਂ ਤੋਂ ਪਹਿਲਾਂ? ਭਾਜੀ ਸਾਡੇ ਪਰਿਵਾਰ 'ਚ ਕੋਈ ਪਹਿਲਵਾਨ ਤਾਂ ਹੈ ਨਹੀਂ ਸੀ, ਕੋਈ ਐਥਲੀਟ ਵੀ ਨਹੀਂ ਸੀ, ਬਟ ਸ਼ੌਂਕ ਬਹੁਤ ਸੀ ਫੈਮਿਲੀ ਨੂੰ। ਸਾਡੇ ਏਰੀਏ 'ਚ ਲੱਲੀਆਂ ਦਾ ਪਹਿਲਵਾਨ ਤੁਸੀਂ ਸੁਰਜੀਤ ਲੱਲੀਆਂ, ਤੇ ਮੈਨੂੰ ਡੈਡੀ ਨੇ ਛੋਟੇ ਹੁੰਦੇ ਨੇ ਦੱਸਣਾ ਸੁਰਜੀਤ ਲੱਲੀਆਂ ਦੇ ਪੱਟ ਐਡੇ ਹੁੰਦੇ ਸੀ, ਇੰਨੀ ਮਿਹਨਤ ਸੀ, ਇੰਨਾ ਤਗੜਾ ਸੀ। ਤੇ ਹਾਂਜੀ, ਤੇ ਉਹਨੇ ਤਾਂ ਮੈਨੂੰ ਗੱਲਾਂ ਹੀ ਦੱਸਣੀਆਂ ਤੇ ਮੈਂ ਉਸ ਚੀਜ਼ ਨੂੰ ਲਾਈਕ ਕਰਦਾ ਸੀ, ਸੁਣਨ ਨੂੰ ਵੀ ਮੈਨੂੰ ਵਧੀਆ ਲੱਗਦਾ ਸੀ। ਤੇ ਹੁਣ ਏਰੀਏ 'ਚ ਉਹਦੀ ਕਾਫੀ ਚੜ੍ਹਾਈ ਸੀ ਤੇ ਡੈਡੀ ਉਹਨਾਂ ਦੀਆਂ ਘੋਲਾਂ ਦੇਖਣ ਜਾਂਦਾ ਹੁੰਦਾ ਸੀ, ਤੇ ਕਬੱਡੀ ਦੇ ਵੀ ਪਲੇਅਰ ਵਧੀਆ ਸੀ, ਉਹਨਾਂ ਨੂੰ ਪਹਿਲਾਂ ਤੋਂ ਸ਼ੌਂਕ ਸੀ। ਹਾਂਜੀ ਤੇ ਜਿਹੜੀ ਪਹਿਲੀ ਰੈਸਲਿੰਗ ਜਦੋਂ ਤੁਹਾਡੀ ਹੋਈ ਆ, ਜਿਹੜਾ ਪਹਿਲਾ ਮੈਚ, ਉਹਦੇ ਬਾਰੇ ਤੁਸੀਂ ਦੱਸ ਥੋੜ੍ਹਾ ਬਹੁਤ, ਕਦੋਂ ਸਟਾਰਟ ਜਿਹੜਾ ਤੇਰਾ ਹੋਇਆ, ਜਿਹੜਾ ਤੁਹਾਨੂੰ ਮਨ ਲੱਗਾ ਵੀ ਮੈਂ ਹੁਣ ਰੈਸਲਿੰਗ 'ਚ ਕੁਛ ਕਰ ਸਕਦਾ? ਜਿੱਦਾਂ ਭਾਜੀ ਸਭ ਤੋਂ ਪਹਿਲਾਂ ਤੁਸੀਂ ਮੰਨਣਾ ਨਹੀਂ, ਉੱਦਾਂ ਮੈਂ ਉਦੋਂ 7-8 ਸਾਲਾਂ ਦਾ ਸੀ ਤੇ ਮੈਂ ਸਰੀ ਗੁਰੂ ਘਰ ਕਬੱਡੀ ਦੇਖਣ ਗਿਆ ਸੀ। ਉੱਥੇ ਤੁਹਾਡੀ ਘੋਲ ਬੰਨੀ ਹੋਈ ਸੀ ਨਸੀਰ ਨਾਲ, ਨਸੀਰ ਲਾਲ ਨਾਲ, ਪਰ ਘੋਲ ਹੋਈ ਨੀ, ਮੈਨੂੰ ਪਤਾ ਨੀ ਉਦੋਂ ਤਾਂ ਮੈਂ ਨਿੱਕਾ ਸੀ, ਪਰ ਤੁਸੀਂ ਸਿੰਗਲੇਟ ਪਾਇਆ ਸੀ, ਉੱਥੋਂ ਨਸੀਰ ਨੇ ਸਿੰਗਲੇਟ ਪਾਇਆ ਸੀ, ਤੇ ਮੈਂ ਦੇਖਿਆ ਇਹ ਬੰਦਿਆਂ ਦੀ ਬੋਡੀ ਕਿੰਨੀ ਕੈਮ ਆ। ਮੈਂ ਤੁਹਾਡੇ ਨਾਲ ਹੀ ਖੜਾ ਸੀ ਉਸ ਟਾਈਮ, ਤੁਹਾਡੇ ਨਾਲ ਹੀ ਰੌਲਾ ਪਿਆ। ਹਾਂਜੀ, ਪਰ ਮੈਂ ਇੰਨਾ ਐਕਸਾਈਟਿਡ ਸੀ ਤੁਹਾਡੀ ਘੋਲ ਹੋਣੀ ਆ, ਛੋਟੇ ਜਿਹੇ ਬੱਚੇ ਨੂੰ ਹੁੰਦਾ ਐਡੇ ਐਡੀਆਂ ਬਾਹਾਂ, ਐਡੇ ਐਡੇ ਪੱਟ, ਨਸੀਰ ਜ਼ਿਆਦਾ ਵੀ ਬਹੁਤ ਸਰੀਰ ਬਹੁਤ ਸੋਹਣਾ ਸੀ ਹਨਾ, ਤੇ ਉਦੋਂ ਤੱਕ ਫਿਰ ਉੱਥੇ ਹੀ ਉਹਨਾਂ ਨੇ ਨਿਆਣਿਆਂ ਦੀਆਂ ਘੋਲਾਂ ਕਰਾਈਆਂ ਸੀ, ਮੈਂ ਕਦੇ ਪ੍ਰੈਕਟਿਸ ਵੀ ਨੀ ਗਿਆ ਸੀ, ਤੇ ਮੈਂ ਆਪਣਾ ਇੱਦਾਂ ਮੈਂ ਕਿਹਾ ਮੈਂ ਵੀ ਕਰਨਾ। ਉਹ ਕਹਿੰਦੇ ਜਦੋਂ ਘੋਲਾਂ ਤੋਂ ਪਹਿਲਾਂ ਚਿਰ ਤੇਰਾ ਮਾੜਾ ਜਿਹਾ ਕਰ ਦਿੰਦੇ ਆ, ਤੇ ਉਹ ਦਿਲ ਸਾਹਿਬ ਮੁੰਡਾ ਆਪਣਾ ਅੱਜ ਤੱਕ ਮੇਰਾ ਬੈਸਟ ਫਰੈਂਡ ਹੀ ਆ, ਤੇ ਉਹ ਮੇਰੇ ਸਕੂਲ ਲਈ ਪੜ੍ਹਦਾ ਹੁੰਦਾ, ਮੈਂ ਕਿਹਾ ਮੇਰੀ ਤਾਂ ਇਹਦੇ ਨਾਲ ਕਰਾ ਦਿਓ ਇੱਦਾਂ, ਤੇ ਉਹ ਅਸੀਂ ਘੁਣ ਲੱਗ ਪਏ, ਮੈਨੂੰ ਪਤਾ ਨਾ ਲੱਗਾ ਮੈਂ ਡਿੱਗ ਜਾਵਾਂ, ਮੈਂ ਫਿਰ ਥੋੜ੍ਹੇ ਜਿਹਾ ਗੁੱਸੇ ਹੋ ਕੇ ਖੜਾ ਹੋਵਾਂ, ਉਹਨੇ ਫਿਰ ਮੈਨੂੰ ਸੈੱਟ ਲਿਆ, ਮੈਂ ਕਿਹਾ ਤੂੰ ਕਿੱਦਾਂ ਕਰੀ ਜਾਂਦਾ, ਇਹ ਮੈਨੂੰ ਸਿੱਟੀ ਜਾਂਦਾ, ਮੇਰਾ ਤਾਂ ਜ਼ੋਰ ਵੀ ਨਹੀਂ ਲੱਗਾ ਆ। ਉਹ ਕਹਿੰਦੇ ਟੈਕਨੀਕ ਆਪਾਂ ਨੂੰ ਸਿਖਾਉਂਦੇ ਆ, ਤੂੰ ਇੱਥੇ ਆਪਣਾ ਟਾਈਮ ਬੰਨ ਕੇ ਆਇਆ ਕਰ ਤੇ ਤੈਨੂੰ ਵੀ ਪਤਾ ਲੱਗ ਜਾਣਾ। ਤੂੰ ਕਿਹੜੀ ਕਲੱਬ ਨਾਲ ਫਿਰ ਜੁੜਿਆ? ਉਦੋਂ ਆਪਾਂ ਸਨਾਮ ਜੋਹਲ ਹੋਣਾ ਨਾ, ਹਰਗੋਬਿੰਦ ਰੈਸਲਿੰਗ ਕਲੱਬ, ਉੱਥੇ ਆਪਣਾ ਕੋਚ ਰਵੀ ਸੋਢੀ ਸੀ, ਜਿੰਨਾ ਦੀ ਪੈਸੇ ਹੋ ਗਈ, ਤੇ ਉੱਥੇ ਸ਼ੁਰੂ ਕੀਤਾ ਸੀ ਆਪਾਂ ਰੈਸਲਿੰਗ। ਹਾਂਜੀ ਨਹੀਂ ਨਹੀਂ ਬਹੁਤ ਵਧੀਆ ਪਹਿਲਵਾਨ, ਜਿਹੜਾ ਤੇਰੀ ਉੱਥੋਂ ਸਟਾਰਟਿੰਗ, ਤੂੰ ਇੰਨਾ ਸੋਹਣਾ ਤੂੰ ਸਫ਼ਰ ਆਪਣਾ ਰੁਸਤਮੇ ਪੰਜਾਬ ਤੇ ਸ਼ੁਰੂ ਕੀਤਾ, ਉਹਦੇ ਬਾਅਦ ਜਿਹੜੀ ਤੇ ਉਸ ਤੋਂ ਬਾਅਦ ਤੇਰਾ ਮਨ ਜਿਹੜਾ ਤੂੰ ਘੋਲ ਦਾ ਜਿਹੜਾ ਤੂੰ ਜਿੱਤੀ ਆ, ਜਦੋਂ ਤੈਨੂੰ ਐਨ ਤੈਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਮੈਂ ਨੈਸ਼ਨਲ ਵੀ ਜਿੱਤਣੀ ਆ, ਵੀ ਮਾਇੰਡ ਬਣਾ ਲਿਆ ਪਹਿਲਾਂ ਕਿ ਨਹੀਂ ਬਣਾਇਆ? ਨਹੀਂ ਭਾਈ ਏਦਾਂ ਹੁਣ ਏਦਾਂ ਮਿਲੀ, ਇੱਕ ਦੋ ਮੂਮੈਂਟ ਆਏ ਸੀ ਏਦਾਂ ਲਾਈਫ 'ਚ, ਇੱਕ ਹੈਗਾ ਸੀ ਤੇ ਮੈਂ 11ਵੀਂ 'ਚ ਸੀ, ਪੜ੍ਹ ਕੇ ਆਇਆ ਸੀ ਨੈਸ਼ਨਲ, ਬਹੁਤ ਦੂਜੇ ਪਾਸੇ ਕੈਨੇਡਾ ਹੋਈ ਸੀ, ਉਦੋਂ ਸਾਡੀ ਟੈਕਟੀ ਬਾਈਕ ਸੋ ਦੀ ਹੋਈ ਸੀ, ਹੁਣ ਤੁਹਾਨੂੰ ਪਤਾ ਡੈਡੀ ਆਪਣਾ ਆਮ ਕੰਮ ਕਰਦਾ, ਮੰਮੀ ਆਮ ਕੰਮ ਕਰਦੀ, ਉਦੋਂ 2200 ਮੈਂ ਡੈਡੀ ਨੂੰ ਦੇਖਿਆ, ਉਹਨੇ ਦਿੱਤਾ ਮੈਨੂੰ, ਥੋੜ੍ਹਾ ਜਿਹਾ ਲੱਗਾ ਆਪਣਾ ਕੁਛ ਕਰਕੇ ਆਉਣਾ, ਪਰ ਉੱਥੇ ਜਾ ਕੇ ਮੈਂ ਸੈਮੀ ਫਾਈਨਲ 'ਚ ਹਾਰ ਗਿਆ ਜੀ, ਤੇ ਉਦੋਂ ਮਨ ਇੰਨਾ ਖਰਾਬ ਹੋਇਆ, ਮੇਰਾ ਬਰੋਂਜ਼ ਵੀ ਨਹੀਂ ਆਇਆ ਘੋਲਾਂ ਖਰਾਬ, ਹਾਂਜੀ 11ਵੀਂ 'ਚ, ਤੇ ਮੈਨੂੰ ਪਤਾ ਸੀ ਏਅਰਪੋਰਟ ਤੋਂ ਆਉਂਦੇ ਸੀ, ਮੇਰੇ ਇੰਨਾ ਗੁੱਸਾ ਸੀ, ਮੈਂ ਕਿਹਾ ਅਗਲੇ ਸਾਲ ਗੋਲਡ ਜਿੱਤਣਾ ਹੀ ਜਿੱਤਣਾ, ਅਸੀਂ ਆਪਾਂ ਘਰ ਨਹੀਂ ਪਹੁੰਚੇ ਸੀ ਜਿੱਥੇ ਮੈਨੂੰ ਰਸਤਾ ਇੱਦਾਂ, ਹੁਣ ਮੈਨੂੰ ਪਤਾ ਲੱਗ ਗਿਆ ਕਰਕੇ, ਏਅਰਪੋਰਟ ਕਾਫੀ ਦੂਰ ਹੈ ਨਾ, ਇੱਦਾਂ 45 ਮਿੰਟ ਲੱਗ ਜਾਂਦੇ, ਮੈਨੂੰ ਪਤਾ ਲੱਗ ਗਿਆ ਹੁਣ ਮੈਨੂੰ ਇੱਥੋਂ ਰਸਤਾ ਘਰ ਦਾ ਪਤਾ, ਮੈਂ ਕਿਹਾ ਡੈਡੀ ਮੈਨੂੰ ਇੱਥੇ ਛੱਡ ਦੇ, ਮੈਂ ਆਪ ਹੀ ਭੱਜ ਕੇ ਆਉਣਾ, ਮੈਂ ਕਿਹਾ ਮੇਰੀ ਮਿਹਨਤ ਇਸ ਟਾਈਮ ਸ਼ੁਰੂ ਆ, ਹਜੇ ਮੈਂ ਘਰ ਹੀ ਨਹੀਂ ਆਇਆ ਸੀ ਏਅਰਪੋਰਟ ਤੋਂ, ਤੇ ਉੱਥੋਂ ਆਪਣੀ ਰਨਿੰਗ ਕਰਕੇ ਇੱਥੇ ਗਰਾਹ 'ਚ ਮਿਹਨਤ ਲਾ ਕੇ
ਫਿਰ ਮਾੜੀ ਬੋਡੀ ਨੂੰ ਥੋੜੀ ਕੰਫਰਟ ਆਈ ਨਹੀਂ ਅਗਲੇ ਸਾਲ ਆਪਾਂ ਜਿੱਤਣਾ ਤੇ ਅਗਲੇ ਸਾਲ ਆਪਣੇ 12ਵੀਂ ਚ ਗੋਲਡ ਮੈਡਲ ਆਇਆ ਵੀ ਨੈਸ਼ਨਲ ਚ ਤੇ ਦੂਜੀ ਵਾਰੀ ਹਜੇ ਮੈਂ ਨਿਆਣਾ ਹੀ ਸੀ 17-18 ਸਾਲਾਂ ਚ ਹਜੇ ਦਾੜੀ ਮੁੱਛ ਵੀ ਨਹੀਂ ਆਈ ਸੀ ਤੇ ਮੇਰੀ ਜਗਰੂਪ ਭੁੱਲਰ ਨਾਲ ਘੋਲ ਪੈ ਗਈ ਸੀ ਤੇ ਜਗਰੂਪ ਭੁੱਲਰ ਮੈਨੂੰ ਉਦੋਂ ਡੈਡੀ ਵੀ ਕਹਿ ਗਏ ਕਹਿੰਦਾ ਉਹ ਤੂੰ ਸਿਆਣਾ ਵੱਡਾ ਆ ਥੋੜ੍ਹਾ ਜਿਹਾ ਬਚ ਕੇ ਕੋਲੀ ਤੇਰੇ ਸੱਟ ਨਾ ਲੱਗ ਜਾਵੇ ਹਜੇ ਉਹ ਇਹਨਾਂ ਦੀ ਇੰਨੀ ਇਹੀ ਗੱਲਾਂ ਸੀ ਮੁੰਡੇ ਸੱਟ ਨਾ ਲੱਗ ਜਾਵੇ ਹਜੇ ਛੋਟਾ ਆ ਤੇ ਮੈਂ ਮੈਨੂੰ ਕੋਈ ਏਦਾਂ ਅੱਜ ਤੱਕ ਵੀ ਨਹੀਂ ਹੈਗਾ ਜਿੱਤਣ ਹਾਰ ਦਾ ਮੈਂ ਕਿਹਾ ਮੈਂ ਆਪਣਾ ਜ਼ੋਰ ਦਿਖਾਉਣਾ ਤੇ ਮੈਂ ਉੱਥੇ ਗਿਆ ਤੇ ਆਪਣਾ ਉਦੋਂ ਤੁਸੀਂ ਵੀ ਨਾਲ ਬੈਠੇ ਸੀ ਰਵੀ ਸੋਢੀ ਵੀ ਸੀ ਤੇ ਉਹ ਕੋਲ ਤਿੰਨ ਤੇ ਬਰਾਬਰ ਗਈ ਤੇ ਉਸ ਟਾਈਮ ਜਗਰੂਪ ਆਪਣੀ ਓਲੰਪਿਕ ਦੀ ਤਿਆਰੀ ਕਰਦਾ ਸੀ ਇੰਗਲੈਂਡ ਵੱਲੋਂ ਤੇ ਸਾਰੇ ਹੈਰਾਨ ਹੋ ਗਏ ਮੈਂ ਉਦੋਂ ਹਾਰ ਗਿਆ ਹੀ ਕਹਿ ਕੇ ਜਗਰੂਪ ਨੇ ਤਿੰਨ ਇਕੱਠੇ ਬਣਾਏ ਸੀ ਮੇਰੇ ਤਿੰਨ ਇੱਕ ਇੱਕ ਸੀ ਬਟ ਘੋਲ ਪੂਰੀ ਬਰਾਬਰ ਗਈ ਤੇ ਜਗਰੂਪ ਦੇ ਡੈਡੀ ਨੇ ਮੈਨੂੰ ਐਂਡ ਤੇ ਆ ਕੇ ਮੈਨੂੰ $50 ਦਾ ਨੋਟ ਦਿੱਤਾ ਕਹਿੰਦਾ ਸ਼ਾਬਾਸ਼ ਪੁੱਤ ਹਾਂ ਤੂੰ ਬਹੁਤ ਵਧੀਆ ਭੁੱਲਿਆ ਤੇ ਮੈਨੂੰ ਉਸ ਟਾਈਮ ਬਹੁਤ ਵਧੀਆ ਲੱਗਾ ਤੇ ਉਦੋਂ ਉਸ ਦਿਨ ਤੋਂ ਬਾਅਦ ਲੋਕੀ ਕਹਿਣ ਲੱਗ ਪਏ ਸੀ ਇਹ ਮੁੰਡਾ ਕੁਛ ਕਰ ਸਕਦਾ ਵਧੀਆ ਘੋਲ ਸਕਦਾ ਬਹੁਤ ਘੱਟ ਇਨਸਾਨ ਹੁੰਦੇ ਆਪਾਂ ਕਿਸੇ ਨੂੰ ਸ਼ਾਬਾਸ਼ ਵੀ ਜਿਹੜੀ ਦੇਣੀ ਆ ਤੁਹਾਨੂੰ ਲੱਗਾ ਵੀ ਪਹਿਲਵਾਨ ਚ ਕੁਛ ਹੈਗਾ ਸੀ ਪਹਿਲਵਾਨ ਉਦੋਂ ਕਿੱਦਾਂ ਲੱਗਦਾ ਹੁੰਦਾ ਸੀ ਜਦੋਂ ਤੁਹਾਨੂੰ ਜਿਹੜੇ ਕੋਚ ਵੀ ਜਿੱਦਾਂ ਸਾਰੇ ਵਿੱਚ ਅਸੀਂ ਵੀ ਆਉਂਦੇ ਹਾਂ ਜਦੋਂ ਤੇਰਾ ਸਰੀਰ ਮੁੜਦਾ ਨਹੀਂ ਸੀ ਵੀ ਆ ਕੇ ਕੰਧ ਨਾਲ ਖੜ ਜਾਣਾ ਵੀ ਕਹਿਣਾ ਭਾਰਾ ਸਰੀਰ ਆ ਤੈਨੂੰ ਰੈਸਲਿੰਗ ਤੋਂ ਇੱਦਾਂ ਵੀ ਡਰ ਨਹੀਂ ਸੀ ਲੱਗਦਾ ਵੀ ਮੇਰੇ ਤੋਂ ਇਹ ਹੋਣੀ ਨਹੀਂ ਹੈਗੀ ਮੂਵ ਇਹ ਕਿਹੜੇ ਕਰਾਈ ਜਾਂਦੇ ਆ ਜਿੱਦਾਂ ਨਹੀਂ ਭਾਈ ਮੈਂ ਅੱਜ ਉਦਾਂ ਗੱਲ ਇਹ ਲਿਖੀ ਸੀ ਮੈਂ ਜ਼ਰੂਰ ਕਹਿਣੀ ਸੀ ਆਪਣਾ ਹਰਗੋਬਿੰਦ ਕਲੱਬ ਬਹੁਤ ਵੱਡਾ ਕਲੱਬ ਸੀ 100 ਬੰਦਾ ਉੱਥੇ ਹੋਣਾ ਤੇ ਕੋਚ ਵੀ 4-5 ਸੀ ਬਟ ਜਿਹੜੇ ਮੁੰਡੇ ਬਾਹਲੇ ਚੱਲਦੇ ਸੀ ਬਾਹਲੇ ਛੇਤੀ ਤਗੜੇ ਹੋ ਗਏ ਉਹਨਾਂ ਨੂੰ ਹੋਰ ਕੋਚ ਲੈ ਜਾਂਦੇ ਸੀ ਤੇ ਹਰਜੀਤ ਭਾਈ ਨੇ ਚੁੱਪ ਕੀਤਾ ਕਿਸੇ ਨੂੰ ਕੁਛ ਕਹਿਣਾ ਨੀ ਇਹਨੂੰ 4-5 ਉਹ ਮੁੰਡੇ ਦਿੱਤੇ ਹੁੰਦੇ ਸੀ ਜਿਹਨਾਂ ਨੂੰ ਬਾਹਲਾ ਆਉਂਦਾ ਨੀ ਸੀ ਟਾਈਮ ਪਾਸ ਲਈ ਆਉਂਦੇ ਉਹਨਾਂ ਚ ਮੈਂ ਵੀ ਗਿਣਤੀ ਚ ਆਉਂਦਾ ਮੇਰਾ ਭਰਾ ਵੀ ਆਉਂਦਾ ਤੇ ਭਾਈ ਨੇ ਉਹੀ ਬੰਦਿਆਂ ਨੂੰ ਜਿਹਨਾਂ ਨੂੰ ਨਿਕੰਮੇ ਲੋਕੀ ਸਮਝਦੇ ਸੀ ਤਗੜੇ ਕੀਤੇ ਆ ਏਦਾਂ ਨੀ ਉਹਨੇ ਪਿੱਕ ਕੀਤੇ ਮੈਂ ਇਹ ਬੰਦਾ ਵਧੀਆ ਚੱਲਦਾ ਇਹਨੂੰ ਤਗੜਾ ਕਰਾਉਣਾ ਆਪਾਂ ਤੁਹਾਡੇ ਬ੍ਰਦਰ ਦੇ ਘਰ 4-5 o'clock ਸਵੇਰੇ ਉੱਠ ਕੇ ਮਿਹਨਤ ਜਾਂਦੇ ਹੁੰਦੇ ਸੀ ਤੇ ਭਾਜੀ ਨੇ ਸਾਰੀ ਉਸ ਚੀਜ਼ ਦਾ ਕਦੇ ਚਿੰਤਾ ਨਹੀਂ ਭੁਲਾ ਸਕਦੇ ਜਿਹੜੀ ਤੇਰੀ ਪਹਿਲੀ ਪਹਿਲਵਾਨ ਤੇਰੀ ਘੋਲ ਹੋਈ ਸੀ ਉਦੋਂ ਆਪਣੇ ਬੀਸਲੀ ਦਾ ਨਾਂ ਸੀਗਾ ਹਾਂਜੀ ਤੇਰੀ ਮਤਲਬ ਸ਼ਟਲ ਘੋਲ ਹੋਈ ਸੀ ਉਹ ਜਿਹੜੀ ਫਾਸਟ ਇੱਕ ਹੋਰ ਹਾਂਜੀ ਉਹਦੇ ਬਾਰੇ ਵੀ ਆਪਣੇ ਦੱਸ ਉਹ ਵੀ ਏਦਾਂ ਹੀ ਆ ਹੁਣ ਉਦੋਂ ਬੀਸਲੀ ਦਾ ਨਾਂ ਸੀ ਆਪਾਂ ਹਜੇ ਨਵੇਂ ਸੀ ਤੇ ਘੋਲ ਬਰਾਬਰ ਜੀ ਚੱਲ ਗਈ ਤੇ ਉਦੋਂ ਵੀ ਲੋਕੀ ਕਹਿਣ ਲੱਗ ਪਏ ਸੀ ਇਹ ਮੁੰਡਾ ਕੁਛ ਕਰ ਸਕਦਾ ਹਾਂਜੀ ਛੋਟੀ ਉਮਰ ਚ ਵੱਡੇ ਲੋਜ ਮੈਚ ਗਿਆ ਸੀ ਹਾਂਜੀ ਤੇਰਾ ਉਦੋਂ ਜਿਹੜੀਆਂ ਪਹਿਲੀਆਂ ਘੋਲਾਂ ਚ ਤੇਰਾ ਉਹ ਗੁੱਡ ਨਾਂ ਤੂੰ ਕੀਤਾ ਉਹ ਵੀ ਹਾਂਜੀ ਤਾਂ ਪਹਿਲਵਾਨ ਜਿਹੜਾ ਤੇਰੀ ਇਸ ਜਿਹੜੀ ਸਾਰੀ ਮਿਹਨਤ ਦੇ ਪਿੱਛੇ ਤੂੰ ਇੰਨਾ ਸੇਲਡੀ ਸੀ ਜਾਂ ਮਿਹਨਤ ਸਵੇਰੇ ਸ਼ਾਮ ਤੂੰ ਲਾਉਂਦਾ ਸੀ ਤਾਂ ਕਿੰਨੀ ਕਿੰਨੀ ਮਿਹਨਤ ਕਰਦਾ ਸੀ ਉਸ ਟਾਈਮ ਭਾਈ ਮਿਹਨਤ ਤਾਂ ਬਹੁਤ ਮਿਹਨਤ ਨੂੰ ਆਪਾਂ ਨੂੰ ਪੈਸ਼ਨ ਬਹੁਤ ਆ ਮੈਂ ਅੱਜ ਤੱਕ ਵੀ ਹੁਣ ਮੈਂ ਜੋਬ ਵੀ ਕਰਦਾ ਫੁੱਲ ਆਪਣੇ 12 ਘੰਟੇ ਲਾਉਂਦਾ ਆ ਤੇ 12 ਘੰਟੇ ਦੇ ਵਿੱਚ ਵਿੱਚ ਮੈਂ ਆਪਣੀ 2 ਟਾਈਮ ਹਜੇ ਵੀ ਮਿਹਨਤ ਲਾਉਂਦਾ ਆ ਭਾਵਾਂ ਮੈਂ ਕੋਈ ਘੰਟਾ ਹੀ ਹੋਵੇ ਘੰਟਾ ਘੰਟਾ ਮੈਂ ਜ਼ਰੂਰ ਲਾਉਣੀ ਆ ਕਰਕੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਮੈਂ ਆਪਣੇ ਸਰੀਰ ਨੂੰ ਰੈਸਟ ਦੇਵਾਂ ਪਰ ਘਰੇ ਬਹਿ ਨਹੀਂ ਹੁੰਦਾ ਫਿਰ ਮਿਹਨਤ ਮਾੜੀ ਮੋਟੀ ਕੁਛ ਨਾ ਕੁਛ ਕਰੀ ਜਾਂਦੇ ਆ ਕਰਕੇ ਮੈਂ ਇਸ ਚੀਜ਼ ਦੇਖਿਆ ਜਿਹੜਾ ਬੰਦਾ ਫੀਲਡ 'ਚ ਜਾਂਦਾ ਉਹਨੂੰ ਆਪਣੇ ਆਪ 'ਤੇ ਕੌਨਫੀਡੈਂਸ ਚਾਹੀਦਾ ਮੈਂ ਅੱਜ ਜਿੱਤਣਾ ਆ ਮੈਂ ਅੱਜ ਯੂਨੋ ਫਸਟ ਪਲੇਸ ਆਉਣਾ ਆ ਉਹ ਕੌਨਫੀਡੈਂਸ ਤਾਂ ਹੀ ਆਊਗਾ ਜੇ ਤੁਸੀਂ ਆਪਣੀ ਮਿਹਨਤ ਲਾਈ ਹੋਊਗੀ ਪਹਿਲਵਾਨ ਮੇਰਾ ਜਿਹੜਾ ਸਵਾਲ ਹੈ ਤੂੰ ਉਸ ਟਾਈਮ ਦੇਸੀ ਮਿਹਨਤ ਜ਼ਿਆਦਾ ਲਾਉਂਦਾ ਡੰਡ ਬੈਠਕਾਂ ਸ਼ੁਰੂ ਕੀਤੀਆਂ ਕਿ ਵੇਟ ਟ੍ਰੇਨਿੰਗ ਸ਼ੁਰੂ ਕੀਤੀ ਆ ਜਿਹੜੀ ਤੇਰੇ ਨਾਲ ਐਕਸਟਰਾ ਮਿਹਨਤ ਕੀ ਸੀ ਰੈਸਲਿੰਗ ਮੈਂ ਦੋਨੀ ਕਰੀ ਗਿਆ ਹਾਂਜੀ ਦੇਸੀ ਮਿਹਨਤ ਬਾਹਲੀ ਵੀ ਨਹੀਂ ਕਿੱਦਾਂ ਹੁਣ ਮੈਂ ਦੇਖਦਾ ਆਪਣੇ ਖਾੜੇ ਦੇ ਮੁੰਡੇ ਛੋਟੇ ਛੋਟੇ 100 ਛਪਾਟੇ ਲਾ ਦਿੰਦੇ ਆ ਮੈਂ ਕਦੇ 100 ਤਾਂ ਨਹੀਂ ਇਕੱਠਾ ਲਾਇਆ ਰਾਈਟ ਐਵੇਂ ਕਵਾਂ ਨਾ ਮੈਂ ਡੰਡ ਇਕੱਠੇ ਇੰਨੇ ਲਾਏ ਆ ਪਰ ਜਿੰਨੀ ਕੁ ਮੁੱਕੋ ਹੁੰਦੀ ਸੀ ਮੈਂ ਕਰਦਾ ਜ਼ਰੂਰ ਸੀ ਭਾਵਾਂ ਮੁੱਕੋ ਥੋੜੇ ਲੱਗਣ ਮੈਂ ਕਰਨੇ ਪੂਰੇ ਸੀ ਹਾਂਜੀ ਤੇ ਵਿੱਚੋਂ ਵਿੱਚ ਆਪਣਾ ਵੇਟ ਲਿਫਟਿੰਗ ਵੀ ਕਰੀ ਜਾਂਦੇ ਸੀ ਆਪਣੀ ਰਨਿੰਗ ਵੀ ਜ਼ਰੂਰੀ ਰਨਿੰਗ ਮੈਂ ਬਹੁਤ ਕੀਤੀ ਪਹਿਲਾਂ ਜਿਹੜੇ ਆਪਣੇ ਇੱਥੇ ਜਿਹੜੇ ਟੂਰਨਾਮੈਂਟ ਪੰਜਾਬੀ ਹੁੰਦੇ ਆ ਇਹਨਾਂ ਦੇ ਵਿੱਚ ਜਿੱਦਾਂ ਹਰ ਵੇਲੇ ਅਸੀਂ ਤੁਹਾਨੂੰ ਦੇਖਿਆ ਝੰਡੀਆਂ ਤੇ ਜਿੱਦਾਂ ਪਹਿਲਵਾਨ ਤਾਂ ਉਦੋਂ ਵੀ ਬਹੁਤ ਤਕੜੇ ਤਕੜੇ ਸੀਗੇ ਜਿੱਦਾਂ ਹਾਂਜੀ ਤੇਰਾ ਉਦੋਂ ਤੈਨੂੰ ਕਿੱਦਾਂ ਲੱਗਦਾ ਹੁੰਦਾ ਸੀ ਵੀ ਤੂੰ ਜਿੱਤਣ ਲਈ ਵੀ ਕੀ ਉਹਦੇ ਲਈ ਕਰ ਰਿਹਾ ਉਦੋਂ ਤੇਰੀ ਸਨੀ ਟੀਮ ਸੀ ਨਾ ਹੋ ਗਈਆਂ ਘੋਲਾਂ ਆਪਣੇ ਹੋਰ ਪਹਿਲਵਾਨਾਂ ਨਾਲ ਜੋ ਗਰੁੱਪ ਨਾਲ ਹੋਈ ਆ ਮਨ ਚ ਕੀ ਆਉਂਦਾ ਸੀ ਵੀ ਮੈਂ ਬੀਸਲੇ ਨਾ ਹੋਈ ਆ ਵੀ ਤੈਨੂੰ ਕੀ ਲੱਗਦਾ ਸੀ ਮੈਂ ਝੰਡੀ ਕਿੱਦੋਂ ਬੰਨੂਗਾ ਆਪਣੇ ਸਿਰ ਤੇ ਵੀ ਤੇਰੇ ਚ ਕੀ ਘਾਟ ਆ ਉਦੋਂ
ਭਾਈ ਥੋੜੇ ਆਪਣੇ ਰਵੀ ਸੋਢੀ ਦੀ ਡੈਥ ਹੋ ਗਈ ਸੀ, ਉਹ ਮੇਰਾ ਉਸਤਾਦ ਸੀ ਸਭ ਤੋਂ ਪਹਿਲਾਂ, ਹੈ ਨਾ, ਤੇ ਉਸ ਨਾਲ ਮੈਂ ਬਹੁਤ ਡਿਸਕਰੇਜ ਹੋ ਗਿਆ, ਹੈ ਨਾ, ਜੇ ਆਪਣਾ ਕਹਿ ਦਈਏ ਆਪਣਾ ਭਰਾ ਦੀ ਡੈਥ ਹੋ ਗਈ ਸੀ, ਹੈ ਨਾ, ਤੇ ਤੁਹਾਨੂੰ ਵੀ ਪਤਾ, ਤੇ ਉਸ ਚੋ ਕਦੋਂ ਉਹਦੀ ਡੈਥ ਹੋ ਗਈ ਮੈਂ ਥੋੜਾ ਏਦਾਂ ਮੈਨੂੰ ਲੱਗਦਾ ਸੀ ਮੈਨੂੰ ਹੁਣ ਕੋਈ ਰਾਹ ਨੀ ਹੈਗਾ ਰੈਸਲਿੰਗ ਵਾਲ ਚ, ਥੋੜਾ ਮੈਂ ਪਿੱਛੇ ਹਟ ਗਿਆ ਸੀ ਤੇ ਕਬੱਡੀ ਵੱਲ ਚਲ ਗਿਆ ਸੀ, ਪਰ ਜੇ ਮੈਨੂੰ ਲੱਗਦਾ ਉਹ ਅੱਜ ਤੱਕ ਹੁੰਦਾ ਡਿਫਰੈਂਟ ਗੱਲਾਂ ਹੋਣੀਆਂ ਸੀ। ਰਵੀ ਸੋਢੀ ਮੇਰਾ ਵੀ ਬਹੁਤ ਕਲੋਜ਼ ਦੋਸਤ ਸੀ, ਸਾਡੀਆਂ ਘੋਲਾਂ ਵੀ ਹੋਈਆਂ, ਉਹਨੇ ਇੱਥੇ ਮੈਨੂੰ ਜਿੱਤਿਆ ਵੀ ਅੱਜ ਤਾਂ, ਤਾਂ ਉਹਦੇ ਸਿੰਗਲਟ ਸ਼ੂ ਮੈਂ ਉਹਦੇ ਪਾਉਂਦਾ ਰਿਹਾ, ਜੱਸੀ ਵੀ ਉਹਦਾ ਸਟੂਡੈਂਟ ਵੀ ਰਿਹਾ, ਮੈਨੂੰ ਵੀ ਉਹਨੇ ਬਹੁਤ ਨਾਲ ਗੱਲਾਂ ਵੀ ਹੋਰ ਦੱਸੀਆਂ, ਜਿੱਦਾਂ ਅਸੀਂ ਰੈਸਲਿੰਗ 'ਚ ਬਹੁਤ ਕੁਛ ਕਰਨਾ ਸੀ ਤਾਂ ਉਹਦੀ ਯਾਦ ਅੱਜ ਜੱਸੀ ਨੇ ਕਰਾਈ ਆ ਦੁਬਾਰਾ, ਫਿਰ ਮਨ ਥੋੜ੍ਹਾ ਜਿਹਾ ਸੈਡ ਹੋਇਆ ਜ਼ਰੂਰ। ਤਾਂ ਪਹਿਲਵਾਨ ਜਿੱਦਾਂ ਉਹਨੂੰ ਤਾਜ਼ਾ ਰੱਖਣ ਲਈ ਤੁਸੀਂ ਕਰ ਰਹੇ ਹਾਂ, ਜਦੋਂ ਵੀ ਤੂੰ ਜਿੱਦਾਂ ਜਾਂ ਉਹਦਾ ਨਾਂ ਜ਼ਰੂਰ ਆਉਂਦਾ ਆ, ਜਿੱਦਾਂ ਜਦੋਂ ਜਿਸ ਸਾਲ ਫਿਰ ਤੁਸੀਂ ਇੰਡੀਆ ਰੁਸਤ ਮੇਂ ਪੰਜਾਬ ਗਏ ਹੋ, ਉਹ ਕਿਹੜੇ ਸੰਨ 'ਚ ਗਏ ਜਦੋਂ? ਆਈ ਥਿੰਕ ਮੇ ਬੀ 2017-2016 ਗਏ ਸੀ ਆਪਾਂ, ਹਾਂਜੀ ਯਾ, ਉੱਥੇ ਵਧੀਆ। ਉਸ ਤੋਂ ਕਿੰਨਾ ਕਿੰਨਾ ਘੋਲਾਂ ਹੋਈਆਂ ਉੱਥੇ ਤੁਹਾਡੀਆਂ? ਉੱਥੇ ਹੁਣ ਮੈਨੂੰ ਚੇਤਾ ਨਹੀਂ ਕੌਣ ਕੌਣ ਸੀ, ਪਰ ਕਈ ਮੁੰਡੇ ਆਏ ਹੋਏ ਸੀ ਤੇ ਵਧੀਆ ਘੋਲਾਂ ਹੋਈਆਂ। ਕੀ ਐਕਸਪੀਰੀਅੰਸ ਰਿਹਾ ਜਿਹੜਾ, ਤੈਨੂੰ ਕਿੱਦਾਂ ਲੱਗਾ ਵੇ ਇੰਡੀਆ ਦੇ ਜਿਹੜੇ ਭਲਵਾਨ ਆ ਕਿੱਥੇ ਕਰੇ ਦੁਆ ਆ? ਭਾਜੀ ਉਹਨਾਂ ਚੋਂ ਕਈ ਮੁੰਡੇ ਠੀਕ ਵੀ ਸੀ, ਕਈਆਂ ਦਾ ਲੈਵਲ ਥੋੜਾ ਵੀ ਸੀ, ਪਰ ਇੱਕ ਚੀਜ਼ ਮੈਂ ਉੱਥੇ ਬਹੁਤ ਦੇਖੀ, ਉੱਥੇ ਇੰਡੀਆ ਵਾਲਿਆਂ ਦੇ ਐਥਲੀਟਾਂ ਦਾ ਡਿਸਪਲਿਨ ਬਹੁਤ ਆ, ਹੈ ਨਾ, ਤੇ ਉਹ ਮਿਹਨਤੀ ਬਹੁਤ ਆ, ਬਹੁਤ ਜ਼ਿਆਦਾ ਮਿਹਨਤ ਲਾਉਂਦੇ ਕਰਕੇ, ਪਰ ਇਹ ਥੋੜ੍ਹੀ ਗੇਮ ਟ੍ਰਿਕੀ ਆ, ਜਿੰਨੀ ਮਿਹਨਤ ਨਾਲ ਆਪਾਂ ਨੂੰ ਥੋੜ੍ਹਾ ਕੋਚਿੰਗ ਵੀ ਜ਼ਰੂਰੀ ਆ, ਟੈਕਨੀਕ ਵੀ ਜ਼ਰੂਰੀ ਆ। ਹੁਣ ਮੈਂ ਨਾਂ ਤਾਂ ਨਹੀਂ ਲੈਣਾ, ਪਰ ਮੈਂ ਉੱਥੇ ਇੱਕ ਕਲੱਬ 'ਚ ਗਿਆ ਸੀ ਤੇ ਉੱਥੇ ਮੁੰਡਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਸੀ, ਨਾਂ ਤਾਂ ਨਹੀਂ ਲੈਣਾ, ਪਰ ਉੱਥੇ 10-15 ਪੰਜਾਬੀ ਮੁੰਡੇ ਸੀ ਮਿਹਨਤ ਲਾਉਂਦੇ, ਬਹੁਤ ਜ਼ਿਆਦਾ ਮਿਹਨਤ ਲਾਉਂਦੇ, ਆਪਣੇ ਕੈਨੇਡਾ ਨਾਲੋਂ ਵੀ ਵੱਧ, ਪਰ ਉਹਨਾਂ ਕੋਈ ਫੈਸਿਲਿਟੀ ਨਹੀਂ ਸੀ, ਨਾ ਕੋਈ ਕੋਚਿੰਗ ਸੀ, ਨਾ ਕੋਈ ਬਾਲੀ ਖਾਸ ਡਾਇਟ ਸੀ। ਪਰ ਜਦੋਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਉਹਨਾਂ ਦੇ ਓਲੰਪਿਕ ਸੁਪਨੇ ਸੀ ਅਸੀਂ ਵਰਲਡ ਸਟੇਜ ਤੇ ਜਾਣਾ, ਪਰ ਉਹਨਾਂ ਨੂੰ ਉਸ ਟਾਈਮ ਗਟਰੈਂਚ ਬਣੀ ਵਾਲਾ ਚੰਗੀ ਤਰ੍ਹਾਂ ਆਉਂਦਾ ਸੀ, ਸੋ ਮੈਨੂੰ ਉਹਨਾਂ ਦੇ ਥੋੜੇ ਤਰਸ ਆਇਆ, ਮੈਂ ਕਿ ਬੰਦੇ ਆਪਣਾ ਥੋੜਾ ਟਾਈਮ ਵੇਸਟ ਕਰਦੇ ਕਰਕੇ ਇਹ ਮਿਹਨਤ ਇੰਨੀ ਲਾਈ ਜਾਂਦੇ, ਪਰ ਇਹਨਾਂ ਨੂੰ ਕੁਛ ਪਤਾ ਨਹੀਂ। ਪਰ ਮੇਰੇ ਨਾਲ ਵੀ ਇੱਦਾਂ ਹੋਇਆ, ਮੈਂ ਕਦੋਂ ਹੈਰਾਨੀ ਕੋਚਾਂ ਨਾਲ ਰਸ਼ੀਅਨ ਕੋਚਾਂ ਨਾਲ ਕੈਂਪਾਂ ਲਾਈਆਂ, ਮੈਨੂੰ ਇੰਨਾ ਕੁਛ ਸਿੱਖਣ ਨੂੰ ਮਿਲਿਆ, ਮੈਨੂੰ ਲੱਗਦਾ ਸੀ ਜਿੱਦਾਂ ਮੈਂ ਆਪਣੇ 10-15 ਸਾਲ ਬੇਇੱਜ਼ਤੀ ਕੀਤੀ ਇੱਥੇ ਕੈਨੇਡਾ, ਉਹਨਾਂ ਦੀ ਭਲਵਾਨੀ ਇੰਨੀ ਹਾਈ ਲੈਵਲ ਸੀ। ਸੋ ਅੱਜ ਮੈਂ ਹੁਣ ਨੋਟਿਸ ਕਰਦਾ ਇੰਡੀਆ ਦੇ ਓਲੰਪਿਕ ਮੈਡਲ ਕਾਹਤੋਂ ਆਉਣ ਲੱਗ ਪਏ, ਉਹਨਾਂ ਨੂੰ ਪਤਾ ਸੀ ਸਾਡੀ ਮਿਹਨਤ ਬਹੁਤ ਆ, ਸਾਡਾ ਡਿਸਿਪਲਿਨ ਬਹੁਤ ਆ, ਉਹਨੇ ਨਾਲ ਬਾਹਰਲੇ ਕੋਚ ਰੱਖ ਲਿਆ, ਹੁਣ ਉਹ ਕਾਮਯਾਬ ਹੋਈ ਜਾਂਦੇ ਆ ਤੇ ਉਹ ਬਹੁਤ ਤਗੜੇ ਭਲਵਾਨ ਆਉਂਦੇ ਇੰਡੀਆ ਤੋਂ। ਇਸ ਟਾਈਮ ਪੰਜਾਬ ਦੀ ਗੱਲ ਕੀਤੀ ਸੀ, ਇੱਥੋਂ ਇਹਨੇ ਆਪਣੇ ਆਪ ਪਹਿਲਵਾਨ ਨੇ ਜਵਾਬ ਦਿੱਤਾ, ਅਸੀਂ ਉੱਧਰ ਨੂੰ ਬਾਅਦ ਜਾਵਾਂਗੇ, ਅਸੀਂ ਜਿਹੜੀ ਕੈਨੇਡਾ ਦੀ ਪਹਿਲਵਾਨੀ ਆ ਉਹਦੇ ਲਈ ਵੀ ਜਿਹੜਾ ਜਿਹੜੀ ਪ੍ਰੋਬਲਮ ਹੈ ਇੱਥੇ, ਜਿਹੜੇ ਕੋਚ ਆ ਪੁਰਾਣੇ ਉਹੀ ਬੈਠੇ ਆ ਕਿਉਂਕਿ ਰਿਜ਼ਲਟ ਨਹੀਂ ਨਿਕਲ ਰਿਹਾ ਪਹਿਲਵਾਨ ਜਿਹੜਾ, ਤੈਨੂੰ ਫਿਰ ਇਹਦੇ ਲਈ ਇੱਥੇ ਸਪੈਸ਼ਲ ਹੋਰ ਕੀ ਕਰਨਾ ਪਿਆ? ਤੂੰ ਆਪਣੇ ਵਰਲਡ ਪੁਲਿਸ 'ਚੋਂ ਤੇਰਾ ਗੋਲਡ ਮੈਡਲ ਜਦੋਂ ਲਿਆ, ਉਹਦੇ 'ਚ ਤੈਨੂੰ ਐਕਸਟਰਾ ਮਿਹਨਤ ਤੂੰ ਆਪਣੇ ਆਪ ਕੀਤੀ, ਕੋਈ ਕੋਚ ਹੋਰ ਹਾਇਰ ਕੀਤਾ ਜਾਂਦਾ ਆਪਣਾ? ਭਾਅ ਜੀ ਹੁਣ ਕਰਕੇ ਹੁਣ ਮੈਂ ਇਸ ਚੀਜ਼ ਤੋਂ ਲੱਕੀ ਹਾਂ, ਰਵੀ ਸੋਢੀ ਨੇ ਵੀ ਮੈਨੂੰ ਕੋਚਿੰਗ ਦਿੱਤੀ, ਤੁਸੀਂ ਵੀ ਮੈਨੂੰ ਕੋਚਿੰਗ ਦਿੱਤੀ, ਬੂਟਾ ਪਹਿਲਵਾਨ ਐਪ ਸਪੋਰਟ ਉਹਨਾਂ ਨੇ ਵੀ ਮੈਨੂੰ ਕੋਚਿੰਗ ਦਿੱਤੀ, ਫਿਰ ਮੈਂ SFU ਗਿਆ ਉੱਥੇ ਗੋਰੇ ਕੋਚਾਂ ਤੋਂ ਵੀ ਮੈਨੂੰ ਕੋਚਿੰਗ ਮਿਲੀ, ਸੋ ਜਿਹੜੀਆਂ ਚੀਜ਼ਾਂ ਮੈਨੂੰ ਉਹਨਾਂ ਤੋਂ ਵਧੀਆ ਲੱਗਿਆ ਮੈਂ ਉਹਨਾਂ ਤੋਂ ਲੈ ਲਈਆਂ ਹੁਣ, ਪਰ ਮੇਨਲੀ ਤਾਂ ਮੈਂ ਹੁਣ ਤੁਹਾਡੇ ਕੋਈ ਟ੍ਰੇਨਿੰਗ ਕਰਦਾ ਹਾਂ, ਅਤੇ ਜਿੰਨੀ ਵੀ ਆਪਾਂ ਨੂੰ ਹੁਣ ਕੋਚਿੰਗ ਮਿਲਦੀ ਆ ਆਪਾਂ ਉਹ ਥੋੜ੍ਹਾ ਲੈਵਲ ਬਣਾ ਲਿਆ ਆ, ਜਿਹੜਾ ਮੈਂ ਵਰਲਡ ਪੁਲਿਸ ਮੇਰੇ ਹਿਸਾਬ ਨਾਲ ਈਜ਼ਲੀ ਜਿੱਤ ਲਿਆ ਸੀ, ਕਿ ਤਾਂ ਘੋਲਾਂ ਤਾਂ ਕਾਫੀ ਹੋਈਆਂ ਪਰ ਮੈਨੂੰ ਕੋਈ ਬਾਹਲਾ ਔਖਾ ਨਹੀਂ ਲੱਗਾ। ਕਿੰਨੇ ਪਹਿਲਵਾਨ ਹੋਰ ਕਿਹੜੀਆਂ? ਉੱਥੇ ਪਾਕਿਸਤਾਨ, ਚਾਈਨਾ, ਮੰਗੋਲੀਆ, ਰਸ਼ਾ, ਇੰਡੀਆ, ਹਾਂਜੀ, ਪਰ ਉੱਥੇ ਥੋੜ੍ਹੀ ਇੱਦਾਂ ਵੀ ਸੀ, ਮੈਂ ਤਾਂ ਹੁਣ ਐਕਚੁਲੀ ਪੁਲਿਸ 'ਚ ਕੰਮ ਕਰਦਾ 12 ਘੰਟੇ ਆਪਣੀ ਸ਼ਿਫਟ ਲਾਉਂਦਾ, ਹੈ ਨਾ, ਉਹ ਜਿਹੜੇ ਉੱਥੇ ਕਈ ਆਏ ਹੋਏ ਸੀ ਉਹ ਤਾਂ ਨਹੀਂ, ਹਾਂ ਉਹ ਮਿਹਨਤ ਕਰਦੇ ਆਪਣੀ ਕੰਮ 'ਤੇ ਤਾਂ ਨਹੀਂ ਜਾਂਦੇ, ਪਰ ਫਿਰ ਵੀ ਮੈਂ ਕਿਹਾ ਮੈਨੂੰ ਕੋਈ ਕੇਅਰ ਨਹੀਂ, ਮੈਂ ਤਾਂ ਆਪਣਾ ਜ਼ੋਰ ਦਿਖਾਉਂਦਾ, ਮੈਂ ਫਿਰ ਵੀ ਤਗੜਾ ਆ ਅਤੇ ਆਪਾਂ ਫਿਰ ਬੀਟ ਕਰ ਹੀ ਦਿੱਤੇ। ਪ੍ਰਾਊਡ ਆ ਪਹਿਲਵਾਨ, ਆਪਾਂ ਰੋਸਤਮ ਦੀ ਆਵਾਜ਼ 'ਚ ਅਜੇ ਸਾਰੀਆਂ ਗੱਲਾਂ ਇੱਥੋਂ ਕਹਾਉਣੀਆਂ। ਤਾਂ ਪਹਿਲਵਾਨ ਜਿਹੜੀਆਂ ਤੇਰੀਆਂ ਇੱਥੇ ਘੋਲਾਂ ਹੋਈਆਂ, ਵੀ ਕਈਆਂ ਦੇ ਕਹਿਣੇ ਸੀ ਵੀ ਉਹ ਘੋਲਾਂ ਰਲ ਕੇ ਹੋਈਆਂ ਜਾਂ ਦੋਈਆਂ ਹੋਈਆਂ ਤੇਰੀਆਂ ਸਨੀ ਢੀਲ ਸੇਨਾ ਹੋਈਆਂ ਘੋਲਾਂ, ਉਹਨਾਂ ਬਾਰੇ ਜ਼ਰੂਰ ਦੱਸੋ ਆਪਣੇ ਕਈ ਪਬਲਿਕ, ਹਰੇਕ ਸੈਂਸ ਤੁਸੀਂ ਫਸਦੇ ਸੀ ਯਾ ਉਹ
ਏਦਾਂ ਸੀ ਭਾਈ ਸਟਾਈਲ ਹੁੰਦੇ ਆ ਹੁਣ ਸਨੀ ਢੀਂਸਾ ਇਹੋ ਜਿਹਾ ਭਲਵਾਨ ਸੀ ਉਹ ਮੈਂਟਕ ਚ ਸਾਰਿਆਂ ਨੂੰ ਢਾਲਦਾ ਜੀ ਕੋਈ ਕੋਈ ਹੋਊਗਾ ਇੱਥੇ ਜਿਹੜਾ ਉਹਨੂੰ ਮੈਂਟਕ ਤੋਂ ਵੱਧ ਚੈਲੰਜ ਦੇ ਗਿਆ ਹੈ ਨਾ ਜਗਿੰਦਰ ਲੱਡੂ ਇੰਡੀਆ ਦੇ ਰੋਸਤਮ ਭਲਵਾਨ ਉਹਨੇ 17-18 ਸਾਲ ਚ ਟਾਏ ਹੋਏ ਆ ਹੈ ਨਾ ਪਰ ਮੇਰਾ ਸਰੀਰ ਵੀ ਉਹਦੇ ਵਰਗਾ ਆ ਮੈਂ ਵੀ 1 ਕੁਇੰਟਲ 20 ਕਿਲੋ ਦਾ 6'3" ਆ ਮੈਂ ਉਹਦੇ ਬਰਾਬਰ ਖੜ ਸਕਦਾ ਜੀ ਕਦੇ ਸਾਡੀ ਘੋਲ ਬਰਾਬਰ ਗਈ ਆ 1-1 ਤੇ ਪਰ ਕਦੇ ਜਿੱਤਿਆ ਤੇ ਨੀ ਮੈਂ ਤੇ ਨਹੀਂ ਕਦੇ ਵੀ ਨੀ ਨਾ ਉਹਨੇ ਮੈਨੂੰ ਕਦੇ ਕਿਹਾ ਉਹਨੂੰ ਲੋੜ ਹੀ ਨੀ ਉਹ ਤਗੜਾ ਸੀ ਪਰ ਮੈਂ ਉਹਨੂੰ ਚੈਲੰਜ ਤਾਂ ਦਿੱਤਾ ਹੁਣ ਸਾਡਾ ਸਟਾਈਲ ਏਦਾਂ ਦਾ ਸੀ ਜਿਹੜਾ ਮੈਂ ਉਹਦੇ ਨਾਲ ਮੁਕਾਬਲਾ ਦੇ ਸਕਦਾ ਪਰ ਲੋਕਾਂ ਨੂੰ ਏਦਾਂ ਸੀ ਉਹ ਬਾਕੀਆਂ ਨੂੰ ਤਾਂ ਸਕਿੰਟਾਂ ਚ ਢਾ ਜਾਂਦਾ ਤੇ ਇੰਨਾ ਕਿੱਦਾਂ ਘੋਲ ਫਸਮੀ ਹੋ ਗਈ ਹੈਨਾ ਇਹ ਤਾਂ ਲੋਕਾਂ ਨੂੰ ਥੋੜੇ ਜਿਹਾ ਕਨਫਿਊਜ਼ਨ ਹੋ ਗਿਆ ਪਰ ਆਪਾਂ ਜਿੱਤ ਹਾਰ ਚ ਇੰਨੀ ਇੰਪੋਰਟੈਂਸ ਕਦੇ ਰੱਖੀ ਨੀ ਕੇਰੀ ਨੀ ਕੀਤੀ ਸੋ ਪਹਿਲਵਾਨ ਜਿਹੜੇ ਆਪਣੇ ਐਸ ਐਫ ਜੋ ਸੈਨਿਕ ਫਰੇਜਰ ਯੂਨੀਵਰਸਿਟੀ ਆ ਕੀ ਕਾਰਨ ਆ ਜਿਹੜੀ ਉਹ ਸਕੋਲਰਸ਼ਿਪ ਤੁਹਾਡੇ ਤੋਂ ਲੈ ਨਹੀਂ ਹੋਈ ਤੁਸੀਂ ਉੱਥੇ ਪੜ੍ਹਾਈ ਉਦੋਂ ਕੱਲ੍ਹ ਨਹੀਂ ਕੀਤੀ ਉੱਥੋਂ ਆ ਕੇ ਹਟ ਕੇ ਤੁਹਾਨੂੰ ਕਿਉਂ ਕਬੱਡੀ 'ਚ ਜਾਣਾ ਪਿਆ ਜਿਹੜਾ ਹਾਂਜੀ ਭਾਈ ਉੱਥੇ ਮੈਨੂੰ ਪਹਿਲਾਂ ਉਹਨਾਂ ਨੇ ਲਾਈ ਹੋਈ ਸੀ ਫਿਰ ਉੱਥੇ ਉਹਨਾਂ ਦੇ ਪ੍ਰੈਕਟਿਸ 'ਚ ਹੀ ਉਹਨਾਂ ਦੀ ਮਿਹਨਤ ਕਰਦੇ ਦੀ ਮੇਰੇ ਗੋਡੇ 'ਤੇ ਸੱਟ ਲੱਗੀ ਓਕੇ ਹੈਨਾ ਮੈਂ ਕੋਈ ਐਕਸਟਰਾ ਨਹੀਂ ਕਰਦਾ ਜੋ ਮੈਨੂੰ ਕਹਿੰਦੇ ਸੀ ਕਰ ਉੱਥੇ ਮੇਰੇ ਸੱਟ ਲੱਗੀ ਤੇ ਉਸੇ ਦਿਨ ਉਹਨਾਂ ਨੇ ਜਵਾਬ ਦੇ ਦਿੱਤਾ ਅੱਜ ਤੋਂ ਬਾਅਦ ਅਸੀਂ ਤੁਹਾਡੇ ਪੈਸੇ ਨਹੀਂ ਦੇ ਸਕਦੇ ਤੇ ਮੈਨੂੰ ਉਸ ਟਾਈਮ ਪੈਸੇ ਦੀ ਲੋੜ ਸੀ ਸੋ ਮੈਂ ਉਦੋਂ ਬਹੁਤ ਅਪਸੈਟ ਹੋਇਆ ਹੈਨਾ ਤੇ ਜਦੋਂ ਮੇਰਾ ਗੋਡਾ ਠੀਕ ਹੋ ਗਿਆ ਮੈਂ ਕਿਹਾ ਮੈਂ ਇਹਨਾਂ ਲਈ ਨਹੀਂ ਘੁਲਣਾ ਮੈਂ ਆਪਣੇ ਜੋ ਆਪਣੀ ਖੁਸ਼ੀ ਲਈ ਘੁਲੂੰਗਾ ਹੈਨਾ ਪੰਜਾਬੀ ਮੇਲੇ ਹੋ ਗਏ ਨੈਸ਼ਨਲ ਹੋ ਗਿਆ ਤੇ ਉਦੋਂ ਫਿਰ ਮੈਨੂੰ ਆਪਣੇ ਜਿਹੜੇ ਕਬੱਡੀ ਵਾਲੇ ਮੁੰਡੇ ਸੀ ਉਹ ਕਹਿੰਦੇ ਤੂੰ ਸਾਈਡ ਤੇ ਕਬੱਡੀ ਵੀ ਖੇਡਣ ਲੱਗ ਪਾ ਉਦੋਂ ਪਹਿਲਾਂ ਤਾਂ ਤੁਸੀਂ ਵੀ ਮੈਨੂੰ ਮਦਾ ਕੀਤਾ ਕਬੱਡੀ ਤੋਂ ਰਵੀ ਸੋਢੀ ਨੇ ਵੀ ਕੀਤਾ ਪਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਉਦੋਂ ਮੈਂ ਥੋੜ੍ਹਾ ਜਿਹਾ ਅਪਸੈਟ ਸੀ ਰੈਸਲਿੰਗ ਫੀਲਡ ਤੋਂ ਪਰੇ ਆ ਗਿਆ ਜੀ ਫਿਰ ਮੈਂ ਕਬੱਡੀ ਚ ਸ਼ੁਰੂ ਹੋ ਗਿਆ ਜੀ ਹਾਂਜੀ ਉਹਦੀ ਟੋਟਲੀ ਇਹੀ ਵਜ੍ਹਾ ਕਿ ਹੋਰ ਵੀ ਕੋਈ ਵਜ੍ਹਾ ਪਹਿਲਾਂ ਆਪਾਂ ਸੱਚ ਦੀ ਆਪਾਂ ਰਸਤਮ ਦੀ ਆਵਾਜ਼ ਚ ਆਪਾਂ ਸੱਚ ਬੋਲਣਾ ਸੱਚ ਬੋਲਣਾ ਗੱਲ ਹੈ ਭਾਈ ਇੱਥੇ ਕੌਮਟਾਂ ਨੀ ਆਫ ਕਰਨੀਆਂ ਮੈਨੂੰ ਪਤਾ ਨੀ ਸੀ ਇਹ ਰੋਤਮ ਦੀ ਆਵਾਜ਼ ਚ ਚੈਨਲ ਤੇ ਆਵਾਜ਼ ਜਿੱਦਾਂ ਕਿੱਥੋਂ ਚਲਾਉਣੀ ਸੀ ਉਹ ਮੇਰੇ ਤੋਂ ਚੱਲੀਆਂ ਨੀ ਹੁਣ ਕਮੈਂਟ ਆਉਣ ਸਾਰੇ ਜੇ ਤੁਸੀਂ ਪੁੱਛਦੇ ਆ ਮੈਨੂੰ ਇਸ ਗੱਲ ਤੋਂ ਮੈਂ ਅਪਸੈਟ ਆ ਭਲਵਾਨੀ ਚ ਭਲਵਾਨਾਂ ਦੀ ਮਿਹਨਤ ਬਹੁਤ ਜ਼ਿਆਦਾ ਆ ਪਰ ਇੱਥੇ ਕੋਈ ਪੁੱਛਦਾ ਨੀ ਕੋਈ ਕੇਅਰ ਨੀ ਕਰਦਾ ਤੁਸੀਂ ਮੇਲੇ ਦੇ ਜਾਓ ਜਦੋਂ ਗੱਦੇ ਸਿੱਟਣ ਲੱਗ ਪੈਂਦੇ ਆ ਲੋਕੀ ਪੈਗ ਲਾਉਣ ਚੱਲ ਜਾਂਦੇ ਭੱਜ ਜਾਂਦੇ ਸਾਰੇ ਪੈਗ ਲਾਉਣ ਚੱਲ ਜਾਂਦੇ ਆ ਭਲਵਾਨ ਆ ਗਏ ਹੈਨਾ ਬੋਰਿੰਗ ਆ ਰਾਈਟ ਤੇ ਮੈਨੂੰ ਉਸ ਚੀਜ਼ ਦਾ ਬਹੁਤ ਮਾੜਾ ਲੱਗਦਾ ਅਸੀਂ ਦਿਨ ਰਾਤ ਮਿਹਨਤ ਲਾਉਂਦੇ ਹਾਂ ਅਸੀਂ ਕਿਸੇ ਦੇ ਘਰ ਜਾਈਦਾ ਸਾਨੂੰ ਆਪ ਦੱਸਣਾ ਪੈਂਦਾ ਅਸੀਂ ਮਿਹਨਤ ਕਰਦੇ ਹਾਂ ਤੇ ਕਿਸੇ ਨੂੰ ਅਸੀਂ ਦੱਸੀਦਾ ਅਸੀਂ ਰੈਸਲਿੰਗ ਕਰਦੇ ਉਹਨਾਂ ਨੇ ਪੁੱਛਣਾ ਕਿੰਨੀਆਂ ਕੁ ਘੋਲਾਂ ਹੋਈਆਂ ਕਦੇ ਜਿੱਤੇ ਵੀ ਹਾਂ ਉਸ ਟਾਈਮ ਅਸੀਂ ਇੰਟਰਨੈਸ਼ਨਲ ਲੈਵਲ ਦੇ ਭਲਵਾਨ ਹੁੰਦੇ ਜੀ ਜਿਹੜੀ ਇਹ ਰੋਸਤਮ ਦੀ ਆਵਾਜ਼ ਦੀ ਇਹ ਰੋਸਤਮ ਦੀ ਅਸਲੀ ਆਵਾਜ਼ਾਂ ਆ ਇਹ ਅਸੀਂ ਤੁਹਾਡੇ ਤੇ ਪਹੁੰਚਦਿਆਂ ਕਰਨੇ ਆ ਤੁਸੀਂ ਜ਼ਰੂਰ ਸਾਡੇ ਨਾਲ ਟੱਚ ਰਹੋ ਤਾਂ ਅਸੀਂ ਹਜੇ ਬਹੁਤ ਗੱਲਾਂ ਹੋਰ ਕਰਨੀਆਂ ਪਹਿਲਵਾਨ ਜੀ ਕਬੱਡੀ 'ਚ ਜਦੋਂ ਤੁਸੀਂ ਤੁਹਾਨੂੰ ਜਦੋਂ ਮੋਹਰੇ ਸੁਪਰ ਸਟਾਰ ਤੁਹਾਡੇ ਖੜ੍ਹਦੇ ਆ ਜਾਂ ਕੋਈ ਹੋਰ ਇੱਦਾਂ ਮਿਹਨਤ ਲੱਗ ਗਏ ਤੁਹਾਨੂੰ ਉੱਥੋਂ ਡਰ ਵੀ ਲੱਗਾ ਕੋਈ ਪਾਲੇ ਹੁਣੀ ਆ ਗਿਆ ਖੁਸ਼ੀ ਆ ਗਿਆ ਮੋਹਰੇ ਗੁਰਦਿੱਤ ਆ ਗਿਆ ਜਿੱਦਾਂ ਭਾਈ ਸਵਾਦ ਹੀ ਉਦੋਂ ਆਉਂਦਾ ਕਿਆ ਬਾਤ ਉਦੋਂ ਆਉਂਦਾ ਜਦੋਂ ਮੋਹਰੇ ਕਬੱਡੀ ਦਾ ਰੋਸਤਮ ਖੜਾ ਹੋਵੇ ਤੇ ਆਪਣਾ ਪੁਆਇੰਟ ਆਏ ਤਾਂ ਆਪਾਂ ਏਦਾਂ ਫਿਰ ਉਂਗਲ ਚੱਕੀ ਵੀਡੀਓ ਬਣਦੀ ਆ ਤੇ ਸ਼ਾਬਾਸ਼ ਲੋਕੀ ਦਿੰਦੇ ਉਦੋਂ ਸਵਾਦ ਆਉਂਦਾ ਜੇ ਮੈਂ ਮੈਚ ਕਬੱਡੀ ਰੋਲਾ ਚੱਲਦਾ ਰਹਿੰਦਾ ਇੱਕ ਫੈਡਰੇਸ਼ਨ ਆ ਗਈ ਦੂਜੀ ਫੈਡਰੇਸ਼ਨ ਆ ਗਈ ਮੇਰਾ ਇਹ ਹੁੰਦਾ ਜਿਹੜੀ ਫੈਡਰੇਸ਼ਨ ਸਟਾਰਾਂ ਨੇ ਖੇਡਣਾ ਆਪਾਂ ਉੱਥੇ ਖੇਡਣਾ ਭਾਵੇਂ ਜੱਫੇ ਲੱਭਣ ਆੜੋਂ ਖੇਡ ਜੱਫੇ ਲੱਗਣ ਲੱਗਣ ਪਰ ਜੇ ਪੁਆਇੰਟ ਲੈਣਾ ਫਿਰ ਉੱਥੇ ਹੀ ਸਵਾਦ ਆਉਂਦਾ ਜਿੱਥੇ ਪਾਲਾ ਜਲਾਲਪੁਰੀਆ ਹੋਵੇ ਖੁਸ਼ੀ ਦੁੱਗਾ ਹੋਵੇ ਮੋਹਰੇ ਤਗੜੇ ਜਾਫੀ ਹੋਣ ਹੈਨਾ ਕਹਿ ਕੇ ਜੇ ਹੁਣ ਆਪਾਂ ਮਾੜਿਆ ਦੇ ਨੰਬਰ ਲਈ ਜਾਵੇ ਨੋਬੜੀ ਖੇਡ ਪਹਿਲਵਾਨੀ ਚ ਵੀ ਪਹਿਲਵਾਨ ਆਪਾਂ ਵਿੱਚੋਂ ਉੱਥੇ ਛੱਡੀ ਗੱਲ ਤਾਂ ਤੈਨੂੰ ਪਹਿਲਵਾਨਾਂ ਚੋਂ ਵੀ ਕਿਹੜਾ ਪਹਿਲਵਾਨ ਔਖਾ ਲੱਗਦਾ ਸੀ ਜਿਹੜਾ ਤੈਨੂੰ ਘੋਲਣਾ ਬਹੁਤ ਔਖਾ ਲੱਗਾ ਜਿਹਨੂੰ ਉਹੀ ਆਪਾਂ ਹੁਣ ਸਾਰਿਆਂ ਨੂੰ ਔਖਾ ਸਨੀ ਢੀਂਸਾ ਔਖਾ ਸੀ ਤਗੜਾ ਸੀ ਜਾਂਚ ਸੀ ਮਨੀ ਸੰਧੂ ਵਧੀਆ ਸੀ ਹਜੇ ਉਹ ਬਾਲਾ ਸ਼ੋ ਨਹੀਂ ਹੋਇਆ ਲੋਕਾਂ ਚ ਕਹਿ ਕੇ ਉਹ ਮੇਲੇ ਕੰਪੀਟ ਨਹੀਂ ਕੀਤਾ ਪਰ ਉਹ ਆਪਣੇ ਅਮਰਟੇ ਸੀ ਵੀ ਆਪਣੇ ਹਾਂਜੀ ਅਮਰਟੇ ਸੀ
ਅਮਰਟੇਸੀ ਪਹਿਲਾਂ ਮੈਂ ਉਹਨੂੰ ਬੀਟ ਕੀਤਾ, ਬਾਅਦ ਚ ਉਹਨੇ ਮੈਨੂੰ ਬੀਟ ਕੀਤਾ, ਤੇ ਜਦੋਂ ਬਾਹਲਾ ਤਗੜਾ ਹੋ ਗਿਆ ਉਦੋਂ ਮੈਂ ਕਬੱਡੀ ਵੱਲ ਚ ਆ ਗਿਆ ਜੀ। ਸੋ ਸਾਡੀ ਤੀਜੀ ਕਦੇ ਕੋਲ ਹੋਈ ਨੀ, ਪਰ ਉਹ ਅਮਰਟੇਸੀ ਇਸ ਟਾਈਮ ਨੰਬਰ 1 ਬਹੁਤ ਵਧੀਆ ਖੇਡਦਾ ਇੰਟਰਨੈਸ਼ਨਲ ਲੈਵਲ ਤੇ। ਤਾਂ ਇੱਦਾਂ ਪਹਿਲਵਾਨ ਜਿਹੜੇ ਆਪਣੇ ਕਬੱਡੀ ਦੇ ਸੁਪਰ ਸਟਾਰ ਆ, ਜਿਹੜਾ ਤੈਨੂੰ ਇੱਦਾਂ ਲੱਗਾ ਵੀ ਤੈਨੂੰ ਟਫ ਤੈਨੂੰ ਮੁਕਾਬਲਾ ਦੇ ਰਿਹਾ ਜਿੱਦਾਂ? ਭਾਈ ਟਫ ਮੈਨੂੰ ਮੁਕਾਬਲਾ ਦਿੰਦੇ ਆ ਜਿਹੜੇ ਨਿੱਕੇ ਜੇ ਛੋਟੇ ਜੇ ਛੋਟੇ ਜਾਫੀ ਆ, ਪਤਾ ਨੀ ਲੱਗਦਾ ਇਕਦਮ ਪੈ ਜਾਂਦੇ ਆ ਹਨਾ ਉਹ। ਪਰ ਜਿਹੜੇ ਮੈਨੂੰ ਪਰਸਨਲੀ ਫੇਵਰੇਟ ਲੱਗਦੇ ਆ, ਜਿੱਦਾਂ ਹੁਣ ਜਾਫੀਆਂ ਚ ਪਾਲਾ ਜਲਾਲਪੁਰੀ ਆ, ਮੰਗੀ ਹੋਇਆ, ਮੈਨੂੰ ਉਹ ਵਧੀਆ ਲੱਗਦੇ ਕਿ ਉਹ ਇੱਦਾਂ ਕਹਿ ਦੇ ਜੋੜ ਨਾਲ ਬੰਦੇ ਨੂੰ ਰੋਕ ਹਨਾ ਇੱਦਾਂ ਕੁੱਟ ਕੇ ਪੁਆਇੰਟ ਲੈਂਦੇ ਆ, ਜਿਹੜਾ ਉਹ ਪੁਆਇੰਟ ਲੈਣਾ ਉਹ ਥੋੜਾ ਜਿਹਾ ਡਿਫਰੈਂਟ ਆ ਹਨਾ, ਤੇ ਉਹ ਦੇਖਣ ਦਾ ਵੀ ਸਵਾਦ ਆਉਂਦਾ। ਤੇ ਰੇਡਰ ਵੀ ਹੁਣ ਦੁੱਲਾ ਬੱਗਾ ਪਿੰਡ ਵਧੀਆ ਆ ਪੁਰਾਣੀਆਂ ਚ ਆਪਾਂ, ਮੈਂ ਕਬੱਡੀ ਪਹਿਲਾਂ ਤੋਂ ਫੈਨ ਆ, ਛੋਟਾ ਹੁੰਦਾ ਮੈਨੂੰ ਸਾਰੇ ਪਲੇਅਰਾਂ ਦਾ ਪਤਾ, ਉਦੋਂ ਛੋਟਾ ਹੁੰਦਾ ਤੱਕ ਦੇਖਦਾ ਹਨਾ, ਤੁਹਾਡੇ ਮੈਚ ਵੀ ਮੈਂ ਦੇਖੇ ਆ, ਤੇ ਉਦੋਂ ਆਪਾਂ ਕਾਕਾ ਕਾਹਲੀ ਸਾਰੀ ਹੁੰਦਾ ਸੀ, ਵਧੀਆ ਪਲੇਅਰ ਸੰਦੀਪ ਲੱਲੀਆਂ, ਤੇ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਦੇਖਣ ਨੂੰ। ਜਿੱਦਾਂ ਜਿਹੜੇ ਬਾਕੀ ਆ ਅਸੀਂ ਸਾਰੇ ਹੋਰ ਵਿੱਚ ਵੀ ਆਉਂਦੇ ਹਾਂ, ਜਿਹੜੇ ਅਸੀਂ ਸਟੋਪ ਆ ਉਦੋਂ ਲਾਈਕ ਕੀਤੀ ਵੀ ਸਟੋਪ ਵੱਲ ਨੂੰ ਆਏ ਹਾਂ, ਤੇਰਾ ਮਨ ਨਹੀਂ ਕਦੇ ਕੀਤਾ ਵੀ ਮੈਂ ਸਟੋਪ ਕਰਾਂ, ਰੇਡ ਵੱਲ ਨੂੰ ਕਿਉਂ ਚੁਣਿਆ ਜਾਂਦਾ? ਭਾਈ ਮੈਂ ਸ਼ੁਰੂ ਸਟੋਪ 'ਚ ਕੀਤਾ ਜੀ, ਤੇ ਮੈਂ ਪਹਿਲਾਂ ਮੈਚ ਖੇਡਿਆ ਵੀ ਵਧੀਆ ਸੀ, ਪਰ ਮੈਨੂੰ ਉਸ ਟਾਈਮ ਪਤਾ ਲੱਗ ਗਿਆ ਸੀ ਇਸ ਚੀਜ਼ ਕਾਮਯਾਬ ਹੋਣਾ ਔਖਾ, ਕਰਕੇ ਤਿੰਨ ਹੋਰ ਬੰਦਿਆਂ ਦਾ ਵੀ ਰੋਲ ਆ। ਤੂੰ ਮਿਡਲ 'ਚ ਖੜਨਾ ਸੀ, ਉਹਨਾਂ ਨੇ ਮੈਨੂੰ ਰੱਖੇ 2 ਨੰਬਰ 'ਤੇ, ਮੌਕਾ ਹੀ ਨਹੀਂ ਬਾਹਲਾ ਦਿੱਤਾ, ਤੇ ਮੈਂ ਕਿਹਾ ਇੱਦਾਂ ਨਹੀਂ ਗੱਲ ਬਣਨੀ, ਮੈਨੂੰ ਤਾਂ ਮੌਕਾ ਮਿਲਣਾ ਹੀ ਨਹੀਂ, ਜੇ ਰੇਟ 'ਤੇ ਇੱਦਾਂ ਹੈਗਾ ਤੁਸੀਂ ਆਪਣੀ ਜੇ ਰੇਟ ਲਿਆ ਤੀ ਫੇਰ ਭੇਜ ਦਿੰਦੇ ਆ। ਚੋਰ ਜੱਫੇ ਵਾਲੇ ਜਾਣੇ ਜਿਹੜੇ ਮਿਡਲ 'ਚ ਜਿਹੜਾ ਸਾਈਡ 'ਤੇ ਖੜ ਕੇ ਉਧਰੇ ਲਾਉਂਦਾ ਜੱਫਾ, ਉਹਦਾ ਨਾਮ ਆਉਂਦਾ ਹਾਂਜੀ ਯਾ, ਕਰਕੇ ਵੀ ਮੈਂ ਕਿਹਾ ਮੈਂ ਇਸ ਬੰਦਿਆਂ 'ਤੇ ਡਿਪੈਂਡ ਨਹੀਂ ਕਰ ਸਕਦਾ, ਜੇ ਮੈਂ ਰੇਟ ਪਾਊਂਗਾ ਮੇਰੇ 'ਤੇ ਡਿਪੈਂਡ ਆ, ਜੇ ਨੰਬਰ ਲਿਆ ਤਾਂ ਫੇਰ ਭੇਜ ਦੇਣਾ, ਜੇ ਰੁਕ ਗਿਆ ਫੇਰ ਬਿਠਾ ਲੂਗੇ, ਰਾਈਟ? ਮੇਰੀ ਸਕਸੈਸ ਮੇਰੇ ਹੱਥਾਂ 'ਚ। ਕਿਆ ਬਾਤ ਪਹਿਲਵਾਨ, ਤੂੰ ਬਹੁਤ ਵਧੀਆ ਰੇਟ ਚੁਣੀ ਆ, ਗੱਲ ਵੀ ਤੇਰਾ ਜਵਾਬ ਵੀ ਇਹ ਠੀਕ ਲੱਗਾ। ਤਾਂ ਜਿਹੜਾ ਮਿਡਲ 'ਚ ਖੜਨਾ ਕਹਿੰਦੇ ਨੇ ਉਹ ਚੋਰ ਜੱਫਾ ਗਿਣ ਲੈਂਦੇ ਆ, ਜਿਹੜੇ ਪਾਵਰ ਵਾਲੇ ਜੱਫੇ ਤੋਂ ਤੇਰੇ ਗੁਰਦਿੱਤ ਨਾਲ ਵੀ ਫਾਈਟਾਂ ਹੋਈਆਂ, ਤੈਨੂੰ ਕਿੱਦਾਂ ਲੱਗੀਆਂ ਗੁਰਦਿੱਤ ਨਾਲ? ਲੋਕੀ ਮੈਨੂੰ ਕਹਿਣ ਲੱਗ ਪੈਂਦੇ ਤੇਰਾ ਗੁਰਦਿੱਤ ਨਾਲ ਬਹੁਤ ਫਸਦਾ, ਪਰ ਉੱਦਾਂ ਰੀਅਲ ਲਾਈਫ 'ਚ ਮੇਰਾ ਫਰੈਂਡ ਆ, ਅਸੀਂ ਇਕੱਠੇ ਪ੍ਰੈਕਟਿਸ ਵੀ ਕਰਦੇ ਹਾਂ, ਪਰ ਏਦਾਂ ਆ ਉਹ ਵੀ ਤਗੜਾ ਮੈਂ ਵੀ ਤਗੜਾ, ਸਾਡਾ ਮੈਚ ਪੈ ਹੀ ਜਾਂਦਾ ਤੇ ਲੋਕੀ ਲਾਈਕ ਕਰਦੇ ਆ ਤੇ ਸਾਨੂੰ ਵੀ ਠੀਕ ਆ ਵਧੀਆ, ਇਸ ਓਕੇ ਮੈਨੂੰ ਵਾਧੂ ਮਾਰ ਦੇਵੇ ਮੈਂ ਉਹਦੇ ਮਾਰ ਦਵਾਂ, ਕੋਈ ਕਦੇ ਗੁੱਸਾ ਨਹੀਂ ਕਰੀਦਾ, ਕਰਕੇ ਗੇਮ ਆ ਰਾਈਟ ਆਪਾਂ। ਪਹਿਲਵਾਨ ਜਦੋਂ ਤੂੰ ਥਾਪੀ ਮਾਰਦਾ ਤੈਨੂੰ ਇੱਦਾਂ ਕਿਸੇ ਨੇ ਕਿਹਾ ਵੀ ਜਾਂ ਕਈ ਵੇਲੇ ਜੀ ਤੂੰ ਅਹੰਕਾਰ ਆ ਤੇਰੇ 'ਚ ਜਾਂ ਕਿੱਦਾਂ ਆ, ਇਸ ਗੱਲ ਦਾ ਤੈਨੂੰ ਕਦੇ ਕਮੈਂਟ ਆਇਆ ਹੋਵੇ ਜਾਂ ਕਿੱਦਾਂ? ਜ਼ਿਆਦਾ ਲੋਕਾਂ ਨੇ ਤਾਂ ਪਸੰਦ ਕੀਤਾ, ਕਹਿੰਦੇ ਯਾਰ ਤੂੰ ਬਹਿ ਕੇ ਕਬੱਡੀਆਂ ਪਾਉਂਦਾ ਸਾਨੂੰ ਵਧੀਆ ਲੱਗਦਾ, ਕਰਕੇ ਤੈਨੂੰ ਬਾਹਲਾ ਕਬੱਡੀ ਬਾਰੇ ਪਤਾ ਵੀ ਨਹੀਂ, ਤੂੰ ਫੇਰ ਵੀ ਪਾਈ ਜਾਂਦਾ ਹਨਾ, ਤੇ ਇੱਕ ਦੋ ਬੰਦਿਆਂ ਨੇ ਕਿਹਾ ਇੱਦਾਂ ਤੂੰ ਥੋੜਾ ਜਿਹਾ ਕੋਮ ਡਾਊਨ ਰਿਹਾ ਕਰ ਹਨਾ, ਤੇ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਨੈਚੁਰਲ ਖੇਡਦਾ, ਮੈਂ ਨਾ ਕੋਈ ਪ੍ਰੀ ਵਰਕਆਊਟ, ਮੈਂ ਕਿਹਾ ਇਹ ਥਾਪੀ ਮਾਰ ਕੇ ਮੇਰਾ ਬ੍ਰੇਨ ਥੋੜਾ ਜਿਹਾ ਸੈੱਟ ਹੋ ਜਾਂਦਾ, ਮੈਂ ਪਾਉਣੀ ਆ ਹਨਾ। ਹੁਣ ਤੁਹਾਨੂੰ ਪਤਾ ਕਬੱਡੀ ਤਾਂ ਬਹੁਤ ਕੁਛ ਚੱਲਦਾ, ਹਰੇਕ ਗੇਮਾਂ ਚੱਲਦਾ ਰਾਈਟ, ਰੈਸਲਿੰਗ 'ਚ ਵੀ ਆ, ਪਰ ਜਦੋਂ ਆਪਾਂ ਨੈਚੁਰਲ ਖੇਡਣਾ ਆਪਾਂ ਨੂੰ ਦਿਮਾਗ ਸਟਰੋਂਗ ਬਣਾਉਣਾ ਪੈਂਦਾ, ਤੇ ਥਾਪੀ ਮਾਰ ਕੇ ਦਿਮਾਗ ਬੋਡੀ ਸਟਰੋਂਗ ਹੋ ਜਾਂਦੀ ਆ। ਕਿਆ ਬਾਤ ਹੈ ਪਹਿਲਵਾਨ, ਤੇਰੇ ਤੇ ਪ੍ਰਾਊਡ ਆ, ਇਹ ਜੀਦਾਰੀਆਂ ਇਹ ਚਾਹੀਦੀਆਂ। ਪਹਿਲਵਾਨ ਜੇ ਤੇਰੇ ਵਿਆਹ ਜਿਹੜਾ ਤੁਸੀਂ ਕਰਾਇਆ ਹੁਣ ਮੈਰਿਜ ਹੋਏ ਆ, ਹੋ ਗਏ ਆ ਕਿ ਹੋਣੀ ਆ? ਯਾ ਉਹ ਹੁਣ ਫੋਟੋਆਂ ਪਾਈ ਜਾਂਦੇ ਲੋਕੀ ਪੁੱਛਦੇ ਤੁਹਾਡਾ ਵਿਆਹ ਹੋਇਆ ਜੇ ਨਹੀਂ, ਉਹ ਤੁਹਾਨੂੰ ਪਤਾ ਹੁਣ ਕਰੋਨਾ 'ਚ ਕੈਨੇਡਾ 'ਚ ਅਮੈਰੀਕਾ 'ਚ ਸਭ ਕੁਛ ਬੰਦ ਹੋ ਗਿਆ ਸੀ ਹਨਾ ਕਰੋਨਾ ਦੇ ਰੋਲੇ 'ਚ, ਪਰ ਸਾਡੀ ਵਿਆਹ ਦੀ ਤਰੀਕ ਪਿਛਲੇ ਸਾਲ ਦੀ ਸੀ, ਸੋ ਅਸੀਂ ਉਸ ਟਾਈਮ ਕੋਰਟ ਮੈਰਿਜ ਕਰਾ ਲਈ ਸੀ 10-15 ਬੰਦਿਆਂ ਮੂਹਰੇ, ਤੇ ਪਰ ਜਿਹੜਾ ਆਪਣਾ ਅਸਲੀ ਵਿਆਹ ਆਪਾਂ ਪੰਜਾਬੀ ਵਿਆਹ ਜੋ ਆਪਣੇ ਫੰਕਸ਼ਨ ਆ ਉਹ ਸਾਰੇ ਇਸ ਸਾਲ ਜੁਲਾਈ 'ਚ ਆ। ਠੀਕ ਆ, ਹਾਂਜੀ। ਪਹਿਲਵਾਨ ਤੈਨੂੰ ਕੋਈ ਇਹਦਾ ਫਰਕ ਨਹੀਂ ਹੁਣ ਜੋ ਜ਼ਿਆਦਾ ਤੂੰ ਮਿਹਨਤ ਲਾ ਰਿਹਾ, ਅਸੀਂ ਵੀ ਦੇਖ ਰਹੇ ਹਾਂ, ਤੈਨੂੰ ਪੂਰੀ ਸਪੋਰਟ ਆ ਤੇਰੇ ਘਰ ਵੱਲੋਂ ਫੈਮਿਲੀ 'ਚੋਂ? ਪੂਰੀ ਸਪੋਰਟ ਬਹੁਤ ਜ਼ਿਆਦਾ, ਮੈਂ ਇੰਨਾ ਫੈਮਿਲੀ ਕਰਕੇ ਹੀ ਹਾਂ, ਰਾਈਟ ਰਾਈਟ ਸਪੋਰਟ ਨਾਲ ਹੀ ਆ ਭਾਜੀ। ਆਪਾਂ ਰੋਸਤਬ ਦੀ ਆਵਾਜ਼ 'ਚ ਆਪਾਂ ਇੱਦਾਂ ਗੱਲੇ ਕਰੀ ਜਾਣੀਆਂ, ਇਹਦੇ ਵਿੱਚ ਬਹੁਤ ਗੱਲਾਂ ਅਜੇ ਕਰਨੀਆਂ। ਪਹਿਲਵਾਨ ਜੀ ਤੁਸੀਂ ਐਸ ਐਫ ਯੂ ਟੂਰਨਾਮੈਂਟ ਲੜਿਆ ਜਿਹਦੇ ਵਿੱਚ ਗੋਰੇ ਤੁਸੀਂ ਸਾਰੇ ਬੀਟ ਕੀਤੇ, ਇੱਥੇ ਨੈਸ਼ਨਲ ਚੈਂਪੀਅਨ ਬਣੇ ਆ, ਉਹਦੇ ਬਾਰੇ ਉਹ ਕਿੰਨੀਆਂ ਘੋਲਾਂ ਉੱਥੇ ਹੋਈਆਂ, ਤਾਂ ਉਦੋਂ ਤੁਸੀਂ ਕਿਹੜੀ ਮਿਹਨਤ ਲਾਉਂਦੇ ਰਹੇ ਉਹਨਾਂ? ਭਾਈ ਉਹ ਤਾਂ ਸ਼ੁਕਰ ਦੀ ਗੱਲ ਸੀ, ਆਪਾਂ ਇੱਥੇ ਇੱਥੇ ਹੀ ਬੈਠੇ ਸੀ, ਮੇਰਾ ਭਰਾ ਸੀ ਤੇ ਸਨੀ ਢੀਂਸਾ ਸੀ, ਉਹ ਕਹਿੰਦੇ ਤੂੰ ਨਾ ਪਾ,
ਮੈਂ ਪਾਦਮਾ ਚ ਕੀ ਗੱਲ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਨੂੰ ਜਿੱਤ ਹਾਰਦੀ ਹੈ ਨੀ। ਉਹ ਕਹਿੰਦੇ ਜੇ ਤੂੰ ਜਿੱਤ ਗਿਆ ਇੱਥੇ ਤੇਰਾ ਕਿਹੜਾ ਵੈਂਕੂਵਰ ਦਾ ਨੰਬਰ ਵਨ ਰੈਸਟੋਰੈਂਟ ਆ, ਤੈਨੂੰ ਉੱਥੇ ਰੋਟੀ ਖਿਲਾਉਂਗੇ ਸਾਡੇ ਤੇ $700-900 ਲੱਗ ਗਏ ਆਈ ਦੇਣੇ ਆ। ਤੇ ਮੈਂ ਇਹ ਚ ਕੀ ਆ, ਆਪਾਂ ਪਾ ਦਿੰਦੇ ਹਾਂ। ਆਪਾਂ ਉੱਥੇ ਐਂਟਰ ਕੀਤਾ, ਪਹਿਲਾ ਮੈਚ ਹੀ ਉਹਨਾਂ ਨੇ ਮੈਨੂੰ ਤਾਂ ਲੱਗਦਾ ਜਾਣ ਕੇ ਪਾਇਆ, ਕਿਹੜਾ ਨੈਸ਼ਨਲ ਚੈਂਪੀਅਨ ਵਧੀਆ ਮੁੰਡਾ ਬ੍ਰੈਡ ਸੀ ਉਹਨਾਂ ਪਾ ਦਿੱਤਾ, ਤੇ ਬ੍ਰੈਡ ਨੂੰ ਆਪਾਂ ਜਾਂਦੇ ਨੇ ਬੀਟ ਕਰਤਾ, ਬਹੁਤ ਸੋਹਣੇ। ਬਾਕੀ ਘੋਲ ਆਪਾਂ ਜਿੱਤੀ ਲਏ ਤੇ ਵਧੀਆ ਸੀ, ਮੈਂ ਹੈਪੀ ਸੀ ਮੈਂ ਐਂਟਰ ਕੀਤਾ ਕਰਕੇ। ਉਹਨਾਂ ਨੇ ਥੋੜਾ ਜਿਹਾ ਚੈਲੰਜ ਦੇ ਦਿੱਤਾ, ਪੰਪ ਅਪ ਦੇ ਦਿੱਤਾ, ਭਰਾ ਇੱਦਾਂ ਹੀ ਕਰਦੇ ਹੁੰਦੇ ਨਾ। ਤੈਨੂੰ ਫਿਰ ਲੈ ਕੇ ਗਏ ਰੈਸਟੋਰੈਂਟ ਚ ਕਿੰਨੇ ਤੂੰ? ਨਹੀਂ ਲੈ ਕੇ ਗਏ ਉਹ ਬਾਹਰੇ ਦੇ ਪੱਕੇ ਆ ਇੱਦਾਂ ਨਹੀਂ। ਠੀਕ ਆ ਪਹਿਲਵਾਨ, ਤੇਰੇ ਫਿਰ ਇੱਧਰੋਂ ਜੋ ਤੂੰ ਦੋ ਗੇਮਾਂ ਕਬੱਡੀ ਵੀ ਕੀਤੀ, ਰੈਸਲਿੰਗ ਵੀ ਕੀਤੀ, ਫੇਸਬੁੱਕ ਤੋਂ ਹੀ ਚੋਣ ਕੀਤੀ ਸੀ ਉਹਨਾਂ ਦਾ, ਆਪ ਹੀ ਫੋਨ ਆਇਆ ਸੀ, ਕੋਈ ਐਂਟਰੀ ਨੀ ਕੀਤੀ, ਤੇ ਉਹ ਕਹਿੰਦੇ ਤੁਸੀਂ ਇੱਥੇ ਟ੍ਰਾਇਲ ਦੇਣ। ਪਰ ਥੋੜਾ ਜਿਹਾ ਬੈਡ ਲੱਕ ਹੋਇਆ, ਅਸੀਂ ਉੱਥੇ ਪਹੁੰਚੇ, ਫਲੋਰੀਡਾ ਸ਼ਹਿਰ ਸੀ, ਅਸੀਂ ਹੋਟਲ ਚ ਰਾਤ ਨੂੰ ਸੁੱਤੇ, ਸਵੇਰੇ ਗਏ ਤੇ ਸਵੇਰੇ ਉਹਨਾਂ ਨੇ ਸਾਰੇ ਬੰਦੇ ਜਿੰਨੇ ਵੀ ਆਏ ਸੀ ਬਿਠਾ ਲਏ। ਉਹ ਕਹਿੰਦੇ ਸਾਡੇ ਕੋਲ ਬਹੁਤ ਬੈਡ ਨਿਊਜ਼ ਆ, ਦੁਨੀਆ ਚ ਕਰੋਨਾ ਬਿਮਾਰੀ ਫੈਲ ਗਈ ਆ, ਤੁਹਾਨੂੰ ਵਾਪਸ ਜਾਣਾ ਪੈਣਾ। ਤੇ ਅਸੀਂ ਉਸ ਟਾਈਮ ਇੱਕ ਦੂਜੇ ਨੂੰ ਦੇਖੀ ਆਈ ਆਈ ਕਿ ਸਿਲੈਕਟ ਹੋ ਗਏ ਜੀ, ਅਸੀਂ ਉੱਥੇ ਗਏ ਆਈ ਉਹਨਾਂ ਨੂੰ। ਫਿਰ ਮੈਂ ਹੁਣ ਤੁਹਾਨੂੰ ਪਤਾ ਭਰਾ ਮੇਰਾ ਥੋੜਾ ਜਿਹਾ ਸ਼ੁਕਰੀਆ, ਕਹਿੰਦਾ ਇਹਨਾਂ ਨੂੰ ਏਦਾਂ ਪੁੱਛ ਲਾ, ਵਾਪਸੀ ਅਸੀਂ ਆਪੇ ਕਿਰਾਇਆ ਕਰ ਲੈਂਦੇ ਹਾਂ, ਆਪਾਂ ਦੋ ਕੁ ਦਿਨ ਡਿਜ਼ਨੀਲੈਂਡ ਦੇਖ ਲਿਆਉਂਦੇ ਹਾਂ, ਡਿਜ਼ਨੀਲੈਂਡ ਉੱਥੇ ਹੈਗਾ। ਅਸੀਂ ਉਹਨਾਂ ਨੂੰ ਗਿਆ ਅਸੀਂ, ਕਹਿੰਦੇ ਮੈਂ ਕਿਹਾ ਅਸੀਂ ਦੋ ਕੁ ਦਿਨ ਰੁਕ ਸਕਦੇ ਹਾਂ, ਅਸੀਂ ਡਿਜ਼ਨੀਲੈਂਡ ਦੇਖਣਾ। ਉਹ ਕਹਿੰਦੇ ਡਿਜ਼ਨੀਲੈਂਡ ਵੀ ਬੰਦ ਆ, ਸਭ ਕੁਝ ਬੰਦ ਆ, ਤੁਸੀਂ ਬੈਕ ਜਾਓ। ਹਾਂ, ਤੇ ਉਦੋਂ ਫਿਰ ਇੱਥੇ ਬੈਕ ਆਉਣਾ ਪਿਆ ਭਾਈ। ਉਹ ਕਰੋਨਾ ਸਾਰਿਆਂ ਲਈ ਹਾਰਡ ਸੀ, ਪਰ ਅਥਲੀਟ ਲਈ ਥੋੜਾ ਜਿਹਾ ਜ਼ਿਆਦਾ ਹਾਰਡ ਸੀ, ਕਰਕੇ ਹੁਣ ਅਥਲੀਟ ਦੀ ਲਾਈਫ ਚ ਨਾ ਅਸੀਂ ਕਦੇ ਪੈਗ ਪੁੱਗ ਲਾਉਣਾ, ਨਾ ਅਸੀਂ ਕਲੱਬਾਂ ਚ ਜਾਣਾ, ਸਾਡਾ ਫਨ ਹੀ ਗੇਮ ਨਾਲ ਆ, ਹੈਨਾ। ਜਦੋਂ ਗੇਮ ਰੁਕ ਗਈ ਸੀ ਸਾਡੇ ਫਨ ਜਿਹਾ ਰੁਕ ਗਿਆ ਸੀ, ਪਰ ਆਪਾਂ ਕਰੋਨਾ ਚ ਵੀ ਕੋਈ ਦਿਨ ਛੱਡਿਆ ਨੀ, ਮਿਹਨਤ ਪੂਰੀ ਲਾਈ, ਭਾਵੇਂ ਚੋਰੀ ਲਾਉਣੀ ਪਈ, ਲਾਈ ਹੈਗੀ ਆ। ਤੇ ਹੁਣ ਉਹ ਟਾਈਮ ਲੰਘ ਗਿਆ, ਆਪਾਂ ਬੜੇ ਖੁਸ਼ ਆ, ਮੈਚ ਫੇਰ ਸ਼ੁਰੂ ਹੋ ਜਾਣੇ। ਪਹਿਲਵਾਨ ਜੀ, ਤੁਸੀਂ ਜਿੱਦਾਂ ਜਿਹੜੀ ਚੀਜ਼ ਵੀ ਤੁਸੀਂ ਗੇਮ ਆ, ਹੁਣ ਆਪਣੇ ਜਜੂਸੂ ਆ, ਤੁਸੀਂ ਸਾਰੀਆਂ ਗੇਮਾਂ ਕਰੀ ਜਾਂਦੇ ਆ, ਇਹਨਾਂ ਚ ਤੁਹਾਡਾ ਜਿਹੜੀ ਅਸਲੀ ਗੇਮ ਤੁਹਾਡਾ ਉਹਦਾ ਪਿੱਕ ਕਿਹੜੀ ਕੀਤੀ, ਉਹ ਤੁਸੀਂ ਕਰਨੀ ਕਿਹੜੀ ਚਾਹੁੰਦੇ ਹੁੰਦਾ? ਤੇ ਜਜੂਸੂ ਵੀ ਕਰਦੇ ਆ, ਡਬਲ ਜੀ ਵੀ ਆ, ਜਿਹੜੀ ਫਾਈਨਲ ਆ, ਜਿੱਦਾਂ ਹੁਣ ਰੈਸਲਿੰਗ ਯੂਜ ਕਰਨੀ, ਤੇ ਕਬੱਡੀ ਆ ਪੱਕੀ, ਜਿੱਦਾਂ ਸਾਰਿਆਂ ਚ ਜਾਣਾ ਚਾਹੁੰਦੇ? ਹਾਂ, ਇਹ ਭਾਈ ਮੈਂ ਖੇਡਦਾ ਸ਼ੌਂਕ ਲਈ, ਹੈ ਨਾ, ਫਨ ਲਈ, ਤੇ ਮੈਨੂੰ ਸਭ ਤੋਂ ਪਿਆਰੀ ਗੇਮ ਭਲਵਾਨੀ ਲੱਗਦੀ ਆ, ਇਸ ਕਰਕੇ। ਨਾਲੇ ਤੁਸੀਂ ਕਹਿਣਾ ਇਹ ਗੱਲ ਸਹੀ ਆ, ਪਰ ਜਿਹੜੇ ਸ਼ਾਇਦ ਦੇਖਦੇ ਉਹਨਾਂ ਨੇ ਭਲਵਾਨੀ ਨਹੀਂ ਕੀਤੀ, ਉਹਨਾਂ ਨੂੰ ਇਹ ਬਾਰੇ ਪਤਾ ਲੱਗਣਾ। ਗੱਲ ਇਹ ਆ, ਜਿਹੜਾ ਮਾੜਾ ਇਨਸਾਨ ਆ ਉਹ ਬਿਜ਼ਨਸ ਚ ਕਾਮਯਾਬ ਹੋ ਸਕਦਾ, ਗਾਇਕੀ ਚ ਕਾਮਯਾਬ ਹੋ ਸਕਦਾ, ਪੜ੍ਹਾਈ ਚ ਕਾਮਯਾਬ ਹੋ ਸਕਦਾ, ਪਰ ਭਲਵਾਨੀ ਚ ਨਹੀਂ। 100% ਇਹ ਇੱਦਾਂ ਦੀ ਗੇਮ ਆ, ਆਪਣੇ ਗੁਰੂ ਹਰਗੋਬਿੰਦ ਦੀ ਗੇਮ ਆ, ਆਪਣੇ ਕਲਚਰ ਦੀ ਗੇਮ ਆ। ਭਲਵਾਨੀ ਚ ਜਿਹੜਾ ਚੰਗਾ ਇਨਸਾਨ ਉਹੀ ਕਾਮਯਾਬ ਹੋਊਗਾ। ਪਰ ਮੈਂ ਤੁਹਾਨੂੰ ਦੱਸਿਆ, ਕੈਨੇਡਾ ਚ ਭਲਵਾਨੀ ਦੀ ਇੰਨੀ ਕਦਰ ਹੈ ਨੀ। ਮੈਂ ਜਦੋਂ ਇੰਡੀਆ ਗਿਆ ਸੀ ਤੁਹਾਡੇ ਮੇਲੇ ਤੇ ਗਿਆ, ਉੱਥੇ ਦੋ ਤਿੰਨ ਹੋਰ ਸਿੰਝਾਂ ਵੀ ਕੁੜੀਆਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਭਲਵਾਨ ਦੀ। ਮੈਨੂੰ ਏਦਾਂ ਲੱਗਾ ਜਿੱਦਾਂ ਮੈਂ ਕੋਈ ਸੈਲੀਬ੍ਰਿਟੀ ਹਾਂ। ਰਾਈਟ, ਉੱਥੇ ਅਜੇ ਵੀ ਸਿੰਝਾਂ ਚ ਇੰਡੀਆ ਚ, ਜਿੱਦਾਂ ਕੈਨੇਡਾ ਵਾਲਿਆਂ ਨੂੰ ਕਈਆਂ ਨੂੰ ਅਜੇ ਪਤਾ ਨੀ ਇਹ ਗੱਲਾਂ, ਬੱਚੇ ਲੈ ਕੇ ਉੱਥੇ ਖੜੇ ਹੁੰਦੇ ਆ, ਪਹਿਲਵਾਨ ਸਾਨੂੰ ਆਸ਼ੀਰਵਾਦ ਦਿਓ, ਸਾਡਾ ਬੱਚਾ ਤੁਹਾਡੇ ਵਰਗਾ ਹੋਵੇ। ਉੱਥੇ ਮੱਲੋ ਮੱਲੀ ਜਿਹੜਾ ਬੰਦਾ ਤਪੱਸਵੀ, ਜਿਹੜਾ ਪਹਿਲਵਾਨ ਨੂੰ ਤਾਂ ਹੀ ਕਹਿ ਦਿੰਦੇ ਆ, ਮਿਹਨਤਾਂ ਤਾਂ ਹੀ ਨਿਤਨੇਮ ਕਰਦੇ ਆ। ਤੁਸੀਂ ਗੁੱਡ ਅਖਾੜੇ ਜਿਹੜੇ ਸਿਲੈਕਟ ਕੀਤੇ ਆ, ਗੁੱਡ ਤੁਸੀਂ ਇਹਨਾਂ ਤੋਂ ਮਿਹਨਤ ਲਾਈ ਆ, ਤੇਰਾ ਜੱਸੀ ਇਸ ਟਾਈਮ ਕਰਕੇ ਰਿਜ਼ਲਟ ਵੀ ਗੁੱਡ ਆ, ਤੂੰ ਨਾਈਸ ਆ। ਜਿਹੜੀ ਤੂੰ ਜੋਬ ਕਦੋਂ ਚੁਣੀ ਆ, ਜਿਹੜੀ ਤੂੰ ਆਪਣੇ, ਤੈਨੂੰ ਕਿੱਦਾਂ ਲੱਗਾ ਵੀ ਮੈਂ ਹੁਣ ਜੋਬ ਵੀ ਨਾਲ ਲਵਾਂ, ਵੀ ਤੇ ਤੂੰ ਸਾਰੀ ਉਮਰ ਗੇਮ ਤਾਂ ਹੋਣੀ ਨਹੀਂ ਪਈ, ਕਿਉਂਕਿ ਕੈਨੇਡਾ 'ਚ ਕੰਮ ਜ਼ਰੂਰ ਕਰਨਾ ਪੈਂਦਾ? ਯਾ ਭਾਈ, ਇੱਥੇ ਕੰਮ ਵੀ ਜ਼ਰੂਰੀ ਆ, ਪੜ੍ਹਾਈ ਵੀ ਜ਼ਰੂਰੀ ਆ, ਕਰਕੇ ਮੈਂ ਦੇਖਿਆ, ਹੈ ਨਾ, ਜਿੱਦਾਂ ਮੈਂ ਛੋਟਾ ਹੁੰਦਾ ਤੁਹਾਨੂੰ ਦੇਖਦਾ ਹੁੰਦਾ ਸੀ, ਇਹ ਬੰਦਾ ਮੇਰਾ ਆਈਡਲ ਆ, ਰਵੀ ਸੋਢੀ ਮੇਰਾ ਆਈਡਲ ਆ। ਉਹਨਾਂ 'ਚ ਹੋਰ ਭਲਵਾਨ ਵੀ ਸੀ ਜਿਹੜਾ ਮੈਂ ਉਹਨਾਂ ਨੂੰ ਬਹੁਤ ਵਧੀਆ ਸਮਝਦਾ ਹੁੰਦਾ ਸੀ, ਪਰ ਜਿੰਨਾ ਚਿਰ ਮੈਂ ਵੱਡਾ ਹੋਈ ਗਿਆ, ਮੈਂ ਨੋਟਿਸ ਕੀਤਾ ਉਹ ਕਈ ਭਲਵਾਨ ਜਿਨ੍ਹਾਂ ਦਾ ਇੰਨਾ ਨਾਮ ਸੀ, ਕਾਰ ਇੰਸ਼ੋਰੈਂਸ ਦੇ ਪੈਸੇ ਦੇਣ ਜੋਗੇ ਨਹੀਂ ਸੀ। ਕਾਰ ਇੰਸ਼ੋਰੈਂਸ ਜਿਹੜੇ ਆਪਾਂ ਚਲਾਉਣ ਦੇ ਭਾਂਡੇ ਪੈਂਦੇ ਆ, $500,000 ਹਾਂਜੀ। ਤੇ ਮੈਂ ਸੋਚਿਆ ਇੰਨੀ ਚੜ੍ਹਾਈ, ਇੰਨੀ ਮਿਹਨਤ ਕੀਤੀ, ਤੇ ਬੰਦਾ ਆਪਣੀ ਕਾਰ ਇੰਸ਼ੋਰੈਂਸ ਵੀ ਨਹੀਂ ਦੇ ਸਕਦਾ, ਇਹ
ਇਹਦਾ ਕੀ ਰਹਿ ਸੋ ਮੈਂ ਉਦੋਂ ਹੀ ਸੋਚ ਲਿਆ ਮੈਂ ਆਪਣੀ ਪੜ੍ਹਾਈ ਵੀ ਕਰਨੀ ਆ ਤੇ ਜਦੋਂ ਮੌਕਾ ਆਇਆ ਆਪਣੀ ਜੋਬ ਵੀ ਕਰਨੀ ਆ ਪਰ ਜਿੰਨਾ ਜ਼ੋਰ ਮੈਂ ਆਪਣੀ ਮਿਹਨਤ ਤੇ ਲਾਇਆ ਓਨਾ ਹੀ ਆਪਣੀ ਜੋਬ ਤੇ ਲਾਉਣਾ ਉੱਤੇ ਵੀ ਕਾਮਯਾਬ ਹੋਣਾ ਆ ਨਾ ਤੇ ਬਾਕੀ ਆਪਣੀ ਵਾਹਿਗੁਰੂ ਦੀ ਬਲੈਸਿੰਗ ਆ ਗੇਮ ਚ ਵੀ ਉਹਨਾਂ ਨੇ ਬਹੁਤ ਸਕਸੈਸ ਕੀਤੀ ਜੋਬ ਚ ਵੀ ਪੜ੍ਹਾਈ ਚ ਵੀ ਰੋਸਤਮ ਦੀ ਆਵਾਜ਼ ਚ ਤੁਸੀਂ ਏਦਾਂ ਜਿਹੜੀਆਂ ਦਿਲ ਦੀਆਂ ਗੱਲਾਂ ਸੁਣ ਰਹੇ ਆ ਲਹਿੰਦੇ ਪੰਜਾਬ ਤਾਂ ਚੜ੍ਹਦੇ ਪੰਜਾਬ ਵਾਲੇ ਦੇਖ ਲਓ ਇੱਥੇ ਕੈਨੇਡਾ ਚ ਕਿੰਨਾ ਰਹਿ ਕੇ ਜੋਬਾਂ ਕਰਕੇ ਕਿੱਦਾਂ ਗੇਮ ਕਰਨੀ ਪੈਂਦੀ ਆ ਤਾਂ ਤੁਸੀਂ ਬਹੁਤ ਲੱਕੀ ਆ ਇੱਥੇ ਗੇਮਾਂ ਫਰੀ ਟਾਈਮ ਕਰ ਸਕਦੇ ਹਾਂ ਪਹਿਲਵਾਨ ਜੀ ਜਿਹੜੇ ਤੁਹਾਡੇ ਕਰਦੇ ਕਰਦੇ ਤਾਂ ਜਿਹੜੇ ਚੈਲੇਂਜ ਮੈਚ ਆ ਜਿਹੜੇ ਤੁਹਾਨੂੰ ਕੋਈ ਚੇਤਾ ਵੀ ਅਸੀਂ ਬਹੁਤ ਠੋਕ ਕੇ ਵਧੀਆ ਮੈਂ ਕੀਤਾ ਜਿਹੜਾ ਤੁਹਾਨੂੰ ਪ੍ਰਾਊਡ ਹੋ ਗਏ ਉਸ ਮੈਚ 'ਤੇ ਉਹ ਕੋਈ ਸ਼ੇਅਰ ਕਰ ਜ਼ਰੂਰ ਚੈਲੇਂਜ ਇੱਕ ਭਾਈ ਹੁਣ ਕੀ ਕਹਿਣਾ ਪਰ ਕਈ ਹੈਗੇ ਸੀ ਇੱਥੇ ਲੋਕਲ ਮੁੰਡੇ ਜਿਨ੍ਹਾਂ ਨੇ ਮੈਨੂੰ ਇਹਦਾ ਗਲਤ ਟਾਈਮ ਚੈਲੰਜ ਕੀਤਾ ਗਲਤ ਟਾਈਮ ਮੀਨਿੰਗ ਜਦੋਂ ਮੈਂ ਥੱਕਿਆ ਸੀ ਉਹਨਾਂ ਨੂੰ ਪਤਾ ਸੀ ਇਹ ਬੰਦਾ ਹੁਣ ਕਬੱਡੀ 'ਚ ਜ਼ੋਰ ਲਾ ਕੇ ਆਇਆ ਇਹਦਾ ਦੋ ਤਿੰਨ ਮੈਚ ਲੱਗੇ ਹੋਏ ਆ ਉੱਥੇ ਇੱਕ ਐਵਿਸਪੋਰਟ ਸੀ ਮੈਨੂੰ ਚੇਤਾ ਮੇਰੇ ਤਿੰਨ ਮੈਚ ਕਬੱਡੀ ਦੇ ਲੱਗ ਚੁੱਕੇ ਸੀ ਤੇ ਮੈਂ ਇਕੱਲਾ ਰੇਡਰ ਸੀ ਤੇ ਬਹੁਤ ਕਬੱਡੀਆਂ ਪਾਈਆਂ ਤੇ ਉਸ ਤੋਂ ਬਾਅਦ ਉਹ ਬੰਦੇ ਨੇ ਓਪਨ ਚੈਲੰਜ ਕਰਤਾ ਹਾਂ ਰੈਸਲਿੰਗ ਤੇ ਮੇਰਾ ਨਾਂ ਵੀ ਲੈ ਦਿੱਤਾ ਇੱਥੇ ਭਲਵਾਨ ਆਏ ਹੋਏ ਆ ਜੇ ਕਿਸੇ ਨੇ ਘੁਣਨਾ ਤੇ ਉਸ ਟਾਈਮ ਮੇਰਾ ਸਰੀਰ ਟੁੱਟਿਆ ਸੀ ਹਨਾ ਪਰ ਡੈਡੀ ਮੈਂ ਆਪਣੇ ਬ੍ਰਦਰ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਕਹਿੰਦੇ ਮੈਚ ਅਗਲੀ ਵੀਕ ਵੀ ਆਉਣਾ ਹੀ ਆ ਅਗਲੇ ਸੰਡੇ ਵੀ ਮੈਚ ਹੈਗਾ ਹੀ ਆ ਇੱਥੇ ਹੀ ਆ ਰੋਡਰੀ ਚ ਤੇ ਮੈਂ ਉਦੋਂ ਕਹਿਤਾ ਹੀ ਮੈਂ ਕਿਹਾ ਅੱਜ ਨੀ ਅੱਜ ਮੇਰਾ ਸਰੀਰ ਟੁੱਟਿਆ ਆ ਮੈਂ ਅਗਲੀ ਵੀਕ ਤੇ ਨਾ ਭੁੱਲੂੰਗਾ ਤੇ ਉੱਥੇ ਮੈਂ 10 ਪੁਆਇੰਟ ਲੈ ਕੇ ਫੇਰ ਮੋਢੇ ਲਾ ਕੇ ਫੋਟੋ ਵੀ ਖਿੱਚੀ ਆਨਲਾਈਨ ਵੀ ਪਾਈ ਪੇਪਰਾਂ ਚ ਵੀ ਪਾਈ ਜੇ ਚੈਲੰਜ ਕਰਨਾ ਵੀ ਆਪਾਂ ਖੁਸ਼ੀ ਵੀ ਮਨਾਉਣੀ ਆ ਜਿੱਤੇ ਦੀ ਹਨਾ ਹਾਂਜੀ ਤਾਂ ਹੀ ਪਲੇਅਰ ਨੂੰ ਰੈਡੀ ਰਹਿਣਾ ਪੈਂਦਾ ਹਰ ਵਕਤ ਪਹਿਲਵਾਨ ਜੀ ਜਿਹੜਾ ਤੁਸੀਂ ਜਿੱਦਾਂ ਜ਼ਿੰਦਗੀ 'ਚ ਸਾਰਾ ਕੁਛ ਇਹ ਦੇਖਿਆ ਕਰਕੇ ਵੀ ਅਸਲੀ ਵੀ ਤੁਹਾਨੂੰ ਗੇਡ ਖੇਡ ਪਿਆਰੀ ਵੀ ਲੱਗਦੀ ਰੈਸਲਿੰਗ ਜਿੱਦਾਂ ਜਿਹੜੀ ਨਾਲ ਨਾਲ ਕਬੱਡੀ ਤੁਸੀਂ ਫਨ ਲਈ ਯੂਜ ਕਰ ਰਹੇ ਕਿ ਇਹਦੇ ਲਈ ਸੀਰੀਅਸ ਨਹੀਂ ਪੂਰਾ ਜਿੱਦਾਂ ਜਿਹੜੇ ਤੁਹਾਨੂੰ ਲੋਕ ਸਾਰੇ ਦੇਖ ਰਹੇ ਆ ਲਹਿੰਦੇ ਪੰਜਾਬ ਤੋਂ ਵੀ ਚੜ੍ਹਦੇ ਤੇ ਵੀ ਉਹ ਕਹਿੰਦੇ ਵੀ ਜੱਸੀ ਸੋਤਾ ਸੁਪਰ ਸਟਾਰ ਬਣ ਰਿਹਾ ਜਿੱਦਾਂ ਭਾਈ ਕਬੱਡੀ ਏਦਾਂ ਦੀ ਗੇਮ ਆ ਮੈਂ 10 ਸਾਲ ਰੈਸਲਿੰਗ ਕੀਤੀ ਟੋਪ ਲੈਵਲ ਤੇ ਕਿਆ ਬਾਤ ਕੋਈ ਨੀ ਜਾਣਦਾ ਸੀ ਸਹੀ ਗੱਲ ਹੈ ਮੈਂ ਸਰੀਰ 5 ਰਿੱਡਾਂ ਪਾਈਆਂ ਘਰੇ ਫੋਨ ਆਉਣ ਲੱਗ ਪਏ ਪਾਲੇ ਤੇਰੇ ਮੁੰਡੇ ਨੇ ਸਾਡੇ ਲਈ ਖੇਡਣਾ ਅਗਲੇ ਸਾਲ ਏਦਾਂ ਦੀ ਗੇਮ ਆ ਰੈਸਲਿੰਗ 'ਚ ਮੈਂ ਇੰਨਾ ਜ਼ੋਰ ਲਾਇਆ ਮੇਰੇ 2 ਟੂਰ ਲੱਗੇ ਕਬੱਡੀ 'ਚ ਮੈਂ 20 ਮੁਲਕ ਦੇਖ ਆਇਆ ਹੈਨਾ ਇੰਨੀ ਸਪੋਰਟ ਆ ਉਹ ਵੀ ਆਪਣੀ ਮਾਂ ਖੇਡ ਆ ਤੇ ਲੋਕੀ ਬਹੁਤ ਪਸੰਦ ਕਰਦੇ ਆ ਤੇ ਮੈਂ ਬਹੁਤ ਲੱਕੀ ਫੀਲ ਕਰਦਾ ਜਿਹੜਾ ਮੈਂ ਕਬੱਡੀ ਵੱਲ ਵੀ ਚੱਲ ਗਿਆ ਕਰਕੇ ਮੈਨੂੰ ਕਬੱਡੀ ਨੇ ਵੀ ਬਹੁਤ ਕੁਛ ਦਿੱਤਾ ਸਿੱਖਣ ਨੂੰ ਵੀ ਬਹੁਤ ਮਿਲਿਆ ਪਹਿਲਾਂ ਜਿਹੜਾ ਤੇਰਾ ਬ੍ਰਦਰ ਤਾਂ ਤੂੰ ਵਧੀਆ ਤੁਸੀਂ ਸਕੂਲਾਂ 'ਚ ਵੀ ਜਿਹੜੇ ਨਿਆਣੇ ਚੁਣੇ ਆ ਤੁਹਾਨੂੰ ਕੀ ਲੱਗਦਾ ਇੱਥੇ ਰੈਸਲਿੰਗ ਕਾਹਲੇ ਇੱਦਾਂ ਪਿੱਛੇ ਆ ਜਿੱਦਾਂ ਇਹਦੇ ਵਿੱਚ ਕੀ ਵਜ੍ਹਾ ਕੀ ਆ ਤੁਸੀਂ ਇੰਨੇ ਮੁੰਡੇ ਸਕੂਲਾਂ 'ਚੋਂ ਵੀ ਤੁਸੀਂ ਜਿਹੜੇ ਸਹੀ ਰਾਹ ਨੂੰ ਲਾਏ ਆ ਤਾਂ ਤੁਹਾਨੂੰ ਕੀ ਇਹਦੇ ਵਿੱਚ ਲੱਗਦਾ ਵੀ ਇੱਕ ਵਜ੍ਹਾ ਕੀ ਆ ਇਹ ਭਾਈ ਇੱਥੇ ਅੱਜ ਕੱਲ੍ਹ ਡਿਸਟਰੈਕਸ਼ਨ ਬਹੁਤ ਆ ਹੁਣ ਡਿਸਟਰੈਕਸ਼ਨ ਮੈਂ ਪੰਜਾਬੀ 'ਚ ਕਹਿਣਾ ਨਹੀਂ ਆਉਂਦਾ ਤੁਸੀਂ ਸਮਝਦੇ ਆ ਜਿਹੜਾ ਦਿਮਾਗ ਆਪਣਾ ਹੋਰ ਪਾਸੇ ਚੱਲ ਜਾਂਦਾ ਮਿਹਨਤ ਧਿਆਨ ਇੱਥੇ ਫੋਨ ਆ ਲੈਪਟਾਪ ਆ ਜਿਹੜੇ ਮਾਰੀ ਪੱਬ ਜਾਓ ਜਿਹੜੇ ਮਰਜ਼ੀ ਚੀਜ਼ ਲਓ ਇੱਥੇ ਤੁਹਾਨੂੰ ਮਿੰਟ 'ਚ ਮਿਲ ਜਾਂਦੀ ਸਾਰਿਆਂ ਕੋਲ ਮਨੀ ਆ ਸਾਰਿਆਂ ਕੋਲ ਗੱਡੀ ਆ ਰਾਈਟ ਡਿਸਟਰੈਕਸ਼ਨ ਬਹੁਤ ਜ਼ਿਆਦਾ ਆ ਨਾਲੇ ਭਾਈ ਇੱਥੇ ਅੱਜ ਕੱਲ੍ਹ ਇਹੋ ਜਿਹੀਆਂ ਚੀਜ਼ਾਂ ਆਪਣੀ ਸੋਸਾਇਟੀ 'ਚ ਆ ਗਈਆਂ ਮੈਂ ਤੁਹਾਨੂੰ ਗੱਲ ਦੱਸਦਾ ਹੁਣ ਜਦੋਂ ਅਸੀਂ ਨੌਕਰੀ ਕਰਦੇ ਹਾਂ ਸਾਨੂੰ ਲੋਕਾਂ 'ਤੇ ਕੜੀ ਪਾਉਣੀ ਪੈਂਦੀ ਆ ਜਦੋਂ ਆਪਾਂ ਕੜੀ ਪਾਈ ਦੀ ਬਹੁਤ ਅਜੀਬ ਜਿਹੀ ਫੀਲਿੰਗ ਆ ਬਹੁਤ ਬੁਰਾ ਲੱਗਦਾ ਬੰਦੇ ਨੂੰ ਮੇਰੇ ਇਹਨਾਂ ਨੇ ਕੜੀ ਪਾਈ ਆ ਹੈ ਨਾ ਜਦੋਂ ਤੁਸੀਂ ਕੜੀ ਪਾਉਂਦੇ ਆ ਕਿਸੇ ਦੇ ਤੁਸੀਂ ਉਹਨਾਂ ਨੂੰ ਆਪਣੇ ਵਕੀਲ ਨਾਲ ਉਹ ਗੱਲ ਕਰ ਸਕਦਾ ਹੁੰਦਾ ਉਹਦਾ ਹੱਕ ਆ ਬੰਦੇ ਦਾ ਹਰੇਕ ਬੰਦੇ ਦਾ ਕੈਨੇਡੀਅਨ 'ਚ ਹੱਕ ਆ ਉਹ ਵਕੀਲ ਨਾਲ ਗੱਲ ਕਰ ਸਕਦਾ ਕਈ ਵਾਰੀ ਜੇ ਬੰਦਾ ਨਾਈਸ ਹੋਵੇ ਅਸੀਂ ਕਹਿ ਦੇ ਅਸੀਂ ਤੇਰੇ ਘਰ ਮਾਂ ਬਾਪ ਨੂੰ ਪਰਿਵਾਰ ਨੂੰ ਵੀ ਦੱਸ ਦਿੰਦੇ ਹਾਂ ਇਸ ਟਾਈਮ ਤੂੰ ਸਾਡੇ ਕੋਲ ਆ ਕਰਕੇ ਉਹ ਫੋਨ ਨਹੀਂ ਚੱਕ ਸਕਦੇ ਲੋਕੀ ਅੱਜ ਕੱਲ੍ਹ ਇੰਨੇ ਗਲਤ ਕੰਮਾਂ 'ਚ ਪਏ ਉਹ ਕਹਿੰਦੇ ਵਕੀਲ ਨੂੰ ਛੱਡ ਮੰਮੀ ਡੈਡੀ ਨੂੰ ਛੱਡ ਮੈਨੂੰ ਇੱਕ ਸੁੱਟਾ ਖਿੱਚ ਲੈਂਦੇ ਆਪਣੇ ਸਰੀ ਰਹਿਣ ਦੇ ਲੋਕ ਆ ਤੇ ਮੈਨੂੰ ਏਦਾਂ ਦੀਆਂ ਚੀਜ਼ਾਂ ਬਹੁਤ ਬੁਰੀਆਂ ਲੱਗਦੀਆਂ ਸੋ ਜਿਹੜੇ ਛੋਟੇ ਨਿਆਣਿਆਂ ਨੂੰ ਅਸੀਂ ਕੋਚਿੰਗ ਦਿੰਦੇ ਆ ਸਾਨੂੰ ਕੋਈ ਪਤਾ ਨੀ ਉਹਨਾਂ ਚੋਂ ਕੋਈ ਤਗੜਾ ਹੋਣਾ ਜੇ ਨਹੀਂ ਹੋਣਾ
ਹੋਏ ਵੀ ਆ ਤੁਹਾਨੂੰ ਪਤਾ ਆਪਣੇ ਕਈ ਸ਼ਾਨ ਭਲਵਾਨ ਜਿਹੜਾ ਤੁਹਾਡੇ ਤੋਂ ਟ੍ਰੇਨਿੰਗ ਕਰਦਾ ਕਿੰਨਾ ਤਗੜਾ ਹੋਇਆ ਹੋਣਾ ਆਉਣ ਵਾਲੇ ਸਮੇਂ ਚ ਉਹ ਰੋਸਟਮ ਬਣੂਗਾ ਬਲਤੇਜ ਹੈ ਨਾ ਇਹ ਪਰ ਸਾਨੂੰ ਏਦਾਂ ਹੁੰਦਾ ਸੀ ਭਲਵਾਨੀ ਦੇ ਨਾਲ ਨਾਲ ਉਹਨਾਂ ਨੂੰ ਦੋ ਤਿੰਨ ਚੰਗੀਆਂ ਚੀਜ਼ਾਂ ਸਿਖਾ ਦਈਏ ਹੈ ਨਾ ਕਿਉਂਕਿ ਜਿਹੜਾ ਜਿੱਦਾਂ ਪਹਿਲਵਾਨ ਜਿੱਦਾਂ ਤੁਹਾਨੂੰ ਪਲੇਸ 'ਚ ਚੁਣਿਆ ਜਿੱਦਾਂ ਉਦੋਂ ਆਪਣੇ ਕਲੱਬ 'ਚ ਆਇਆ ਮੇਰੇ ਕੋਲ ਤੇਰੇ ਬਾਰੇ ਉਹਨਾਂ ਨੇ ਪੁੱਛਿਆ ਜਿਹੜੀਆਂ ਉਹ ਹੈਵ ਟੂ ਜ਼ਰੂਰੀ ਇਹ ਪੁੱਛਣੀਆਂ ਆਉਂਦੀਆਂ ਗੱਲਾਂ ਵੀ ਇਹ ਪਹਿਲਵਾਨ ਕੀ ਕਰਦਾ ਤੁਹਾਨੂੰ ਤਾਂ ਹੀ ਸਾਰਾ ਕੁਝ ਦੇਖ ਕੇ ਪਲੇਸ 'ਚ ਲਿਆ ਕਿ ਕੀ ਗੱਲ ਹੈ ਹਾਂਜੀ ਉਦੋਂ ਤੁਹਾਡੀਆਂ ਫੋਟੋ ਸੀ ਸ਼ਾਇਦ ਕਈਆਂ ਕਬੱਡੀ 'ਚ ਸਾਰੀ ਤਰ੍ਹਾਂ ਦੇ ਬੰਦੇ ਹੈਗੇ ਆਇਆ ਤੁਹਾਡੀਆਂ ਉਹਨਾਂ ਨੇ ਫੋਟੋ ਕੱਢ ਕੇ ਸਾਰੀਆਂ ਮੇਰੇ ਮੂਹਰੇ ਰੱਖੀਆਂ ਸੀ ਤਾਂ ਉਹਦੀ ਵਜ੍ਹਾ ਕੀ ਸੀ ਉਹ ਕਾਹਦੇ ਲਈ ਸਵਾਲ ਕਰ ਰਹੇ ਸੀ ਇਹਨੇ ਉਹ ਭਾਈ ਏਦਾਂ ਹੁੰਦਾ ਜੇ ਆਪਾਂ ਕਿਸੇ ਵਧੀਆ ਡਿਪਾਰਟਮੈਂਟ 'ਚ ਜਾਣਾ ਠੀਕ ਹੈ ਉਹਨਾਂ ਦੇ ਹੁੰਦਾ ਰੈਫਰੈਂਸ ਰੈਫਰੈਂਸ ਮੀਨਿੰਗ ਇਹ ਤੁਹਾਡਾ ਤੁਹਾਡੇ ਕੋਲ ਬੰਦੇ ਹੈਗੇ ਜਿਹੜੇ ਤੁਹਾਡੇ ਹੱਕ 'ਚ ਬੋਲ ਸਕਦੇ ਆ ਠੀਕ ਹੈ ਹੈ ਨਾ ਤੇ ਉਹਨਾਂ ਨੇ ਕਹਿੰਦੇ ਸੀ 40 ਰੈਫਰੈਂਸ ਚਾਹੀਦੇ ਹਰੇਕ ਬੰਦੇ ਜਿੰਨੇ ਵੀ ਉਹਨਾਂ ਨੇ ਚੁਣੇ ਆ 40 ਚਾਹੀਦੇ ਆ ਸੋ ਮੈਨੂੰ ਉਹਨਾਂ ਨੂੰ 40 ਨਾਂ ਦੇਣੇ ਪਏ ਫੈਮਿਲੀ ਤੋਂ ਛੁੱਟ ਫੈਮਿਲੀ ਦਾ ਨਹੀਂ ਕੋਈ ਬੰਦਾ ਹੋ ਸਕਦਾ ਜਿਹੜੇ ਕਹਿ ਸਕਦੇ ਜਸਵੀ ਸੋਤਾ ਚੰਗਾ ਇਨਸਾਨ ਆ ਤੁਹਾਡੇ ਲਈ ਵਧੀਆ ਕੰਮ ਕਰੂਗਾ ਉਹ 'ਚ ਮੈਂ ਤੁਹਾਡਾ ਨਾਂ ਵੀ ਦਿੱਤਾ ਸੀ ਆਪਣੇ ਗੁਆਂਢੀਆਂ ਦਾ ਨਾਂ ਵੀ ਦਿੱਤਾ ਸੀ ਜਿਹੜੇ ਮੇਰੇ ਟੀਚਰ ਆ ਉਹਨਾਂ ਦਾ ਵੀ ਨਾਂ ਦਿੱਤਾ ਸੀ ਜਿਹੜੇ ਮੇਰੇ ਪੁਰਾਣੇ ਕੰਮ ਕਰਦੇ ਰਹੇ ਉਹਨਾਂ ਦਾ ਵੀ ਨਾਂ ਦਿੱਤਾ ਸੀ ਸੋ ਉਹ ਇਕੱਲੇ ਇਕੱਲੇ ਨੂੰ ਮਿਲ ਕੇ ਪੁੱਛ ਕੇ ਆਏ ਬਹਿ ਕੇ ਘੰਟਾ ਕੁ ਬਹਿ ਗਏ ਬੰਦਾ ਕਿੱਦਾਂ ਦਾ ਆਇਆ ਹੈਨਾ ਕਰਕੇ ਉਹ ਪਹਿਲਵਾਨ ਦੇ ਜਿਹੜੇ ਇਹ ਚੀਜ਼ਾਂ ਤਾਂ ਆਪਾਂ ਨੂੰ ਪਤਾ ਲੱਗਦਾ ਪਰ ਇਹ 'ਚ ਕਈ ਵੇਲੇ ਕਹਿਣ ਜਾਂਦੇ ਤੁਹਾਨੂੰ ਸਕੂਲਾਂ 'ਚ ਆ ਤੁਸੀਂ ਵੀ ਪੜ੍ਹੇ ਆ ਇੱਥੇ ਤੁਹਾਨੂੰ ਇਹ ਕਈ ਵੇਲੇ ਭੰਗ ਨੂੰ ਇੱਥੇ ਮਾੜਾ ਨਹੀਂ ਕਹਿ ਨਹੀਂ ਰਹੇ ਆਪਾਂ ਬੱਚਿਆਂ ਨੂੰ ਇੱਦਾਂ ਕਿੱਦਾਂ ਪਿੱਛੇ ਠਾਵਾਂਗੇ ਛੋਟੇ ਨਸ਼ੇ ਤੋਂ ਇਹ ਵੱਡੇ ਨਸ਼ੇ ਵੱਲ ਨੂੰ ਜਾਂਦੇ ਆ ਤੁਸੀਂ ਹੁਣ ਪੁਲਿਸ 'ਚ ਵੀ ਵਰਕ ਕਰ ਰਹੇ ਆ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ ਵੀ ਜੋਬ ਇਹ ਕਰਨੀ ਔਖੀ ਆ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਇਹਨਾਂ ਨੂੰ ਮੋੜ ਪਾ ਸਕਦੇ ਹਾਂ ਕਿਉਂਕਿ ਇਹਨਾਂ ਨੂੰ ਕਹਿੰਦੇ ਰਿਲੈਕਸ ਕਰ ਦਈਏ ਆਪਾਂ ਵੀ ਜਿੱਦਾਂ ਨਹੀਂ ਭਾਈ ਆਪਾਂ ਨੂੰ ਹੈ ਨਾ ਲੋਕੀ ਜੋ ਮਰਜ਼ੀ ਕਹੀ ਜਾਣ ਆਪਣੇ ਦਿਲ 'ਚ ਪਤਾ ਹੁੰਦਾ ਜਿਹੜੀ ਚੀਜ਼ ਸਹੀ ਆ ਜਿਹੜੀ ਗਲਤ ਆ ਬੰਦੇ ਨੂੰ ਉਹ ਆਪਣੇ ਆਪ ਨੂੰ ਭਾਵੇਂ ਝੂਠ ਬੋਲੀ ਜਾਵੇ ਉਹਨੂੰ ਇਨਸਾਈਡ ਪਤਾ ਮੈਂ ਇਸ ਟਾਈਮ ਗਲਤ ਚੀਜ਼ ਕਰ ਰਿਹਾ ਹਾਂ ਰਾਈਟ ਉਹਦੇ ਨਾਲ ਜਿੱਦਾਂ ਹੁਣ ਆਪਾਂ ਕਲੱਬਾਂ ਆ ਚਲੋ ਅਸੀਂ ਤਾਂ ਕਰ ਰਹੇ ਹਾਂ ਜਿਹੜੇ ਗੇਮਾਂ ਵਾਲੇ ਕਰਾ ਰਹੇ ਹਾਂ ਆਮ ਜਿਹੜਾ ਬੱਚਾ ਉਹਦੇ ਲਈ ਕੀ ਆਪਾਂ ਕਰ ਸਕਦੇ ਹਾਂ ਜਿੱਦਾਂ ਹੁਣ ਤੁਹਾਨੂੰ ਪਬਲਿਕ ਵੀ ਸਾਰੇ ਕੈਨੇਡਾ ਦੇ ਵੀ ਇੰਗਲੈਂਡ ਸਾਰੀ ਜਗ੍ਹਾ ਤੋਂ ਦੇਖ ਰਹੇ ਆ ਇਹ ਕਿਉਂਕਿ ਆਪਾਂ ਇਹ ਚਾਹੁੰਦੇ ਹਾਂ ਵੀ ਇਹ ਗੱਲ ਦੱਸੀ ਜਾਵੇ ਕਿਉਂਕਿ ਇੱਥੇ ਇਹਨੂੰ ਪਾਸ ਕਰਦੇ ਆ ਵੀ ਇਹ ਕਹਿੰਦੇ ਖਾ ਪੀ ਸਕਦੇ ਆ ਭੰਗ ਉਹ ਬੱਚੇ 8ਵੀਂ ਕਲਾਸ ਤੋਂ ਹੀ ਲੱਗੇ ਹੋਆ ਅਸੀਂ ਉਹਨਾਂ ਦਾ ਕੀ ਡੋਰ ਪਾ ਸਕਦੇ ਉਹਨਾਂ 'ਤੇ ਕਿੱਦਾਂ ਉਹਨਾਂ ਨੂੰ ਰੋਕ ਪਾ ਸਕਦੇ ਹਾਂ ਤੁਸੀਂ ਪੁਲਿਸ 'ਚ ਜੋਬ ਕਰਦੇ ਹਾਂ ਹਾਂਜੀ ਹੁਣ ਮੈਂ ਸੱਚ ਦੱਸਾਂ ਇਸ ਗੱਲਾਂ 'ਚ ਮੇਰਾ ਬਾਹਲਾ ਐਕਸਪੀਰੀਅੰਸ ਨਹੀਂ ਮੈਂ ਹੁਣ ਆਲਮੋਸਟ ਲਾਈਕ 29 ਈਅਰਸ ਏਜ ਦੇ ਵਿੱਚ ਅੱਜ ਤੱਕ ਨਾ ਸ਼ਰਾਬ ਪੀਤੀ ਨਾ ਕਦੇ ਭੰਗ ਟਰਾਈ ਕੀਤੀ ਕਰਕੇ ਮੈਨੂੰ ਪਤਾ ਸੀ ਇਹ ਚੀਜ਼ਾਂ ਮਾੜੀਆਂ ਮੇਰੇ ਉਸਤਾਦਾਂ ਨੇ ਤੁਸੀਂ ਹੋਏ ਰਵੀ ਸੋਢੀ ਹੋਇਆ ਮੰਮੀ ਡੈਡੀ ਹੋਏ ਪਹਿਲਾਂ ਤੋਂ ਦੱਸਿਆ ਇਸ ਚੀਜ਼ਾਂ 'ਚੋਂ ਪਰਹੇਜ਼ ਰੱਖੋ ਪਰੇ ਰਹੋ ਹੈ ਨਾ ਹੁਣ ਤੁਸੀਂ ਸਹੀ ਹਾਂ ਅੱਜ ਕੱਲ੍ਹ ਗਾਣਿਆਂ 'ਚ ਮੂਵੀਆਂ 'ਚ ਗੌਰਮੈਂਟ ਹੀ ਕਹੀ ਜਾਂਦੀ ਇਸ ਚੀਜ਼ਾਂ ਅਲਾਊਡ ਆ ਆਪਾਂ ਕਿੱਦਾਂ ਨਿਆਣਿਆਂ ਨੂੰ ਇਹ ਬਹੁਤ ਹਾਰਡ ਗੱਲ ਆ ਬਹੁਤ ਬਹੁਤ ਬਿਗ ਟਾਸਕ ਆ ਪਰ ਜਿਹੜੇ ਆਪਣੇ ਸਰਕਲ 'ਚ ਹੈਗੇ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਰੁਸਤਮ ਦੀ ਆਵਾਜ਼ 'ਚ ਇੱਦਾਂ ਤੁਹਾਨੂੰ ਸੱਚੀਆਂ ਗੱਲਾਂ ਸੁਣਨ ਨੂੰ ਮਿਲਣੀਆਂ ਤੁਸੀਂ ਇੱਦਾਂ ਕਲੱਬਾਂ ਨਾਲ ਜੁੜੋ ਦੇਖੋ ਇਹ ਜਿਹੜੇ ਜਵਾਬ ਆ ਇਹ ਆਪ ਜੋਬ ਕਰਦੇ ਆ ਪੁਲਿਸ 'ਚ ਇਹਨਾਂ ਇਹਦਾ ਕੋਈ ਆਂਸਰ ਇੱਦਾਂ ਦੇ ਹੈ ਨਹੀਂ ਕਿਉਂਕਿ ਇਹ ਕੰਟਰੀਆਂ 'ਚ ਇਹ ਗੱਲਾਂ ਹੋ ਰਹੀਆਂ ਆ ਅਸੀਂ ਬੱਚਿਆਂ ਨੂੰ ਬਹੁਤ ਮੁਸ਼ਕਲ ਅਸੀਂ ਜਿਹੜੇ ਸਾਡੇ ਕਲੱਬਾਂ ਨਾਲ ਜੁੜੇ ਹੋ ਅਸੀਂ ਉਹਨਾਂ ਨੂੰ ਇਹ ਸਿੱਖਿਆ ਦੇ ਰਹੇ ਹਾਂ ਛੋਟੇ ਨਸ਼ੇ ਤੋਂ ਵੱਡੇ ਵੱਲ ਜਾਂਦੇ ਹਾਂ ਤੁਸੀਂ ਕੋਸ਼ਿਸ਼ ਕਰੋ ਇਹਨਾਂ ਗੇਮਾਂ 'ਚ ਪਾਉਣ ਦੀ ਨਿਆਣਿਆਂ ਨੂੰ ਤਾਂ ਪਹਿਲਵਾਨ ਜੀ ਜਿੱਦਾਂ ਤੁਸੀਂ ਹੋਰ ਲਾਸਟ ਕੀ ਕਹਿਣਾ ਚਾਹੁੰਦੇ ਹਾਂ ਜਿੱਦਾਂ ਤੁਹਾਡੀ ਜਾਂ ਘੋਲ ਬਾਰੇ ਜਾਂ ਕਬੱਡੀ ਬਾਰੇ ਤੁਸੀਂ ਜਿਹੜਾ ਕੋਈ ਚੀਜ਼ ਰਹਿ ਗਏ ਹੋਗੇ ਪਬਲਿਕ ਨੂੰ ਸ਼ੇਅਰ ਕਰਨੀ ਚਾਹੁੰਦੇ ਹਾਂ ਮੈਂ ਤਾਂ ਬਸ ਭਾਅ ਜੀ ਇੰਨਾ ਕਹਿਣਾ ਮੰਗਦਾ ਮੇਰੀ ਲਾਈਫ ਲਈ ਸਭ ਤੋਂ ਵਧੀਆ ਚੀਜ਼ ਸਪੋਰਟਸ ਸੀ ਰਾਈਟ ਸਪੋਰਟਸ ਤੋਂ ਬਿਨਾਂ ਮੈਂ ਬਹੁਤ ਮਾੜੇ ਰਸਤੇ ਜਾ ਸਕਦਾ ਸੀ ਪਰ ਸਪੋਰਟਸ ਨੇ ਮੈਨੂੰ ਡਿਸਪਲਿਨ 'ਚ ਰੱਖਿਆ ਹੌਲੀ ਹੌਲੀ ਸਭ ਕੁਛ ਦਿੱਤਾ ਵੀ ਅਤੇ ਮੇਰੀ ਇਹੀ ਆ ਜਿਹੜਾ ਬੰਦਾ ਸਪੋਰਟਸ ਦੇ ਨਾਲ ਜੁੜ ਸਕਦਾ ਹੈਵ ਟੂ ਨਹੀਂ ਭਲਵਾਨੀ ਹੋਵੇ ਕਬੱਡੀ ਹੋਵੇ ਫੀਲਡ ਹਾਕੀ ਹੋਵੇ ਸੌਕਰ ਹੋਵੇ ਉਸ ਚੀਜ਼ ਨਾਲ ਜ਼ਰੂਰ ਜੁੜੋ ਰਾਈਟ ਆਪਣਾ ਪੂਰਾ ਐਫਰਟ ਦਿਓ ਅਤੇ ਤੁਹਾਨੂੰ ਰਿਜ਼ਲਟ ਵੀ ਸਕਸੈਸ ਵੀ ਹੌਲੀ ਹੌਲੀ ਜ਼ਰੂਰ ਮਿਲੂਗੀ ਤੁਸੀਂ ਪਹਿਲਾਂ ਜੀ ਜਿੱਦਾਂ ਕਬੱਡੀ 'ਚ ਜਿੱਦਾਂ ਜਿਹੜੇ ਆ ਤੁਹਾਨੂੰ ਕੋਈ ਕਬੱਡੀ 'ਚ ਵੀ ਇੱਦਾਂ ਦਾ ਚੈਲੰਜ ਬਣਿਆ ਵੀ ਤੂੰ ਇਹ ਸੈੱਟ 'ਤੇ ਨਹੀਂ ਕਬੱਡੀਆਂ ਪਾ ਸਕਦਾ ਮੂਹਰੇ ਸੁਪਰ ਸਟਾਰ ਖੜ੍ਹੇ ਆ ਜਾਂ ਤੈਨੂੰ ਇੱਦਾਂ ਤੈਨੂੰ ਕਦੇ ਕੋਈ ਇੱਦਾਂ ਦਾ ਚੈਲੰਜ ਮਿਲਿਆ ਹੋਵੇ ਕਿਸੇ ਟੂਰਨਾਮੈਂਟ 'ਚ ਚੈਲੰਜ ਤਾਂ ਨਹੀਂ ਭਾਈ ਪਰ ਇੱਦਾਂ ਕਈ ਵਾਰੀ ਪਲੇਅਰਾਂ 'ਚ ਆਪ ਸੂਚੀ ਹੋ ਜਾਂਦੀ ਆ ਹੈ ਨਾ
ਦੁਬਾਰਾ ਫੇਰ ਪਾ ਏਦਾਂ ਪਾ ਪਰ ਜਿੱਦਾਂ ਮੈਂ ਕਿਹਾ ਮੈਨੂੰ ਤਾਂ ਵਧੀਆ ਲੱਗਦਾ ਆ ਕਈ ਵਾਰੀ ਕਹਿ ਦਿੰਦੇ ਆ ਪਲੇਅਰ ਹੈ ਨਾ ਕਿੱਦਾਂ ਦੁਬਾਰਾ ਫੇਰ ਪਾ ਆ ਹੈ ਨਾ ਜਦੋਂ ਆਪਾਂ ਥਾਪੀ ਜੀ ਮਾਰੀ ਦੀ ਆ ਆਪਾਂ ਦੁਬਾਰਾ ਫੇਰ ਪਾ ਦੀ ਆ ਫੇਰ ਕੀ ਹੋਇਆ ਰਾਈਟ ਹੈ ਨਾ ਯਾਰ ਏਦਾਂ ਕੋਈ ਵੱਡੀ ਗੱਲ ਤੇ ਨੀ ਪਰ ਉਹ 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 ਉਸ ਟਾਈਮ ਉਹਨਾਂ ਨੇ ਵੀ ਪੰਪ ਅਪ ਹੋਣਾ ਆ ਰਾਈਟ ਪਰ ਹੁਣ ਜੇ ਕਈ ਪਲੇਅਰਾਂ ਦਾ ਪਰਸਨਲ ਸਟਾਈਲ ਹੁੰਦਾ ਕਈ ਪਲੇਅਰ ਹੁਣ ਜਿੱਦਾਂ ਮੈਂ ਕਾਕੇ ਕਾਰੀ ਸਾਰੀ ਦਾ ਮੈਨੂੰ ਲੱਗਦਾ ਮੈਂ ਕਦੇ ਦੇਖਿਆ ਨੀ ਉਹਨੇ ਥਾਪੀ ਮਾਰੀ ਤੈਨੂੰ ਕਦੇ ਏਦਾਂ ਹੋਈ ਆ ਕਦੇ ਤੈਨੂੰ ਖੜਾ ਰਹਿਣਾ ਹੋਵੇ ਦੂਏ ਪਲੇਅਰਾਂ ਨੂੰ ਕਬੱਡੀਆਂ ਪਾਉਣ ਲਈ ਕਹਿ ਦਿੱਤਾ ਹੋਵੇ ਤੂੰ ਉਹਦੇ ਵਿੱਚ ਮੈਚ ਆਪ ਖੜਾ ਹੋਵੇ ਤੈਨੂੰ ਰੋਕ ਲਿਆ ਹੋਵੇ ਹਾਂ ਭਾਜੀ ਏਦਾਂ ਮੇਰੇ ਨਾਲ ਹੋਈ ਆ ਰਾਈਟ ਕਰਕੇ ਉਹ ਕਈ ਵਾਰੀ ਕਹਿੰਦੇ ਹੁੰਦੇ ਆ ਹਜੇ ਤੇਰਾ ਐਕਸਪੀਰੀਅੰਸ ਨੀ ਤੂੰ ਘੱਟ ਮੈਚ ਲਾਏ ਆ ਫਲਾਨੇ ਨੂੰ ਪਾ ਲੈਂਦੇ ਰਾਈਟ ਪਰ ਮੈਨੂੰ ਉਹ ਆਪਣੀ ਗਲਤੀ ਲੱਗਦੀ ਆ ਰਾਈਟ ਮੇਰੇ ਨਾਲ ਦੋ ਵਾਰੀ ਏਦਾਂ ਹੋਲਟ ਆ ਪਰ ਮੈਂ ਉਦੋਂ ਕੁਛ ਬੋਲਿਆ ਨੀ ਘਰ ਆ ਕੇ ਪੂਰਾ ਅਪਸੈਟ ਰੋਣ ਵਾਂਗੂ ਰਾਈਟ ਪਰ ਫਿਰ ਮੈਂ ਸੋਚਿਆ ਯਾਰ ਮੈਨੂੰ ਉਦੋਂ ਕਹਿਣਾ ਚਾਹੀਦਾ ਸੀ ਤੇ ਆਪਾਂ ਕਹਿ ਦਈਦਾ ਰਿਗਰੈਟ ਹੁੰਦੀ ਆ ਨਾ ਉਹ ਮੈਂ ਆਪਣੀ ਗਲਤੀ ਮਹਿਸੂਸ ਕਰਦਾ ਮੇਰੀ ਗਲਤੀ ਆ ਜੇ ਅਗਲੇ ਸਾਲ ਏਦਾਂ ਹੋਊਗਾ ਤੇ ਮੈਂ ਜ਼ਰੂਰ ਕਹਿਣਾ ਤੇ ਮੈਂ ਆਪਣੀ ਪਾ ਵੀ ਦੇਣੀ ਆ ਆਈ ਡੋਂਟ ਕੇਅਰ ਮੈਚ ਕੀਤੀ ਜਾਵੇ ਨਹੀਂ ਸਹੀ ਆ ਉਹ ਸਪੋਂਸਰ ਨੇ ਟੀਮ ਚਲਾਉਣੀ ਹੁੰਦੀ ਹੈ ਨਾ ਤੁਸੀਂ ਸਹੀ ਆ ਉਹਨਾਂ ਨੇ ਦੇਖਣਾ ਹੁਣ ਜਿਹੜਾ ਪਲੇਅਰ ਆ ਉਹ ਪਾਊਗਾ ਮੈਂ ਉਸ ਚੀਜ਼ ਨੂੰ ਮੰਨਦਾ ਆ ਹਨਾ ਪਰ ਜੇ ਤੁਸੀਂ ਹੁਣ ਪਲੇਅਰ ਨੂੰ ਚੁਣਿਆ ਆ ਜੇ ਇੱਕ ਗੱਲ ਵੱਖਰੀ ਹੈ ਜੇ ਮੈਂ ਹੁਣ ਪਹਿਲੇ ਦੋ ਤਿੰਨ ਮੈਚਾਂ 'ਚ ਵਧੀਆ ਨਹੀਂ ਖੇਡਿਆ ਚੱਲ ਬਿਸ਼ਾਕ ਮੈਨੂੰ ਬਿਠਾ ਲਓ ਪਰ ਜੇ ਮੈਂ ਹੁਣ ਵਧੀਆ ਗ੍ਰੇਡਾ ਪਾਉਂਦਾ ਆ ਮੇਰੀ ਪਾਓ ਜ਼ਰੂਰ ਹੈ ਨਾ ਬਾਕੀਆਂ ਨੂੰ ਵੀ ਤਾਂ ਜੱਫੇ ਲੱਗਦੇ ਹੀ ਆ ਹੈ ਨਾ ਪਰ ਉਹ ਉਹਨਾਂ ਦੀ ਗਲਤੀ ਨਹੀਂ ਮੇਰੀ ਗਲਤੀ ਹੈ ਜੇ ਮੈਂ ਬੋਲੂੰਗਾ ਮੈਨੂੰ ਪਾਉਣ ਦੇਣੀ ਹੈ ਜੇ ਮੈਂ ਚੁੱਪ ਕਰਕੇ ਉੱਥੇ ਖੜ ਗਿਆ ਨਹੀਂ ਪਾਉਣ ਦੇਣੀ ਉਸ ਚੀਜ਼ ਦਾ ਮੈਂ ਐਕਸਪੀਰੀਅੰਸ ਕੀਤਾ ਮੈਨੂੰ ਵਧੀਆ ਨਹੀਂ ਲੱਗਾ ਅਗਲੇ ਸਾਲ ਜੇ ਮੈਨੂੰ ਕੋਈ ਸਪੋਂਸਰ ਕਹੂਗਾ ਬਹਿ ਜਾ ਮੈਂ ਕਹਿਣਾ ਭਾਈ ਇੱਕ ਪਾ ਲੈਣ ਦਿਓ ਜਦੋਂ ਰੁਕ ਗਿਆ ਮੈਂ ਬਹਿ ਜੂੰਗਾ ਜਿਹੜਾ ਡਿਸਿਪਲਿਨ ਜਿਹੜੇ ਰੂਲ ਮੁਤਾਬਕ ਤੈਨੂੰ ਕਿੱਦਾਂ ਕਬੱਡੀ ਲੱਗੀ ਜਿੱਦਾਂ ਇਹਦੇ ਵਿੱਚ ਕਈ ਵੇਲੇ ਜੱਫਿਆਂ ਵਾਲਾ ਜੱਫੇ ਲਾਈ ਜਾਂਦਾ ਤੁਹਾਨੂੰ ਰੇਡ ਇੱਕੋ ਹੀ ਪਾਉਣੀ ਪੈਂਦੀ ਆ ਜਾਂ ਵੱਧ ਵੀ ਤੁਸੀਂ ਪਾਉਣੀਆਂ ਚਾਹੁੰਦੇ ਆ ਇਹਦੇ 'ਚ ਜਾਂ ਜਿਹੜੇ ਫੌਲ ਆ ਉਹ ਕਿੱਦਾਂ ਤੈਨੂੰ ਇਹ ਸਾਰੇ ਇਹਦੇ ਬਾਰੇ ਕੋਈ ਤੁਹਾਨੂੰ ਲੱਗਦਾ ਵੀ ਅਜੇ ਅਨ ਡਿਸਿਪਲਿਨ ਹੈਗੀ ਇਹ 'ਚ ਗੇਮ 'ਚ ਭਾਈ ਜਿਹੜੇ ਗੇਮ ਦੇ ਰੂਲ ਆ ਠੀਕ ਆ ਪਰ ਜਿਹੜੇ ਉਹ ਬਾਕੀ ਗੱਲਾਂ ਮੈਨੂੰ ਬਿਲਕੁਲ ਨਹੀਂ ਪਸੰਦ ਅਤੇ ਮੈਂ ਕਮੇਟੀ ਵਾਲਿਆਂ ਨੂੰ ਕਈ ਵਾਰੀ ਕਿਹਾ ਆ ਹੁਣ ਆਪਾਂ ਹਜ਼ਾਰਾਂ 'ਚ ਖਰਚੇ ਕਰਦੇ ਟੂਰਨਾਮੈਂਟ ਲਾਉਂਦੇ ਹਾਂ ਇੰਨੇ ਲੋਕ ਦੇਖਣ ਆਉਂਦੇ ਆ ਕਈ ਵਾਰੀ ਵਰਦੀਆਂ ਨਹੀਂ ਪਾਈ ਹੁੰਦੀਆਂ ਲੈ ਬਹੁਤ ਬੈਡ ਲੱਗਦਾ ਦੇਖਣ ਨੂੰ ਲੋਕਾਂ ਨੇ ਜਿਹੜੇ ਘਰੋਂ ਬਹਿ ਕੇ ਦੇਖਣਾ ਉਹਨਾਂ ਨੇ ਕਹਿਣਾ ਇਹਨਾਂ ਨੇ ਤਾਂ ਨਿਕਰਾਂ ਹੀ ਨਹੀਂ ਪਾਈ ਹੁੰਦੀਆਂ ਪਤਾ ਨਹੀਂ ਕਿਹੜੀ ਟੀਮ 'ਚ ਕੌਣ ਖੇਡਦਾ ਦੂਜੀ ਗੱਲ ਆ ਪਲੇਅਰ ਹੁੰਦੇ ਦਸ ਕੁ ਇਕੱਲੇ ਇਕੱਲੇ ਸਪੋਂਸਰ ਵੀ ਵਿੱਚ ਦਸ ਖੜੇ ਹੁੰਦੇ ਆ ਉਹਨਾਂ ਦਾ ਕੀ ਕੰਮ ਹੈ ਵਿੱਚ ਖੰਡ ਠੀਕ ਹੈ ਉਹਨਾਂ ਦਾ ਨਾਂ ਬੁਲਾ ਦਿਓ ਉਹਨਾਂ ਨੇ ਆਪਣਾ ਖਰਚਾ ਕੀਤਾ ਵੋਲੰਟੀਅਰ ਕੀਤਾ ਆ ਨਾਂ ਬੁਲਾ ਦਿਓ ਪਰ ਉਹਨਾਂ ਦਾ ਵਿੱਚ ਖਾਣ 'ਚ ਕੋਈ ਫਾਇਦਾ ਨਹੀਂ ਕੋਈ ਹੱਕ ਨਹੀਂ ਰਾਈਟ ਆ ਇੰਡੀਆ 'ਚ ਲੀਗ ਚੱਲੀ ਆ ਮੈਂ ਉਹਨਾਂ ਦੇ ਦੋ ਤਿੰਨ ਮੈਚ ਦੇਖੇ ਆ ਉਹਨਾਂ ਨੇ ਫੈਂਸ ਲਾਈ ਆ ਹਰੇਕ ਟੀਮ 'ਚ ਵਰਦੀ ਆ ਸਕੋਰ ਕਾਰਡ ਚੱਲਦਾ ਆ ਮੈਨੂੰ ਬਹੁਤ ਵਧੀਆ ਲੱਗਾ ਚਾਰ ਰੈਫਰੀ ਰੱਖੇ ਆ ਰੀਪਲੇ ਵੀ ਆ ਉਹ ਚੀਜ਼ਾਂ ਕੈਨੇਡਾ 'ਚ ਆ ਜਾਣ ਆ ਸਕਦੀਆਂ ਕੋਈ ਇੱਥੇ ਕੰਮੀ ਨਹੀਂ ਆ ਸਕਦੀਆਂ ਉਦੋਂ ਕਬੱਡੀ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਇਹਦੇ 'ਚ ਪਹਿਲਵਾਨ ਜੀ ਤੁਸੀਂ ਜਿਹੜਾ ਕੋਈ ਆਪਣੇ ਤੁਹਾਨੂੰ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਸਾਰੇ ਤੁਹਾਨੂੰ ਵਾਚ ਕਰਦੇ ਆ ਦੇਖ ਰਹੇ ਆ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਨਹੀਂ ਆਪਾਂ ਤੁਹਾਨੂੰ ਮਿਲੂਗੇ ਜ਼ਰੂਰ ਹਾਂ ਹੁਣ ਆਪਾਂ ਨਹੀਂ ਤਾਂ ਅਗਲੇ ਸਾਲ ਟਰਾਈ ਕਰਨੀ ਆ ਇੰਡੀਆ ਵੀ ਜਾ ਕੇ ਆਈਏ ਇੱਕ ਫਾਈਨਲ ਟੂਰ ਲਾ ਕੇ ਆਈਏ ਜਿਹੜੇ ਤਗੜੇ ਭਲਵਾਨ ਆ ਐਕਚੁਲੀ ਮੈਂ ਕੱਲ ਫੋਨ ਤੇ ਜੋਕ ਕਰਦਾ ਹੀ ਰੂਬਲ ਭਲਵਾਨ ਨਾਲ ਮੈਂ ਤੂੰ ਵੀ ਨੀ ਘੁਲਿਆ ਬਹੁਤ ਟਾਈਮ ਹੋ ਗਿਆ ਮੈਂ ਵੀ ਨੀ ਘੁਲਿਆ ਆਪਣੀ ਪਹਿਲੀ ਕੋਲ ਇੱਕ ਦੂਜੇ ਨਾਲ ਚਾਹੀਦੀ ਆ ਉਹ ਕਹਿੰਦਾ ਠੀਕ ਆ ਹੈਨਾ ਰੂਬਲ ਵੀ ਵਧੀਆ ਮੈਂ ਵੀ ਵਧੀਆ ਜੇ ਏਦਾਂ ਦੀ ਘੋਲ ਹੋ ਜਾਵੇ ਤਾਂ ਬਹੁਤ ਵਧੀਆ ਹੈਨਾ ਤੇ ਏਦਾਂ ਗੁੱਸੇ ਚ ਨੀ ਫਨ ਚ ਹੀ ਆਪਾਂ ਮੈਸੇਜ ਕੀਤਾ ਸੀ ਤੇ ਉਹ ਵੀ ਦੁਨੀਆਂ ਦਾ ਰੁਸ ਕਮਿਆ ਹੈ ਨਾ ਤੇ ਮੇਰਾ ਜੀ ਕਰਦਾ ਮੈਂ ਇੰਡੀਆ ਜਾਵਾਂ ਜਿਹੜੇ ਇੰਡੀਆ ਦੇ ਨਾਮੀ ਭਲਵਾਨ ਆ ਪ੍ਰਿਤਪਾਲ ਹੋਇਆ ਜੱਸਾ ਹੋਇਆ
ਉਹਨਾਂ ਨੇ ਇੱਕ ਵਾਰੀ ਘੁਲ ਕੇ ਆਵਾਂ ਤੇ ਫਿਰ ਆਪਾਂ ਕੰਮ ਕਰ ਆਪਣੀ ਲਾਈਫ ਸ਼ੁਰੂ ਕਰੀਏ। ਪਹਿਲਵਾਨ ਜੀ ਤੁਸੀਂ ਰੁਸਤਮ ਦੀ ਬਾਤ ਚ ਇੱਦਾਂ ਜਿਹੜੇ ਸੁਪਰ ਸਟਾਰਾਂ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਹਿਣਾ ਆ, ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਦੇ ਜਿਹੜੇ ਪੁਰਾਣੇ ਵੀ ਪਲੇਅਰ ਬੈਠੇ ਆ ਅਸੀਂ ਸਾਰਿਆਂ ਨੂੰ ਤੁਹਾਡੇ ਰੂ ਰੂ ਕਰਨਾ ਆ। ਤੁਸੀਂ ਸਾਡਾ ਟੱਚ ਰਿਹਾ ਕਰੋ, ਸਮਾਂ ਚੈਨਲ ਨੂੰ ਲਾਈਕ ਕਰੋ ਤਾਂ ਹੋਰ ਵੀ ਇਹਨੂੰ ਸ਼ੇਅਰ ਵੀ ਕਰੋ। ਪਹਿਲਵਾਨ ਜੀ ਤੁਸੀਂ ਹੋਰ ਕੁਛ ਤੁਹਾਡੇ ਮਨ ਚ ਕੋਈ ਗੱਲ ਰਹਿ ਗਈ ਹੋਵੇ ਆਪਾਂ ਖੁੱਲਾ ਟਾਈਮ ਲਾਉਂਦਾ। ਉਹ ਠੀਕ ਹੈ, ਮੈਂ ਭਾਈ ਤੁਹਾਨੂੰ ਦੱਸਣਾ ਸੀ, ਆਪਾਂ ਥੋੜ੍ਹਾ ਮੰਮੀ ਡੈਡੀ ਨਾਲ ਵੀ ਗੱਲ ਕਰ ਲਈਏ। ਮੈਂ ਉਹਨਾਂ ਨੂੰ ਦੱਸਿਆ ਸੀ, ਮੈਂ ਤੁਹਾਨੂੰ ਵੀ ਥੋੜ੍ਹੇ ਦੋ ਕੁਐਸਚਨ ਲੈ ਕੇ ਆਓ ਆਪਾਂ ਮੰਮੀ ਡੈਡੀ ਨਾਲ। ਆਓ ਅੱਜ ਆਪਾਂ ਜੱਸੀ ਸੋਹਤਾ ਦੇ ਘਰ ਬੈਠੇ ਹਾਂ, ਜੱਸੀ ਸੋਹਤਾ ਦੇ ਮਾਮ ਡੈਡ ਬੈਠੇ ਆ, ਅੱਜ ਇਹਨਾਂ ਨਾਲ ਵੀ ਸਵਾਲ ਕਰਾਂਗੇ ਆਪਾਂ ਇਹਨਾਂ ਨੇ ਮੁੰਡਾ ਕਿੱਦਾਂ ਰੁਸਤਮ ਤੇ ਇਹਦਾ ਸਫ਼ਰ ਤੈਅ ਕੀਤਾ, ਇਹਨੂੰ ਕੀ ਖਿਲਾਉਂਦੇ ਸੀ ਤਾਂ ਇਹ ਪੜ੍ਹਨ ਨੂੰ ਕਿੱਦਾਂ ਸੀ ਆਪਣੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰੁਸਤਮ ਦੀ ਆਵਾਜ਼ 'ਚ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਅੱਜ ਟਾਈਮ ਦਿੱਤਾ। ਤਾਂ ਪਹਿਲਾਂ ਜੀ ਤੇ ਤੁਸੀਂ ਆਪਣੇ ਬੱਚੇ ਨੂੰ ਕਦੋਂ ਕੁ ਸਟਾਰਟ ਕਰਾਈ ਆ, ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਅਸੀਂ ਇਹ ਜੋ ਨਿੱਕਾ ਹੁੰਦਾ ਜੀ ਭਲਵਾਨ ਟੂਰਨਾਮੈਂਟ ਜਦੋਂ ਛੋਟਾ ਪੰਜਾਂ ਕੁ ਸਾਲਾਂ ਜਾਣ ਲੱਗਾ, ਪੰਜਾਂ ਨੂੰ ਛੋਟਾ ਜੀ, ਕੋਈ ਮੇਲਾ ਨੀ ਛੱਡਣਾ ਮੇਲਾ, ਹਰੇਕ ਥਾਂ ਜਾਣਾ। ਕਿਆ ਬਾਤ ਹੈ, ਕਿਆ ਬਾਤ ਹੈ। ਤੁਸੀਂ ਜਿੱਦਾਂ ਇਹਨੂੰ ਖਾਣਾ ਕਹਿੰਦੇ ਸਾਡੇ ਪਿੰਡ ਉਦਾਂ ਕਰਦੇ ਵੀ ਮਾਮਾ ਨੂੰ ਸਨਮਾਨਿਤ ਕਰਦੇ ਆ, ਕਿਉਂਕਿ ਮਾਮਾ ਨੇ ਹੱਲਾ ਸ਼ੇਰੀ ਦੇ ਕੇ ਪੁੱਤ ਨੂੰ ਤੋਰਨਾ। ਤੁਸੀਂ ਇਹਦੇ ਲਈ ਕਿੰਨਾ ਕਾਸਟੇਲੇ ਖਾਣਾ ਬਣਾਉਣ ਲਈ ਤੁਹਾਨੂੰ ਕਿੱਦਾਂ ਲੱਗਦਾ ਜੀ, ਤੁਹਾਡਾ ਬੱਚਾ ਇੱਕ ਦਿਨ ਰੁਸਤਮ ਬਣੋ, ਤੁਹਾਨੂੰ ਕਿੱਦਾਂ ਕੀ ਪ੍ਰਾਊਡ ਹੋਇਆ ਇਹ ਤੇ? ਮੈਂ ਚਾਹ ਨਾਲ ਹੀ ਬਣਾਉਂਦੀ ਹਾਂ ਜੀ ਤਾਂ ਅੱਜ ਤੱਕ ਵੀ, ਹੈ ਨਾ, ਅਤੇ ਉਹਨਾਂ ਲਈ ਤੇ ਪਰ ਇਹਦੇ ਤੋਂ ਮੈਨੂੰ ਜ਼ਿਆਦਾ ਪ੍ਰਭਾਵ ਇਹ ਹਾਰਡ ਵਰਕਰ ਬਹੁਤ ਆ, ਬਹੁਤ ਜੇ ਆਪਣੇ ਟਾਈਮ ਨਾਲ ਉੱਠਦਾ ਜਾਂ ਤੁਹਾਨੂੰ ਇਹ ਜਦੋਂ ਯੂਨੀਵਰਸਿਟੀ ਵੀ ਜਾਂਦਾ ਸੀਗਾ ਤੇ ਉਹ ਦੇਖ ਲਓ ਹੁਣ ਸਾਡੇ ਘਰ ਤੋਂ ਆਈ ਥਿੰਕ 45 ਮਿੰਟ ਤੋਂ ਵੀ ਜ਼ਿਆਦਾ ਓਵਰ ਆ। ਠੀਕ ਹੈ ਜੀ। ਤੇ ਇਹਨੇ ਸਵੇਰ ਨੂੰ ਜਾਣਾ ਤੇ ਇਹਨੇ ਪਹਿਲਾਂ 4 ਵਜੇ ਉੱਠ ਕੇ ਮੈਨੂੰ ਪਤਾ ਨਹੀਂ ਤੇਰੇ ਖਾੜੇ 'ਚ ਜਾਂਦਾ ਹੁੰਦਾ ਸੀ, ਇਹ ਜਾਂਦਾ ਫਿਰ 6 ਵਜੇ ਆਪਣੀ ਯੂਨੀਵਰਸਿਟੀ ਜਾਂਦਾ, ਫਿਰ ਉਹ ਮੈਨੂੰ ਬਹੁਤ ਲੱਗਦਾ ਹੁੰਦਾ ਸੀ ਵੀ ਮੈਂ ਨਹੀਂ ਉੱਠ ਸਕਦੀ 4 ਵਜੇ। ਤੇ ਬਹੁਤ ਵਧੀਆ ਜਦੋਂ ਕਹਿੰਦੇ ਪਹਿਲਵਾਨ ਨੇ ਜਿਹੜੀ ਥੋੜ੍ਹੀ ਹਾਰਡ ਆ ਜਦੋਂ ਇਹਦੇ ਇੰਜਰੀ ਵੀ ਆਉਂਦੀ ਆ ਜਾਂ ਕਿੱਦਾਂ, ਤੁਹਾਨੂੰ ਇੱਦਾਂ ਤਰਸ ਨਹੀਂ ਸੀ ਆਉਂਦਾ ਆਪਣੇ ਮੁੰਡੇ 'ਤੇ ਵੀ ਇਹਦੇ ਹੁਣ ਮੈਂ ਕੀ ਕਰਾਂ ਇਹਨੂੰ ਮੈਂ ਠਾਵਾਂਗੇ? ਅਸੀਂ ਭੱਜੇ ਫਿਰਦੇ ਹੁੰਦੇ, ਕਦੀ ਫਟਕੜੀ ਤੇ ਪੈਰ ਪਾਉਣਾ ਜੋ ਵੀ ਕਰ ਸਕਦੀ ਹੁੰਦੀ ਸੀ, ਆਪਣਾ ਐਫਰਟ ਪੂਰਾ ਦਿੰਦੇ ਹੁੰਦੇ ਸੀ। ਪਰ ਇਹਨੇ ਵੀ ਇਹ ਵੀ ਪੂਰਾ ਅਮਨ ਵੀ ਦੇਖ ਲਓ ਜਿੱਦਾਂ ਪੁਲਿਸ 'ਚ ਵੀ ਆ, ਤੇ ਹਜੇ ਪੁੱਲਾ ਸਾਡਾ ਉਸ ਲੈਵਲ 'ਤੇ ਨਹੀਂ ਪਹੁੰਚਿਆ, ਪਰ ਜੋ ਉਹਦੀ ਪਰਸਨੈਲਿਟੀ ਉਹ ਵੱਖਰੀ ਆ। ਤੇ ਇਹਨੇ ਹੁਣ 12 ਘੰਟੇ ਦੀ ਇਹਦੀ ਸ਼ਿਫਟ ਹੁੰਦੀ ਆ, ਹੈ ਨਾ, ਅਤੇ ਪੁਲਿਸ ਦੀ ਜੋਬ ਵੀ ਹਾਰਡ ਆ, ਉੱਥੇ ਵੀ ਪੂਰਾ ਐਫਰਟ ਦੇ ਕੇ ਫਿਰ ਇਹਨੇ ਆ ਕੇ ਘੰਟਾ ਸੌ ਕੇ ਇਹਨੇ ਆਪਣੀ ਮਿਹਨਤ ਜ਼ਰੂਰ 2-2.5 ਘੰਟੇ ਦੀ ਇਹਦੀ ਰੋਜ਼ ਦੀ ਹੈਗੀ ਆ। ਥੋੜਾ ਵੀ ਜਿੱਤ ਕੇ ਆਉਣਾ, ਮੈਂ ਕਹਿੰਦੀ ਹੁੰਦੀ ਸੀ ਨਹੀਂ ਜਿੱਤ ਕੇ ਨਹੀਂ, ਵੀ ਤੂੰ ਉੱਥੇ ਪੁੱਤ ਆਪਣਾ ਐਫਰਟ ਪੂਰਾ ਲਾ ਦੇਣਾ, ਜਿਹੜਾ ਦੂਜਾ ਗਿਆ ਉਹਦੀ ਮੰਮੀ ਨੇ ਵੀ ਅਰਦਾਸ ਕੀਤੀ, ਮੈਂ ਵੀ ਅਰਦਾਸ ਕੀਤੀ, ਰੱਬ ਨੇ ਸੁਣਨੀ ਤਾਂ ਇੱਕ ਦੀ ਆ ਵੀ ਪਿਆਰ ਨਾ ਘੁਲਣਾ। ਦੇਖੋ ਰੁਸਤਮ ਦੀ ਆਵਾਜ਼ 'ਚ ਤੁਹਾਨੂੰ ਇੱਦਾਂ ਦੇ ਮਾਂ ਪਿਓ ਦਿਖਾਲਣੇ ਆ, ਰੁਸਤਮ 'ਤੇ ਪਹੁੰਚਣਾ ਸੌਖੀ ਗੱਲ ਨਹੀਂ, ਬਹੁਤ ਤੁਹਾਨੂੰ ਪ੍ਰਾਊਡ। ਜਦੋਂ ਬੱਚਾ ਪਹਿਲੀ ਵਾਰੀ ਜਿੱਤ ਕੇ ਆਇਆ ਸੀ ਉਦੋਂ ਤੁਹਾਨੂੰ ਕਿੱਦਾਂ ਲੱਗਿਆ ਵੇ? ਜਦੋਂ ਮੈਨੂੰ ਇਹ ਤਾਂ ਮੈਨੂੰ ਕਈ ਵਾਰੀ ਦੇਖ ਕੇ ਲੱਗਦਾ ਹੁੰਦਾ ਗੋਡ ਗਿਫਟ ਮੈਨੂੰ ਮੁੰਡਾ ਹੋ ਰਿਹਾ, ਅਵਾਰਡਾਂ ਲਈ ਜਿੱਦਾਂ ਜੰਮਿਆ। ਜਦੋਂ ਇਹਨੂੰ ਪਹਿਲੀ ਵਾਰੀ ਅਵਾਰਡ ਮਿਲਿਆ ਨਾ, ਸਾਨੂੰ ਪਤਾ ਹੀ ਨਹੀਂ ਸੀਗਾ, ਸਾਨੂੰ ਸਕੂਲੋਂ ਫੋਨ ਆਇਆ ਵੀ ਤੁਸੀਂ ਆਏ ਹੋ, ਅਸੀਂ ਦੋਨਾਂ ਗਾਇ ਦੀ ਹੈਲਪ ਕੀਤੀ, ਸਾਨੂੰ ਲੱਗਾ ਵੀ ਇਹਨੇ ਕਿਸੇ ਨੂੰ ਕੁੱਟਿਆ ਆ। ਅਤੇ ਅਸੀਂ ਮੇਰੀ ਸਿਸਟਰ ਇਨ ਲਾ ਦੀ ਡੋਟਰ ਸੀ, ਸਾਨੂੰ ਇੰਗਲਿਸ਼ ਵੀ ਨਹੀਂ ਸੀ, ਉਹਨੂੰ ਕਿਹਾ ਸਾਡੇ ਨਾਲ ਜਾਈ, ਹੈ ਨਾ। ਅਤੇ ਫਿਰ ਉਹਨੇ ਫੋਨ ਕੀਤਾ, ਉਹ ਬੜੀ ਖੁਸ਼ ਹੋਈ, ਕਹਿੰਦੀ ਮਾਮਾ ਮਾਮੀ ਇਹਨੂੰ ਅਵਾਰਡ ਮਿਲਣਾ, ਇਹਨੇ ਕੁੱਟਿਆ ਨੀਗਾ ਕਿਸੇ ਨੂੰ, ਇਹਨੂੰ ਅਵਾਰਡ ਮਿਲਣਾ। ਫਿਰ ਮੈਂ ਕੰਮ 'ਤੇ ਫੋਨ ਕੀਤਾ ਵੀ ਮੈਨੂੰ ਛੁੱਟੀ ਦਿਓ, ਮੇਰੇ ਮੁੰਡੇ ਨੂੰ ਤਾਂ ਜਵਾਬ। ਹਾਂਜੀ ਪਹਿਲਾਂ ਜੀ ਜਿੱਦਾਂ ਤੁਸੀਂ ਵੀ ਜਿੱਦਾਂ ਆਪ ਵੀ ਤੁਸੀਂ ਮਿਹਨਤ ਕਰਦੇ ਨੇ ਪਹਿਲਵਾਨੀ ਜਾਂ ਕੋਈ ਕਬੱਡੀ ਖੇਡਦੇ ਨੇ, ਕਿੱਦਾਂ ਸ਼ੌਂਕ ਹੈ? ਮੈਂ ਤਾਂ ਮਾੜਾ ਮੋਟਾ ਪਹਿਲਵਾਨ ਖੇਡਿਆ, ਇੰਨਾ ਵਧੀਆ ਨਹੀਂ, ਜੱਸੀ ਟੋਪ ਦਾ ਉਦਾਂ ਮੇਰਾ ਜ਼ੋਰ ਲੱਗਾ ਸੀ, ਆਹ ਬਣਾ ਲਵਾਂ ਆਹ ਬਣਾ ਲਵਾਂ, ਬਸ ਇਹ ਇਹ 'ਤੇ ਜ਼ੋਰ ਬਹੁਤ ਆਇਆ, ਆਹ ਕਰਨਾ ਪਾ ਕਰਨਾ। ਠੀਕ ਹੈ, ਤੁਸੀਂ ਵੀ ਜਿਹੜੀ ਆਪਣੇ ਜਿੱਦਾਂ ਬੱਚੇ ਕਹਿੰਦੇ ਹੁੰਦੇ ਆ ਜਿੱਦਾਂ ਡਰਿੰਕ, ਮੈਂ ਸੁਣਿਆ ਵੀ ਬਹੁਤ ਕਰਦੇ ਸੀ ਡਰਿੰਕ, ਹੁਣ ਤੁਸੀਂ ਛੱਡਦੀ ਕਿ ਨਹੀਂ? ਕਈ ਵੇਲੇ ਕਹਿੰਦੇ ਬੱਚਿਆਂ ਦੇ ਰੁਸਤਮ ਦੀ ਆਵਾਜ਼ 'ਚ ਆਪਾਂ ਸੱਚੀਆਂ ਗੱਲਾਂ ਕਰਨੀਆਂ,
ਤਾਂ ਪਹਿਲਵਾਨ ਇਹਨਾਂ ਦੇ ਬਹੁਤ ਜੱਸੀ ਤੁਹਾਨੂੰ ਕਿੱਦਾਂ ਇੱਦਾਂ ਲੱਗਦਾ ਵੀ ਫਾਦਰ ਸਾਰੇ ਡਰਿੰਕ ਉਹ ਕਰੀ ਜਾਂਦੇ ਵੀ ਤੁਹਾਨੂੰ ਤੁਸੀਂ ਇੱਕ ਇੱਕ ਪੈਗ ਵੀ ਨਹੀਂ ਕਦੇ ਬੀਅਰ ਵੀ ਨਹੀਂ ਦੇਖੀ ਵੀ ਇਹਦੇ ਬਲ ਚ ਇਹਦੇ ਬਾਰੇ ਜ਼ਰੂਰ ਦੱਸੋ ਆਪਾਂ ਡੈਡੀ ਇਕੱਲਾ ਨਹੀਂ ਬਾਕੀ ਵੀ ਉਹਦੇ ਡੈਡੀ ਇਹਨਾਂ ਦਾ ਗਰੁੱਪ ਵੀ ਪਾਰਟੀ ਵਾਲਾ ਸੀ ਹੈ ਨਾ ਤੇ ਹੁਣ ਮੈਂ ਡੈਡੀ ਨੂੰ ਕਿਹਾ ਮੈਂ ਆਪਣਾ ਥੋੜਾ ਜਿਹਾ ਗਰੁੱਪ ਉਹ ਵੀ ਸਿਆਣੇ ਹੋ ਗਏ ਆ ਉਹ ਆਪਣੇ ਫਰੈਂਡਾਂ ਦੇ ਡੈਡੀ ਹੈ ਨਾ ਤੇ ਪਰ ਹੁਣ ਡੈਡੀ ਸੁਰਿੰਦਰ ਉੱਥੇ ਜਿਮ ਜਾਂਦਾ ਥੋੜਾ ਕਰੋਨਾ ਜੋ ਜਦੋਂ ਬੰਦ ਹੋ ਗਏ ਉਦੋਂ ਆਪਾਂ ਥੋੜਾ ਜਿਹਾ ਔਖਾ ਸੀ ਪਰ ਸਵੇਰੇ ਜਿੰਨੀ ਮੈਂ ਮਿਹਨਤ ਲਾਉਣੀ ਆ ਦੋ ਘੰਟੇ ਡੇਢ ਘੰਟਾ ਉਨੀ ਡੈਡੀ ਲਾਉਂਦਾ ਤੇ ਪਸੀਨਾ ਵੀ ਆਉਣ ਨਹੀਂ ਆਉਂਦਾ ਆ ਸੋ ਆਪਾਂ ਇਹ ਵਧੀਆ ਗੱਲ ਹੈ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਵੀ ਜਿੱਦਾਂ ਹੁਣ ਤੁਹਾਡੇ ਮਾਂ ਜਿਹੜੇ ਮਾਂ ਤਾਂ ਚਲੋ ਬਹੁਤ ਪ੍ਰਾਊਡ ਕਰਦੇ ਜਿੱਦਾਂ ਬਾਪ ਕਹਿੰਦੇ ਪੀਵੇ ਉਹ ਬੱਚੇ ਉੱਧਰ ਨੂੰ ਸੰਗਤ ਕਰਦੇ ਪਰ ਤੁਹਾਡਾ ਮਨ ਕਿੱਦਾਂ ਇੱਦਾਂ ਇੱਧਰ ਨੂੰ ਪੱਕਾ ਦ੍ਰਿੜ ਲੱਗਾ ਵੀ ਅਸੀਂ ਗੇਮ ਇਹ ਕਰਨੀ ਆ ਅਸੀਂ ਇਹ ਨਸ਼ਿਆਂ ਤੋਂ ਦੂਰ ਰਹਿਣਾ ਸਾਡੀ ਫੈਮਿਲੀ ਚ ਕੁਝ ਬੈਡ ਹੈਪਨ ਹੋ ਚੁੱਕਾ ਆ ਤੇ ਤਾਂ ਵੀ ਇਹ ਯਾ ਸਾਡੇ ਉਹ ਦਾ ਤਾਇਆ ਜੀ ਦੀ ਡੈਥ ਹੋ ਗਈ ਸੀ ਨਾ ਤੇ ਉਸ ਕਰਕੇ ਫਿਰ ਅਸੀਂ ਸੋਚਿਆ ਜੀ ਦਾ ਆਪਾਂ ਇਸ ਚੀਜ਼ ਬੜਾ ਆਉਣਾ ਹੀ ਨਹੀਂ ਸਾਡੀ ਫੈਮਿਲੀ ਇਹ ਫਿਰ ਹਮੇਸ਼ਾ ਪੋਲੇ ਪੋਲੇ ਨੂੰ ਇਹੀ ਸਮਝਾਉਂਦਾ ਹੁੰਦਾ ਵੀ ਆਪਣੇ ਲਈ ਨਹੀਂ ਬਣੀ ਚੀਜ਼ ਉਹ ਆਪਾਂ ਭਾਈ ਥੋੜੇ ਆਪਾਂ ਇਹ ਚੀਜ਼ਾਂ ਵੀ ਕਲਚਰਲ ਬਣਾ ਲਈਆਂ ਹਨਾ ਹਰੇਕ ਗਾਣੇ 'ਚ ਹਰੇਕ ਮੂਵੀ 'ਚ ਜੱਟ ਸ਼ਰਾਬੀ ਜੱਟ ਸ਼ਰਾਬੀ ਆਪਾਂ ਇਸ ਚੀਜ਼ 'ਤੇ ਰਹਿ ਗਏ ਹਾਂ ਰਾਈਟ ਅਤੇ ਆਪਾਂ ਇਹ ਕੋਈ ਵਧੀਆ ਚੀਜ਼ ਤਾਂ ਹੈ ਨਹੀਂ ਜਿਹੜਾ ਆਪਾਂ ਇੰਨਾ ਸ਼ੋਅ ਆਫ ਕਰੀ ਜਾਂਦੇ ਹਾਂ ਅਤੇ ਤਾਂ ਹੀ ਉਹਨਾਂ ਨੇ ਪਵਨ ਡੈਡੀ ਵੀ ਪੀਂਦਾ ਵੀ ਉਹਨੇ ਸਾਨੂੰ ਹਮੇਸ਼ਾ ਕਿਹਾ ਨਹੀਂ ਇਹ ਚੀਜ਼ ਨਹੀਂ ਕਦੇ ਤਾਂ ਮੂੰਹ ਨੀ ਲਾਈ ਅਸੀਂ ਇਕੱਠੇ ਪੜ੍ਹੇ ਆ ਸਾਨੂੰ ਭਾਈ ਪਾਰਟੀਆਂ ਦੇ ਲੋਕਾਂ ਨੇ ਸੱਦਿਆ ਵੀ ਅਸੀਂ ਇਕੱਠਿਆਂ ਨੇ ਬਹਿ ਜਾਣਾ ਹਨਾ ਹੋਰ ਭਲਵਾਨ ਵੀ ਹੋਏ ਗੁਰਜੋਤ ਆ ਸਰਦਾਰ ਆ ਕਦੇ ਆਈ ਪੀਤੀ ਬਹੁਤ ਵਧੀਆ ਲੱਗਾ ਇੱਦਾਂ ਦੇ ਜਿਹੜੇ ਸਾਨੂੰ ਪਰਿਵਾਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੇਖ ਕੇ ਜਿਹੜੇ ਲੋਕ ਹੋਰ ਵੀ ਦੇਖੋਗੇ ਵੀ ਹਰੇਕ ਜ਼ਰੂਰੀ ਨਹੀਂ ਵੀ ਖਾਣ ਪੀਣ ਵਾਲੇ ਦਾ ਬੱਚਾ ਨਹੀਂ ਕਦੇ ਪਹਿਲਵਾਨ ਬਣ ਸਕਦਾ ਜਾਂ ਸੁਪਰ ਸਟਾਰ ਬਣ ਸਕਦਾ ਤੁਹਾਨੂੰ ਹੋਰ ਕੀ ਕਦੇ ਪ੍ਰੋਬਲਮ ਹੋਰ ਇਹਨਾਂ ਦੀ ਜਿੱਦਾਂ ਤੁਸੀਂ ਦੱਸਦੇ ਆ ਵੀ ਲੜਾਈ ਝਗੜੇ ਵਾਲੀ ਹੁੰਦਾ ਕਦੇ ਹੋਰ ਪ੍ਰੋਬਲਮ ਇਹਨਾਂ ਤੋਂ ਆਈ ਕਿ ਬੱਚਿਆਂ ਤੋਂ ਗੇਮ ਕਰਦੇ ਕਰਦੇ ਥੋੜਾ ਜਿਹਾ ਆਪ ਦੱਸ ਦਿੰਦੇ ਵੀ ਉੱਥੇ ਜਾਣਾ ਜੈਲਸ ਨਹੀਂ ਕਰਦੇ ਕਿਸੇ ਨਾਲ ਵੀ ਇਹ ਗੇਮ ਆ ਆਪਾਂ ਗੇਮ ਲਈ ਖੇਡਦੇ ਜਿੱਤਣ ਹਾਰਨਾ ਨਹੀਂ ਆ ਕੁਛ ਵੀ ਗੇਮ ਆ ਤੇ ਕਦੇ ਨਹੀਂ ਇਹਨਾਂ ਅੱਜ ਤੱਕ ਮਹਾਰਾਜ ਵੱਲੋਂ ਪਰਮਾਤਮਾ ਵੱਲੋਂ ਜਿਹੜੇ ਮੰਮੀ ਡੈਡੀ ਇੰਨਾ ਪ੍ਰੈਸ਼ਰ ਪਾਉਂਦੇ ਜਿੱਤਣਾ ਹੀ ਪੈਣਾ ਹਨਾ ਉਹ ਗੁੱਡ ਨੀ ਮੈਂ ਭਾਵਾਂ ਹਾਰਾਂ ਮੰਮੀ ਡੈਡੀ ਤੋਂ ਕਦੇ ਨੀ ਕੁਛ ਕਿਹਾ ਬੱਚੇ ਨੇ ਆਪ ਹੀ ਮਿਹਨਤ ਕੀਤੀ ਹੁੰਦੀ ਉਹਨੂੰ ਪਤਾ ਆ ਤੇ ਹੁਣ ਅਸੀਂ ਕਦੇ ਕਹਿੰਦੇ ਨਹੀਂ ਆਪ ਬਣਾਉਣੇ ਤੁਸੀਂ ਬਣਾਉਣੇ ਖਾਣਾ ਮੈਂ ਬਣਾਉਂਦੀ ਤੁਸੀਂ ਕਦੇ ਕੋਈ ਹੋਰ ਕਦੇ ਗੇਮ ਨਹੀਂ ਕੀਤੀ ਤੁਹਾਡਾ ਕਿੱਦਾਂ ਮਨ ਲੱਗਾ ਇੱਦਾਂ ਬੱਚਿਆਂ ਨੂੰ ਇੱਧਰ ਗੇਮ ਚ ਇਸੇ ਤਰੀਕੇ ਨਾਲ ਪਾਈਏ ਅਸੀਂ ਜਦੋਂ ਅਸੀਂ ਹਰਜੀਤ ਸੀਗਾ ਅਸੀਂ ਵੀ ਮੈਂ ਕਮਾ ਅਸੀਂ ਮੈਟ੍ਰਿਕ ਕੀ ਮੈਂ ਪਾਸ ਆ ਇਹ ਵੀ 12th ਗ੍ਰੇਡ ਤੱਕ ਆ ਅਸੀਂ ਬਹੁਤ ਪੜ੍ਹੇ ਲਿਖੇ ਨਹੀਂ ਸੀ ਸਾਨੂੰ ਇੰਗਲਿਸ਼ 'ਚ ਵੀ ਨਹੀਂ ਸੀ ਆਉਂਦੀ ਅਤੇ ਉਹਨਾਂ ਟਾਈਮਾਂ 'ਚ ਜਿੱਦਾਂ ਰੋਜ਼ ਹੀ ਹੁਣ ਤਾਂ ਜ਼ਿਆਦਾ ਜਦੋਂ ਇੱਕ ਮੁੰਡਾ ਮਰਦਾ ਹੁੰਦਾ ਸੀ ਗੈਂਗਸਟਰ ਤੇ ਬਹੁਤ ਪੇਰੈਂਟਸ ਬਹੁਤ ਡਰਦੇ ਤੇ ਮੇਰੇ ਕੋਲ ਨਾ ਇੱਥੇ ਮੇਰੇ ਮੰਮੀ ਡੈਡੀ ਸੀ ਨਾ ਫਾਦਰ ਨਾ ਕੋਈ ਸੱਸ ਸਹੁਰਾ ਵੀ ਨਹੀਂ ਸੀ ਅਸੀਂ ਇਕੱਲੇ ਸੀਗੇ ਤੇ ਇਹੋ ਸੀਗਾ ਵੀ ਹਾਏ ਜੇ ਅਸੀਂ ਕੰਮ ਵੀ ਕਰਨਾ ਪੈਣਾ ਜੇ ਅਸੀਂ ਕੰਮਾਂ 'ਤੇ ਗਏ ਤੇ ਬੱਚੇ ਕਿਤੇ ਗਲਤ ਪਾਸੇ ਨਾ ਲਾ ਗਏ ਫਿਰ ਮੈਂ ਇਹਨਾਂ ਨੂੰ ਬੋਲ ਭੇਜੀ ਸੀ ਵੀ ਆਪਾਂ ਕਿਤੇ ਇਹਨੂੰ ਗੇਮ 'ਚ ਪਾ ਦਈਏ ਤੇ ਜੇ ਅਸੀਂ ਰੈਸਲਿੰਗ 'ਚ ਪਾਉਂਦੇ ਸੀ ਉਹ ਉਹਨਾਂ ਦਾ ਇਹ ਸਾਨੂੰ ਐਫਰਟ ਸੀ ਉਹਨਾਂ ਦੀ ਗੇਮ ਇੱਕ ਥਾਂ ਹੁੰਦੀ ਸੀਗੀ ਤੇ ਉੱਥੇ ਮੈਨੂੰ ਛੱਡਣਾ ਈਜ਼ੀ ਸੀਗਾ ਜਿੱਦਾਂ ਹੁਣ ਸ਼ੋਕਰ ਵਾਲਿਆਂ ਦੀ ਗੇਮ ਉਹ ਕਦੀ ਕਿਤੇ ਹੁੰਦੀ ਤੇ ਅਸੀਂ ਨਵੇਂ ਆਏ ਸੀ ਮੈਨੂੰ ਲੱਭਣਾ ਵੀ ਬਹੁਤ ਹਾਰਡ ਸੀਗਾ ਤੇ ਉਹ ਤਾਂ ਫਿਰ ਉਦੋਂ ਇਹਨਾਂ ਨੂੰ ਉੱਥੇ ਹੀ ਪਾ ਦਿੱਤਾ ਬਹੁਤ ਪ੍ਰਾਊਡ ਆ ਸਾਨੂੰ ਇੱਦਾਂ ਦੇ ਪਰਿਵਾਰਾਂ ਤੇ ਇਹਨਾਂ ਨੇ ਆਪਣੇ ਬੱਚੇ ਦੇਖੋ ਸਹੀ ਰਾਹ ਨੂੰ ਚੁਣੇ ਆ ਤੁਸੀਂ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਇੱਥੇ ਭੰਗ ਨੂੰ ਚਾਹੇ ਜਿੱਦਾਂ ਪੂਰਾ ਜਿੱਦਾਂ ਆਪਾਂ ਕਹਿ ਦਈਏ ਕੈਨੇਡਾ ਚ ਅਲਾਊਡ ਕਰਦੇ ਆ ਆਪਣੇ ਬੱਚੇ ਜੇ ਬਚਾਉਣੇ ਆ ਸਹੀ ਗੇਮਾਂ ਵੱਲ ਨੂੰ ਪਾਓ ਤਾਂ ਜੇ ਤੁਸੀਂ ਹੋਰ ਕੀ ਗੱਲ ਆਪਣੇ ਬੱਚੇ ਲਈ ਕੀ ਕਹਿਣਾ ਚਾਹੁੰਦੇ ਵਧੀਆ ਕਿਹੜਾ ਮੰਨਦਾ ਜੋ ਮੈਂ ਕਹਿ ਦੂੰ
ਗੇਮ ਨੂੰ ਸਾਈਡ ਤੇ ਰੱਖ ਦੇ ਤੇ ਇਸ ਮੁੰਡੇ ਨੇ ਕਦੇ ਮੂੰਹ ਨੀ ਮੋੜਿਆ। ਬਹੁਤ ਖੁਸ਼ੀ ਹੋਈ ਅੱਜ ਇਸ ਗੱਲ ਦੀ ਵੀ ਸਾਰੇ। ਤਾਂ ਤੁਸੀਂ ਜੱਸੀ ਜੀ ਕੋਈ ਹੋਰ ਲਾਸਟ ਕਹਿਣਾ ਚਾਹੁੰਦੇ ਹੋ ਆਪਣੇ ਮਾਂ ਪਿਓ ਦੇ ਵਿੱਚ? ਜਿੱਦਾਂ ਭਾਈ ਏਦਾਂ ਹੀ ਆ, ਹੁਣ ਤੁਸੀਂ ਆਏ ਤਾਂ ਮੇਰੇ ਕਰਕੇ, ਪਰ ਸਭ ਕੁਝ ਇੰਨਾ ਕਰਕੇ ਹਨਾ ਕਰਕੇ ਮੈਂ ਨਿੱਕਾ ਹੁੰਦਾ ਦੇਖਦਾ ਸਾਡੇ ਡੈਡੀ ਇੰਸਟਾਲੇਸ਼ਨ ਦਾ ਕੰਮ ਕਰਦੇ, ਬਹੁਤ ਹਾਰਡ ਕੰਮ ਆ। ਮੰਮੀ ਨੇ ਇੱਕ ਰੈਸਟੋਰੈਂਟ ਨਹੀਂ, ਦੋ ਤਿੰਨ ਡਿਫਰੈਂਟ ਰੈਸਟੋਰੈਂਟ ਦੇ ਸੇਮ ਟਾਈਮ ਜੋਬ ਕੀਤੀ ਆ। ਜੇ ਇਹ ਬੰਦੇ ਇੰਨੀ ਮਿਹਨਤ ਕਰ ਸਕਦੇ ਫਿਰ ਅਸੀਂ ਕਾਹਨੂੰ ਨਹੀਂ ਕਰ ਸਕਦੇ ਹਨਾ। ਅਤੇ ਮੈਂ ਮੰਮੀ ਨੇ ਭਾਵੇਂ ਕੰਮ 'ਤੇ ਜਾਣਾ ਹੋਵੇ, ਮੇਰਾ ਸਵੇਰੇ ਜੋ ਵੀ ਮੈਂ ਆਪਣਾ ਬ੍ਰੈਕਫਾਸਟ ਖਾਣਾ ਬਣਿਆ ਬਣਾਇਆ ਮੈਂ ਖਾ ਕੇ ਚੱਲ ਜਾਣਾ, ਅਤੇ ਜਦੋਂ ਮੈਂ ਕੰਮ ਤੋਂ ਆਉਣਾ ਡੈਡੀ ਨੇ ਡਿਨਰ ਬਣਾ ਕੇ ਰੱਖਣਾ, ਅਤੇ ਮੈਂ ਇੰਨਾ ਐਫਰਟ ਕਰਦੇ ਮੈਂ ਕਿਹਾ ਮੈਂ ਇਹਨਾਂ ਨੂੰ ਕੁਛ ਕਰਕੇ ਦਿਖਾਉਣਾ ਹੈ ਨਾ। ਅਤੇ ਜੇ ਇਹਨਾਂ ਦੀ ਸਪੋਰਟ ਨਹੀਂ ਹੁੰਦੀ ਤਾਂ ਕੁਛ ਵੀ ਨਹੀਂ ਬਣਨਾ ਸੀ। ਅਤੇ ਵਿਆਹ ਤੋਂ ਬਾਅਦ ਵੀ ਮੈਂ ਇੱਥੇ ਖਾਇਆ ਕਰਨਾ। ਦੇਖੋ ਇੱਦਾਂ ਦੇ ਪਰਿਵਾਰਾਂ ਦੇ ਇੱਦਾਂ ਦੇ ਬੱਚੇ ਆ ਜਿਹੜੇ ਐਵੇਂ ਨਹੀਂ ਇਹ ਰਸਤਮਾਂ 'ਤੇ ਪਹੁੰਚੇ ਆ। ਇੰਟਰਨੈਸ਼ਨਲ ਜਿੱਦਾਂ ਵਰਲਡ ਪੁਲਿਸ 'ਚੋਂ ਗੋਲਡ ਮੈਡਲ ਜਿੱਤ ਕੇ ਆਇਆ, ਜਜੂਸੂ 'ਚ ਵੀ ਇਹਨਾਂ ਨੂੰ ਦੇਖੋ ਇੱਦਾਂ ਪਿੱਕ ਕਰਦੇ ਆ, ਤਾਂ ਆਪਣੇ WWE 'ਚ ਵੀ ਇਹਨਾਂ ਨੂੰ ਪਿੱਕ ਕੀਤਾ। ਇਹ ਸਾਰੇ ਪਾਸੋਂ ਸੁਪਰ ਸਟਾਰ ਆ। ਦੇਖੋ ਇੱਦਾਂ ਦੇ ਬੱਚੇ ਤੁਸੀਂ ਜ਼ਰੂਰ ਗੇਮਾਂ 'ਚ ਪਾਓ, ਤਾਂ ਆਪਣੇ ਜੇ ਬੱਚੇ ਨਸ਼ਿਆਂ ਤੋਂ ਬਚਾਉਣੇ ਆ। ਜ਼ੋਰ ਲਾ ਖਾੜੇ ਪੂਰਾ ਨਾ ਕੋਈ ਕੰਮ ਕਰਨਾ ਫਿਰ ਆਉਂਦੇ ਨੇ ਸੋਹਣਾ ਫਿਰ ਜਾਂ ਪੜ੍ਹ ਕੇ ਮਾੜਾ ਮੋਟਾ ਸੋ ਜਿਹੜਾ ਫਿਰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਦੇ ਸਕਦੇ ਦੇਖ ਰਹੇ ਸਾਰੇ ਇਸ ਟਾਈਮ ਬੱਚੇ ਨੂੰ ਆਪਣੇ ਜੇ ਉਹ ਹਾਰਡ ਵਰਕ ਕਰਦਾ ਹੈ ਤਾਂ ਤੁਸੀਂ ਜਿੰਨਾ ਐਫਰਟ ਦੇ ਸਕਦੇ ਤੁਹਾਨੂੰ ਦੇਣਾ ਚਾਹੀਦਾ ਹੈ। ਹਾਂਜੀ ਅਤੇ ਬਾਕੀ ਮੈਂ ਦੇਖਿਆ ਵੀ ਜਿੱਦਾਂ ਹੁਣ ਇਹਨਾਂ ਨੂੰ ਗੇਮਾਂ 'ਚੋਂ ਇਹਨੂੰ ਅਨੁਸ਼ਾਸਨ ਬਹੁਤ ਆਇਆ, ਹੁਣ ਪੁਲਿਸ 'ਚ ਵੀ ਗਿਆ ਆ ਅਤੇ ਉਹ ਤੋਂ ਵੀ ਇਹਨੇ ਇਹੀ ਸਿੱਖਿਆ ਵੀ ਇਹਨੇ ਆਪਣੇ ਗੋਲ ਬਣਾਏ ਹੁੰਦੇ ਤਾਂ ਹੁਣ ਇਹਨੇ ਜੇ ਗੇਮ ਖੇਡਣੀ ਵੀਕ 'ਚ ਸਿਰਫ ਇੱਕ ਘੰਟਾ ਖੇਡਣੀ ਆ, ਸਾਡੇ ਪੋਲੇ ਨੂੰ ਭਾਵੇਂ 3 ਘੰਟੇ ਬਿਠਾਈ ਰੱਖੋਗੇ ਉਹ ਆਪਣਾ ਸ਼ੁਕਰੀ ਬੰਦਾ ਫਲ ਬੰਦਾ ਪੋਲਾ ਇਹਨਾਂ ਦਾ ਛੋਟਾ ਬ੍ਰਦਰ ਹੈ, ਦੋਵੇਂ ਘਰ 'ਚ ਪਰਿਵਾਰ 'ਚ ਦੋਵੇਂ ਲੜਕੇ ਇਹਨਾਂ ਦੇ, ਉਹ ਵੀ ਰੈਸਲਰ ਤਕੜਾ ਹੈ। ਹਰਜੀਤ ਭਾਈ ਦਾ ਫੇਵਰੇਟ ਸਟੂਡੈਂਟ ਆ ਭਾਈ, ਉਹ ਗੇਮ 'ਚ ਮੈਂ ਕਾਮਯਾਬ ਹੈ ਨਾ, ਪਰ ਸਾਰੇ ਪਾਸੇ ਦੂਜੇ ਜੇ ਕਿਸੇ ਨਾਲ ਰਿਲੇਸ਼ਨ ਰੱਖਣੀ ਆ, ਘਰ ਦਾ ਕੰਮ ਕਰਨਾ ਹੁਣ ਮੈਨੂੰ ਹੁੰਦਾ ਬੋਲੇ ਮੇਰੇ ਕੋ ਆਹ ਚੀਜ਼ ਨਹੀਂ ਕਰ ਹੋਣੀ, ਉਸ ਬੰਦੇ ਨੇ ਕਰਨੀ ਜ਼ਰੂਰ। ਤੇ ਉਹਨੇ ਮੈਨੂੰ ਏਦਾਂ ਵੀ ਕਹਿਣਾ ਖੇਲਣ ਤੋਂ ਪਹਿਲਾਂ ਜੇ ਕੋਈ ਅੱਜ ਖੰਘਿਆ ਮੈਂ ਹੈਗਾ ਜੱਸੀ, ਮੈਂ ਹੈਗਾ ਉਹਨੇ ਆਪਣਾ ਮੇਰੇ ਉੱਥੇ ਬਹੁਤ ਵਧੀਆ ਕੰਮ ਕਰ ਰਹੇ ਆ ਉਹ ਵੀ ਸਕੂਲਾਂ 'ਚ, ਜਿੱਦਾਂ ਜਿਹੜੀ ਸਾਰੇ ਜਿੱਦਾਂ ਜੱਸੀ ਹੋਣੇ ਵੀ ਉਹਨਾਂ ਨਾਲ ਕੰਮ ਕਰਦੇ ਸਮਾਂ ਉਹਨੇ ਉਹ ਜਿਹੜਾ ਸਕੂਲਾਂ ਸਟਾਰਟ ਕੀਤਾ ਜਿਹੜੇ ਬੱਚਿਆਂ ਨੂੰ ਰੈਸਲਿੰਗ 'ਚ ਕਲੱਬ ਦਾ ਕੀ ਨਾਮ ਸੀ ਉਹਦਾ ਜਿੱਦਾਂ ਉਹ ਆਪਣਾ ਹਾਈ ਸਕੂਲ ਹੈ ਜਿੱਥੇ ਅਸੀਂ ਪੜ੍ਹੇ ਆ ਉਹਦਾ ਨਾਂ ਟਮੈਨੋਵਿਸ ਆ, ਉੱਥੇ ਹੀ ਅਸੀਂ ਟੀਮ ਬਣਾਈ ਆ। ਹਾਂਜੀ ਉਹ ਹੈ ਯੋ ਬ੍ਰੋ ਯੋ ਗ੍ਰੋ, ਹਾਂਜੀ ਉਹ ਸਪੋਂਸਰ ਆਪਣੀ ਟੀਮ ਨੂੰ ਕਰਦਾ ਆ ਤੇ ਸਾਰੇ ਪੋਲਾ ਹੈਂਡਲ ਕਰ ਰਿਹਾ ਪੋਲਾ ਕਹਿ ਕੇ ਭਾਈ ਮੈਂ ਤੁਹਾਡੇ ਤੁਹਾਨੂੰ ਬੱਚੇ ਉੱਤੇ ਵੀ ਹੋਣਾ ਚਾਹੀਦਾ। ਹਾਂਜੀ ਨਹੀਂ ਬਹੁਤ ਜਿੱਦਾਂ ਜਿਹੜਾ ਕੰਮ ਕਿ ਇਹ ਨਹੀਂ ਕਰ ਸਕਦਾ ਉਹ ਕਰ ਕਿਸੇ ਨੂੰ ਵੀ ਜਿਹੜਾ ਬਾਹਰਲਾ ਵੀ ਜਿਹੜਾ ਕੰਮ ਇਹ ਨਹੀਂ ਕਰ ਸਕਦਾ ਉਹ ਕਰ ਸਕਦਾ। ਇਹਨੇ ਬਹੁਤ ਬੱਚੇ ਤੁਹਾਡੇ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰੁਸਤਮ ਦੀ ਆਵਾਜ਼ 'ਚ ਤੁਸੀਂ ਸਾਡੇ ਅੱਜ ਟਾਈਮ ਕੱਢਿਆ ਤਾਂ ਲੋਕਾਂ ਨੂੰ ਲਹਿੰਦੇ ਪੰਜਾਬ ਤਾਂ ਚੜ੍ਹਦੇ ਪੰਜਾਬ ਤੁਹਾਨੂੰ ਸਾਰੇ ਇੱਦਾਂ ਸਾਡੇ ਨਾਲ ਟੱਚ ਰਿਹਾ ਕਰੋ, ਇੱਦਾਂ ਤੁਹਾਨੂੰ ਇੱਦਾਂ ਦੇ ਪਰਿਵਾਰ ਟਕਰਾਇਆ ਕਰਾਂਗੇ ਰੁਸਤਮਾਂ ਦੇ। ਤੁਸੀਂ ਇਹਨੂੰ ਸ਼ੇਅਰ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ ਸਾਡੇ ਚੈਨਲ ਨੂੰ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।